ਮੁੰਡਿਓ ਕੀ ਹਾਲ ਚਾਲ ਉਮੀਦ ਕਰਦਾ ਵੀ ਸਾਰੇ ਜਾਣੇ ਤੁਸੀਂ ਘੈਂਟ ਹੋ ਕਹਿੰਦੇ ਮੈਂ ਤੁਹਾਡਾ ਆਪਣਾ ਤਾਲੀਵਾਲ ਤੁਸੀਂ ਦੇਖ ਰਹੇ ਤਾਲੀਵਾਲ ਗੇਮਿੰਗ ਤੇ ਸਤਿ ਸ੍ਰੀ ਅਕਾਲ ਈਸਾ ਜੱਟ ਬਸ ਇਦੋਂ ਬਾਅਦ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਸਾਡੀ ਇੱਥੇ ਇਨਫ ਹੋ ਜਾਂਦੀ ਹੈ ਤੇ ਮੁੰਡਿਓ ਆਹ ਆਪਣੀ ਵਰਕਸ਼ਾਪ ਤੁਸੀਂ ਆਏ ਸੀ ਪਿਛਲੇ ਵਾਰੀ ਹੈ ਨਾ ਇੱਥੇ ਤੇ ਇੱਥੇ ਅੱਜ ਹੋਰ ਵੀ ਚੀਜ਼ਾਂ ਆਉਣਗੀਆਂ ਗੱਡੀਆਂ ਗੁੱਡੀਆਂ ਅੱਜ ਹੈ ਹੀ ਨਹੀਂ ਕਿਉਂਕਿ ਮੈਂ ਸਾਰੀਆਂ ਚੁਕਾਤੀਆਂ ਵੇਚਤੀਆਂ ਕਿਉਂਕਿ ਕੰਮ ਬਹੁਤ ਤਕੜਾ ਹੈ ਆਪਣਾ ਚੱਕਦਾ ਸਮਾਨ ਮੁੰਡੇ ਆਹ ਖੜਾ ਚੋਬਰ ਦਾ ਝੋਟਾ ਇਹਨੂੰ ਵੀ ਅੱਜ ਵਰਕਸ਼ਾਪ ਦੇ ਵਿੱਚ ਲਾ ਦੇਣਾ ਅਤੇ ਕਹਿ ਦੇਣਾ ਜੀ ਨਾ ਸੋਚ ਲਿਆ ਇਹਦਾ ਨਾਮ ਹੈ ਰੈੱਡ ਬੁੱਲ ਰੱਖਣਾ ਅਤੇ ਰੈੱਡ ਬੁੱਲ ਰੱਖ ਕੇ ਕਰਨਾ ਕੀ ਹੈ ਉਹ ਸਿਰਫ ਅਜੇ ਇੱਕ ਬੰਦੇ ਨੂੰ ਅੱਜ ਦੱਸਿਆ ਸੀ ਤੜਕੇ ਮਾੜੀ ਜੀ ਬਸ ਬਸ ਚੁੱਪ ਬੈਠਾ ਕਿ ਵੱਗ ਗਿਆ ਉਹ ਭਾਈ ਸਾਹਿਬ ਕਲੀਅਰ ਸਿਆ ਹੈਲੋ ਮੇਰਾ ਲੰਘ ਗਿਆ ਨਾ ਕਲੀਅਰ ਪੈ ਗਿਆ ਤੇ ਨਾਲੇ ਬੋਲਦਾ ਨੀ ਇਹ ਕਹਿੰਦਾ ਇਹਨੇ ਜਾਣਾ ਜੂਣਾ ਸੀ ਕਿਤੇ ਤੇ ਮੁੰਡੇ ਉਹ ਟਰੈਕਟਰ ਤੁਹਾਨੂੰ ਮੈਂ ਖਰੀਦਦਾ ਹੋਣੀ ਇੱਥੇ ਨਾ ਸਾਰੇ ਦੇ ਸਾਰੇ ਅਤੇ ਜੇ ਕੋਈ ਗੇਮ ਲੈਗ ਸ਼ੈਗ ਹੁੰਦੀ ਹੋਈ ਚੋਬਰ ਦੱਸ ਦਿਓ ਟਰੈਕਟਰ ਬਾਈ ਸਾਰੇ ਮੰਡੀ 'ਚ ਆਪਣੇ ਕੋਲ ਹੀ ਆਉਂਦੇ ਹੁੰਦੇ ਨੇ ਉਦੋਂ ਬਾਅਦ ਹੀ ਅੱਗੇ ਜਾਣਗੇ ਨਾ ਅਤੇ ਆ ਲਓ ਜੀ ਇਸੇ ਬਾਈ ਦਾ ਵੀ ਟਰੈਕਟਰ ਮਿਲਣਾ ਪਤਾ ਨਹੀਂ ਇੱਕ ਆ ਜਾਇਆ ਪਤਾ ਨਹੀਂ ਇੱਕ ਆਇਆ ਪਤਾ ਨਹੀਂ ਦੋ ਆਏ ਨੇ ਹੁਣ ਇਹ ਪਤਾ ਨਹੀਂ ਮੇਰੇ ਹਿਸਾਬ ਨਾਲ ਇੱਕ ਉਹਦੀ ਵੀ ਪ੍ਰੋਬਲਮ ਅਤੇ ਹੁਣ ਥਾਰ ਥੌਰ ਥੂਰ ਸਾਰੇ ਅੱਜ ਇੱਥੇ ਹੀ ਹੋਣਗੇ ਦੇਖੀ ਚੱਲਿਓ ਬਸ ਬਣਦਾ ਕੀ ਹੈ ਕਹਿੰਦੇ ਮੁੰਡੇ ਕਾਹ ਟਰੈਕਟਰ ਨਵਾਂ ਆਇਆ ਫੋਰ ਬਾਈ ਫੋਰ ਇਹ ਕਾਹ ਖਰੀਦ ਲਈਏ ਇਹ ਮੈਨੂੰ ਲੱਗਦਾ ਮੇਰੇ ਕੋਲ ਲੱਗਦੇ ਨੇ ਬੇਟੇ ਤਾਂ ਫਿਰ ਨਹੀਂ ਘਟਾ ਕੇ ਭੇਜਿਆ ਚਲੋ ਕਰ ਦੇਣਾ ਵੀ ਗੱਲ ਵੀ ਤੂੰ ਤੂੰ ਹੀ ਹੁਣ ਮੇਲਾ ਜਿੱਤਣਾ ਦੱਸ ਆਹ ਬਾਈ ਦਾ ਪੁਰਾਣਾ ਟਰੈਕਟਰ ਆਹ ਬਾਈ ਦਾ ਨਵਾਂ ਟਰੈਕਟਰ ਕਿਉਂਕਿ ਉਹਦਾ ਵੀ ਬਾਈ ਚੇਂਜ ਕਰਨਾ ਹੈ ਸਾਰਾ ਕੁਛ ਅਜੇ ਅਸੀਂ ਇਹਦਾ ਕੀਤਾ ਨਹੀਂ ਆਹ ਤਾਂ ਤੁਹਾਨੂੰ ਪਤਾ ਵੀ ਆਪਣੇ ਵਾਲਾ ਝੋਟਾ ਆਹ ਜੱਟ ਬੀਸਟ ਦਾ ਅੱਜ ਸਾਰਿਆਂ ਦੇ ਟਰੈਕਟਰ ਤੁਹਾਨੂੰ ਦਿਖਾ ਦਿੰਦੇ ਹਾਂ ਮੁੰਡੇ ਵੀ ਕਿਹੜੇ ਕੋਲੇ ਕੀ ਕੀ ਹੈ ਤੁਸੀਂ ਇੱਕ ਹੋਰ ਟਰੈਕਟਰ ਪਾਇਆ ਤੇ ਇੱਕ ਦੁਬਾਰੇ ਉਹ ਮੰਗੀ ਜਾਂਦਾ ਹੋਰ ਮੇਰੇ ਲਿੰਕ ਤੇ ਇਦਾਂ ਦੇਖ ਲਿਆ ਕਰੋ ਮਾੜਾ ਜਿਹਾ ਬਸ ਅੱਖਾਂ ਖੋਲੋ ਓਕੇ ਓਕੇ ਡੀਸੀ ਖੋਲੋ ਸਾਰੇ ਭੇਜੇ ਬਾਈ ਨੇ ਠੀਕ ਹੈ ਮੁੰਡੇ ਉਹ ਤੱਕ ਲਾਤੀ ਲੈਣ ਜੱਟਾਂ ਨੇ ਕਹਿੰਦੇ ਟਰੈਕਟਰ ਤੇ ਟਰੈਕਟਰ ਚਾੜ ਦੇਣਾ ਆਪਾਂ ਨਾ ਮਤਲਬ ਉਦਾਂ ਨਹੀਂ ਖੜਾ ਕੇ ਨਹੀਂ ਆਇਆ ਬਾਈ ਮੇਰੇ ਕੋਲੇ ਯਾਰ ਹੈਪੀ ਲਿਖਿਆ ਤਾਂ ਭੇਜਿਆ ਯਾਰ ਇੱਕ ਲਿੰਕ ਯਾਰ ਤੈਨੂੰ ਹੈਪੀ ਮੈਨੂੰ ਭੇਜਿਆ ਬਾਈ ਮੈਂ ਛੱਡ ਦੋ ਮੈਨੂੰ ਕਾਪੀ ਕਰੋ ਹਾਂ ਭੇਜ ਦੇ ਬਾਈ ਨੂੰ ਭੇਜ ਦੇ ਯਾਰ ਭੇ ਰੂਨ ਸੂਟ ਨੂੰ ਭੇਜ ਇਹ ਬੰਦਾ ਹੀ ਗਲਤ ਅਸੀਂ ਟੀਮ ਚ ਵਾੜ ਲਿਆ ਯਾਰ ਇਹ ਬੰਦਾ ਗਲਤ ਨਾ ਨਾ ਸਿਮਰ ਸੈ ਮੇਰੇ ਕੋਲ ਵੀ ਮਿਸਿੰਗ ਆ ਪਰ ਮੇਰਾ ਹੁਣ ਬੋਲਣ ਨੂੰ ਨਹੀਂ ਜੀ ਕਰ ਉਹ ਭਰਾਵਾ ਤੈਨੂੰ ਵੀ ਲਿੰਕ ਭੇਜਿਆ ਓਏ ਇਹਨੂੰ ਵੀ ਲਿੰਕ ਭੇਜ ਦਿਓ ਯਾਰ ਇਹਨੂੰ ਵੀ ਲਿੰਕ ਭੇਜ ਦਿਓ ਵੀ ਬੇਇੱਜ਼ਤੀ ਕਰਦੇ ਯਾਰ ਹਣਾ ਟਾਈਮ ਬੇਇੱਜ਼ਤੀ ਵਾਲੀ ਕਰਦੇ ਹਣਾ ਹਾਂਜੀ ਵੀਰੇ ਜਿਹੜੇ ਮੈਨੂੰ ਖੁਸ਼ ਨਹੀਂ ਭੇਜਿਆ ਤੁਸੀਂ ਭੇਜੇ ਸਾਰੇ ਇਹਨੂੰ ਛੱਡ ਦਵਾਂ ਹਾਂ ਖੁਸ਼ ਵਾਲੇ ਭੇਜ ਦਿਓ ਬਾਈ ਗੁਰੀ ਵਾਲੇ ਨੂੰ ਭੇਜ ਦਿਓ ਜਿਹੜਾ ਮੈਂ ਭੇਜਿਆ ਇਹਨੂੰ ਭੇਜ ਦਿਓ ਸਾਰੇ ਇਹਨੂੰ ਕਹ ਤੂੰ ਕਰ ਲੈ ਰਾਂਝਾ ਰਾਜੇ ਤੂੰ ਚੱਕ ਇੱਕ ਅੰਕਲ ਨੂੰ ਫੋਨ ਲਾ ਤੂੰ ਹੈਲੋ ਅੰਕਲ ਅੰਕਲ ਮੋੜ ਨਹੀਂ ਹੁੰਦੇ ਫੇਰ ਖੜ ਗਿਆ ਅੰਕਲ ਮੋੜ ਫੇਰ ਨਹੀਂ ਹੁੰਦੇ ਯਾਰ ਔਖਾ ਓਏ ਅੰਕਲ ਨੂੰ ਕਹਿ ਦੇਣਾ ਲੱਗੀ ਆਉਣਾ ਹੋਰ ਕਿਹੜਾ ਰਹਿ ਗਿਆ ਹੁਣ ਉਹ ਫੋਰਡ ਇੱਕ ਤਾਂ ਫੋਰਡ ਦਿਖਾਈ ਜਾਂਦਾ ਗਾ ਸਕਲ 3600 ਤੇ ਧਾਲੀਵਾਲ ਗੇਮਿੰਗ ਤੇ ਇੱਕ ਬਸ ਸਵਰਾਜ 855 ਬਲੂ ਦਿਖਾਈ ਜਾਂਦਾ ਯਾਰ ਬਲੂ ਕਿਹੜਾ ਹੈ ਭੇਜ ਤਾ ਯਾਰ ਬਲੂ ਹੋਰ ਹੁਣ ਕਿੰਨੇ ਕੁ ਬਲੂ ਹੈ ਖੜ ਜਾ ਇੱਕ ਮਿੰਟ ਮੁੰਡੇ ਜਿੰਨੇ ਕੁ ਟਰੈਕਟਰ ਰਹਿ ਗਏ ਉਹ ਖਰੀਦ ਲਈਏ ਪਰ ਫੇਰ ਹੀ ਦੇਖੂ ਕੁੱਤ ਪਾਉਣਾ 800 ਪਾ ਮੇਰੇ ਕੋ ਆਇਆ ਤਾਂ 855 ਬਲੂ ਬਾਈ ਆਹ ਲਿਖਿਆ ਪਤਾ ਨੀ ਕਿਉਂ ਬੈ ਆ ਹੋਣ ਲੱਗ ਗਈ ਗੇਮ ਨਾ ਇਦਾਂ ਮਤਲਬ ਸਮਝ ਨੀ ਆ ਰਹੀ ਕਿਉਂ ਕਾਹਤੇ ਬਈ ਕਿਸੇ ਮੋੜ ਤੇ ਦਿੱਕਤ ਹੋਊ
ਇਹਨਾਂ ਨੂੰ ਪਤਾ ਲੱਗ ਗਿਆ ਬਈ ਇਹ ਫ੍ਰੀ ਬਣਾ ਕੇ ਖੇਡੀ ਜਾਂਦੇ ਆ ਸਰਵਰ ਖੜਾ ਹੋ ਇਹਨਾਂ ਦਾ ਸਰਵਰ ਕਦੀ ਮੈਂ ਜੀ ਸਰਵਰ ਜਾ ਕੇ ਖੇਡਣਾ ਆ ਮੈਂ ਕੁਝ ਪਾਇਆ ਤਾਂ ਹੋਣਾ ਨਹੀਂ ਕੁਛ ਹਲੇ ਬਈ ਦਸ ਗੁਰੀ ਹੁਣ ਤੈਨੂੰ ਕੀ ਚਾਹੀਦਾ ਹੈ ਤੈਨੂੰ ਕੀ ਚਾਹੀਦਾ ਹੁਣ ਪਰਪਲ ਲੈ ਕੇ ਮਫਰਲ ਵੱਡਿਆ ਫੋਰਡ 3600 ਸਕਲ ਸੀਗਾ ਤੇ ਇੱਕ ਉਹ ਸੀ ਬਲੂ ਸਵਰਾਜ 800 ਇੱਕ ਮਿੰਟ ਰੁਕ ਗੇਮ ਕਿਉਂ ਇਦਾਂ ਕਰਦੀ ਮੈਨੂੰ ਸਮਝ ਨਹੀਂ ਆਉਂਦੀ ਰੀਜ਼ਨ ਕੀ ਹੋ ਸਕਦਾ ਮੈਪ ਨਾ ਹੋਵੇ ਮੈਪ ਤਾਂ ਬਈ ਉਹੀ ਹੈ ਯਾਰ ਮੈਪ ਜਿਹੜਾ ਖੇਡਦੇ ਆ ਪਹਿਲਾਂ ਤੋਂ ਹੀ ਇਹ ਤਾਂ ਯਾਰ ਆਪਾਂ ਇੰਨੇ ਨੇ ਟਰੈਕਟਰ ਖਰੀਦੇ ਅੱਜ ਤੱਕ ਇਹਦੇ ਵਿੱਚ ਅੱਜ ਤੱਕ ਨਹੀਂ ਇਹ ਚੀਜ਼ ਹੋਈ ਕਿ ਨਹੀਂ ਨਹੀਂ ਹੋਈ ਤਾਂ ਮੈਂ ਕਹਿ ਰਿਹਾ ਇਹ ਹੋਣ ਲੱਗੀ ਹੋਣੀ ਤੂੰ ਕਿ ਕੀ ਜਾਣਾ ਬਸ ਇਹ ਅੱਜ ਬੋਲਣਾ ਹੀ ਨਹੀਂ ਚੁੱਪ ਹੀ ਰਹਿਣਾ ਸਾਰਿਆਂ ਨੂੰ ਭੇਜ ਦੇ ਲਿੰਕ ਆਹ ਜੱਟ ਬੀਸਟ ਬਾਈ ਸਭ ਨੂੰ ਅਸੀਂ ਰੈਡ ਬੁੱਲ ਲੈ ਕੇ ਚੱਲ ਗਏ ਆਪਦੀ ਰੈਡ ਬੁੱਲ ਆਪਦੀ ਨੀ ਰੈਡ ਬੁੱਲ ਆਇਆ ਉਹਦਾ ਇਹ ਸਾਲਾ ਬੁੱਲ ਆ ਬੁੱਲ ਆਪਦੀ ਸਿਮਰ ਵਾਲੇ ਕੇ ਗੱਲਾਂ ਤੇ ਗਿਆ ਬਾਈ ਉਹ ਪਹਿਲਾਂ ਮੈਂ ਡਰਿੰਕ ਦੀ ਗੱਲ ਆ ਜਾਂਦੀ ਵਿੱਚ ਅੰਨੀ ਰਿਹਾ ਮਜ਼ਾਕ ਹੈ ਉਹਨੇ ਤਾਂ ਆਪਦੇ ਮੈਂ ਤਾਂ ਆਏ ਓਏ ਮੈਂ ਤਾਂ ਟਰੈਕਟਰ ਦਾ ਲਿੰਕ ਬਲਿੰਕ ਚੇਂਜ ਕੀਤਾ ਉਹਨੇ ਆਪਦਾ ਹੀ ਕਰ ਲਿਆ ਸੀ ਆਏ ਓਏ ਘੰਟਾ ਜਿਹਾ ਹਿਲਦਾ ਲੱਗਦਾ ਡਾਊਨਲੋਡ ਕਰਕੇ ਚਲਾਉਣ ਲੱਗ ਪੈਣਾ ਭੈਣ ਡਾਊਨਲੋਡ ਕਰਕੇ ਜਿਹੜਾ ਨਹੀਂ ਚੱਲਦੀ ਨਾ ਚੱਲੇ ਬੈਕ ਤੋਂ ਆਹੋ ਭੈਣ ਭਰਾ ਵੀ ਜਿੱਤਾ ਸੀ ਆਪਣਾ ਕੰਮ ਕੀਤਾ ਉਹਨੇ ਇਹ ਗੱਲ ਕੀਤੀ ਹੁਣ ਅਸੀਂ ਬੈਠੇ ਇੱਥੇ ਮੈਂ ਦੋਈ ਹਾਂ ਦੇਖੀ ਕਿ ਤੇ ਉੱਥੇ ਲੈ ਕੇ ਚੱਲਦੇ ਆ ਯਾਰ ਪਤਾ ਨਹੀਂ ਗੇਮ ਐਡੀ ਲੈ ਕਿਉਂ ਹੁੰਦੀ ਸਾਲੀ ਗੇਮ ਕ੍ਰੈਸ਼ ਕਿਉਂ ਹੋਣ ਲੱਗ ਗਿਆ ਸਰਵਰ ਇੰਨਾ ਹੈਵੀ ਕਰ ਲਿਆ ਸੀਗਾ ਸਾਰਾ ਕੁਛ ਤੇ ਫੇਰ ਵੀ ਨਹੀਂ ਬੰਦ ਹੋਇਆ ਸੀ ਕਦੇ ਆਹ ਹੁਣ ਨਵੇਂ ਸ਼ੈਪ ਹੋ ਗਿਆ ਸ਼ੈਪ ਰਿਮੋਟ ਕਰਕੇ ਤਾਂ ਨਹੀਂ ਹੋ ਸਕਦਾ ਦੇਖਦਾ ਚੱਕਰ ਕੀ ਹੈ ਹਜੇ ਲੱਗੂ ਪਤਾ ਪਹਿਲਾਂ ਜੋ ਵੀ ਪੁਰਾਣੇ ਮੋੜ ਮੋੜ ਹੈਗੇ ਉਹ ਵੇਚ ਗਏ ਸਾਰੇ ਸਿਮਰੀ ਕਿੱਥੇ ਰਹਿ ਗਈ ਬਿਮਾਰ ਹੋ ਰਿਹਾ ਦੱਸਿਆ ਤਾਂ ਸੀ ਰਾਤ ਦੀ ਕੱਲ੍ਹ ਦੀ ਤੂੰ ਉਹਦੀ ਖੇਪਾ ਕੀਤੀ ਉਹਦੇ ਦਿਲ ਨੂੰ ਲੱਗ ਗਈ ਹੈ ਹੁਣ ਆਉਂਦਾ ਨਹੀਂ ਹੈ ਬੰਦਾ ਬਿਮਾਰ ਉਹ ਸਦਮਾ ਲੈ ਗਿਆ ਵੀ ਮੈਂ ਗੇਮ 'ਚ ਨਹੀਂ ਸਾਂਭ ਸਕਦਾ ਅਸਲ 'ਚ ਕਿਤੇ ਸਾਹਮੂ ਹੈ ਇੱਕ ਦਿਨ ਕਹਿੰਦਾ ਜਸਵੀਰ ਨੂੰ ਮਿਲਣ ਜਾਣਾ ਮੈਂ ਕਿਹਾ ਤੇਰੇ ਇਰਾਦੇ ਨਹੀਂ ਮੈਨੂੰ ਸਹੀ ਲੱਗਦੇ ਤੂੰ ਉਹਨੂੰ ਮਿਲਣ ਜਾਣਾ ਚੰਡੀਗੜ੍ਹ ਦੱਸ ਦੀ ਮੈਂ ਆ ਦੇਖੋ ਤੇਰਾ ਥੌਰ ਹੁਣ ਚੈੱਕ ਕਰ
ਉਦੋਂ ਪਹਿਲਾਂ ਗੇਮ ਆਓ ਆਓ ਜੇ ਥੋੜਾ ਇਹਦੇ ਵਾਲਾ ਬਾਈ ਦਾ ਥੋੜਾ ਹੈ ਪੰਜਾਬੀ ਦਾ ਨਾਮ ਉਹਦਾ ਥੋਰ ਨੂੰ ਥੋੜਾ ਹੀ ਕਹਿੰਦੇ ਵੀ ਕਿ ਨਹੀਂ ਹਾਂਜੀ 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 ਹਾਂ ਥੋੜਾ ਟਰੈਕਟਰ ਤਾਂ ਨਕਲੇ ਨੇ ਨਾ ਦੇ ਕਿਦਾਂ ਦਾ ਰੱਖਾ ਟਰੈਕਟਰ ਦਾ ਆਪਣੇ ਆਪ ਨੂੰ ਤਾਂ ਕਹਿੰਦੇ ਆ ਵੀਰੇ ਐਂਡਰੋਇਡ ਇਹਨੇ ਆਪ ਵੀ ਥੋੜਿਆ ਰੱਖਿਆ ਨਹੀਂ ਬਾਈ ਚੱਲਦੀ ਐਂਡਰੋਇਡ ਫੋਨ ਚ ਕਿਸ ਨੇ ਬੋਲਾ ਆਪਕੋ ਵੀ ਐਂਡਰੋਇਡ ਫੋਨ ਮੇ ਚਲੇਗੀ ਬਤਾਓ ਪਹਿਲੇ ਤੋਂ ਮੈਨੂੰ ਉਸਕਾ ਨਾਮ ਬਤਾਓ ਬਾਕੀ ਬੰਦੇ ਨੂੰ ਲੈ ਕੇ ਆ ਨੂੰ ਅਸੀਂ ਪ੍ਰਾਈਸ ਦੇਵਾਂਗੇ ਲੈ ਕੇ ਆ ਤੂੰ ਉਹਨੂੰ ਬਾਈ ਆ ਹਲੂ ਵੀ ਇੰਨਾ ਕੁਝ ਕਿਉਂ ਨਹੀਂ ਆ ਰਿਹਾ ਮੈਂ ਪਾ ਤਾਂ ਦਿੱਤਾ ਸਾਰਾ ਮਾੜਾ ਮੋਟਾ ਬਾਈ ਸਪੇਸ ਤੋਂ ਵੀ ਹੋਊਗਾ ਕੰਮ ਸਪੇਸ ਇਸ ਆਪਸ਼ਨ ਹੀ ਆਈ ਨਹੀਂ ਸਾਰੀ ਔਨ ਹੁੰਦੀ ਬਸ ਆਹੀ ਨਹੀਂ ਨਹੀਂ ਆਪਸ਼ਨ ਮੈਂ ਤਾਂ ਦੁਬਾਰ ਤੇ ਕਾ ਸੱਟ ਕੇ ਦੇਖ ਰਿਹਾ ਮੋੜ ਜੀ ਫੇਰ ਅਰੇ ਕੱਲੇ ਹੀ ਦੀ ਹਿੰਮਤ ਹੀ ਨਹੀਂ ਪੈਂਦੀ ਬੋਲਣ ਦੀ ਇਹਨਾਂ ਨੂੰ ਐ ਨਹੀਂ ਪਤਾ ਕੀ ਬੋਲਣਾ ਆ ਲੈ ਇੱਕ ਤਾਂ ਆ ਗਿਆ ਤੇ ਕਿਹੜਾ ਆਇਆ ਆਮੀ ਆਮੀ ਭਰਿਆ ਕਰੋ ਨਾਲ ਬਈ ਹਟ ਗਿਆ ਠੀਕ ਹੈ ਉਦੋਂ ਉਹਨੇ ਇੱਕ ਵਾਰੀ ਨੋਟ ਦੇਤਾ ਉਸ ਤੋਂ ਬਾਅਦ ਫਿਰ ਫਾਈਲਾਂ ਨੂੰ ਕੀ ਕਰਾ ਉਹਨਾਂ ਦਾ ਕੀ ਕਰਨਾ ਫਾਈਲ ਨੂੰ ਧੂਪ ਬੱਤੀ ਕਰਨੀ ਆ ਦੱਸੋ ਮੈਨੂੰ ਕਿੱਦਾਂ ਕਰੀ ਦਾ ਰੀਫਰੈਸ਼ ਨਹੀਂ ਮਤਲਬ ਫਾਈਲਾਂ ਸੈੱਟ ਕੇ ਨਾ ਸੇਮ ਬਾਹਰ ਜਾ ਕੇ ਡਿਸਕਰਾਈਬ ਤੇ ਰੀਫਰੈਸ਼ ਨਹੀਂ ਕਰ ਦਿੰਦੇ ਹੁੰਦੇ ਮਾੜਾ ਜਾ ਉਹ ਕਰ ਦੋ ਜੇ ਨਾ ਚੱਲਦਾ ਤੇ ਦੇਖੀ ਜਾਈਂ ਫਿਰ ਮੈਂ ਤੇਰੇ ਪਿੱਛੇ ਪੜ ਜਾ ਨਹੀਂ ਚੱਲਦਾ ਨਹੀਂ ਬਈ ਨਹੀਂ ਚੱਲਦਾ ਮੈਂ ਤੈਨੂੰ ਪਹਿਲੀ ਕਹਤਾ ਤੋ ਵੀ ਯਾਰ ਮੈਨੂੰ ਹੁਣ ਕੋਈ ਸੰਤੁਸ਼ਟੀ ਗੱਲ ਦੇ ਇੱਧਰ ਤੇਰੇ ਕਹੇ ਜੀ ਮੈਂ ਹੁਣ ਤੇਰੀ ਸੁਣ ਲਈ ਆ ਬਾਈ ਨੇ ਸਾਰੇ ਭੇਜੇ ਆ ਸਾਰੇ ਪਾਏ ਆ ਫੇਕ ਇਹੀ ਕਹਿ ਰਿਹਾ ਗਲਤ ਗੱਲ ਪਾ ਤਾਂ ਮੇਰੇ ਮੇਰੇ ਕੋਲ ਵੀ ਨਿਊ ਹਾਲੈਂਡ ਛੱਤੀ ਹੋ ਗਿਆ ਇੱਕ ਆ ਤਾਂ ਇੱਕ ਅਰਜੁਨ 6 ਆ ਤਾਂ ਆ ਗਿਆ ਗੁਰੀ ਤਾਂ ਇੱਕ ਜੌਂਡੀਅਰ 5500 ਐਮ ਅੱਜ ਯਾਰ ਬੱਬੇ ਥੋੜਾ ਪਿਆ ਪਿਆ ਡੀ ਗੁਰੀ ਓਏ ਗੁਰੀ ਪਾਰਟੀ ਸਪੀਕਰ ਅਰਗੀ ਆਉਗੀ ਓ ਗੁਰੀ ਵੀਰੇ ਹਾਂਜੀ ਗੁਰੀ ਵਾਲੇ ਟੈਂਪਰ ਨਾ ਰਹਿ ਗਏ ਹੁਣ ਨਹੀਂ ਗੁਰੀ ਵਾਲੇ ਵੀ ਭੇਜਤੇ ਮੈਂ ਇਹਨਾਂ ਨੂੰ ਹਾਂਜੀ ਹਾਂਜੀ ਇਹਨਾਂ ਚੋਂ ਨਾ ਸਪੀਕ ਸਪੀਕ ਇੱਕ ਮਿੰਟ ਖੜ ਜਾ ਯਾਰ ਇੱਕ ਟਰੈਕਟਰ ਚ ਕਿਸੇ ਚ ਪ੍ਰੋਬਲਮ ਹੈ ਗੁਰੀ ਤੂੰ ਆ ਗਿਆ ਗੇਮ ਚ ਤੂੰ ਐਂਟਰ ਹੋ ਗਿਆ ਹਾਂਜੀ ਇਹ ਕਹਿ ਰਿਹਾ 855 ਹੁਣ ਇਹ ਚ 855 ਦੋ ਨੇ ਇਹ ਚ ਪਤਾ ਨਹੀਂ ਕਿਹੜਾ ਉਹ ਦਿਖਾਈ ਜਾਂਦਾ ਯਾਰ ਨਿਊ ਹੋਲੈਂਡ 3630 ਨਹੀਂ ਹੈਗਾ ਇੱਕ ਇੱਕ ਅਰਜੁਨ 605 ਇਹ ਇਹਦੇ ਚ ਤਾਂ ਨਹੀਂ ਪਹਿਲਾਂ ਆਉਂਦੀ ਹੁੰਦੀ ਸੀ ਇਹਦੇ ਚ ਉਹ ਗੁਰੀ ਵਾਲੀ ਫਾਈਲ ਤਾਂ ਭੇਜ ਦੇ ਨਹੀਂ ਅੱਜ ਡਾਇਨਾਸੌਰ ਚ ਆਉਂਦੀ ਹੈ ਗੁਰੀ ਵਾਲੀ ਫਾਈਲ ਤਾਂ ਗੁਰੀ ਨੂੰ ਗੁਰੀ ਨੂੰ ਗੁਰੀ ਵਾਲੀ ਫਾਈਲ ਭੇਜੀ ਨਹੀਂ ਲੱਗਦਾ ਓਕੇ 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 ਇੱਕ ਮਿੰਟ ਮੈਂ ਭੇਜ ਦਿੰਦਾ ਖੜ ਜਾ ਫਿਰ ਇੰਨੇ ਵਾਰੀ ਥੋੜੀ ਹੁੰਦਾ ਯਾਰ ਇੱਕ ਵਾਰੀ ਦੱਸੋ ਨਾ ਤੁਸੀਂ ਲੈ ਦੱਸ ਕਿੱਥੇ ਗਈ ਭਾਈ ਮੈਨੂੰ ਸਵਰਾਜ ਕਹਿ ਰਿਹਾ ਡੈਵਲ ਵਾਲਿਆਂ ਦਾ ਨਹੀਂ ਭੇਜਿਆ ਤੂੰ ਹੈ ਨਹੀਂ ਭੇਜਿਆ ਭਾਈ ਉਹ ਤੁਹਾਡੇ ਕੋਲ ਪਹਿਲਾਂ ਹੀ ਹੈਗਾ ਉਦੋਂ ਤਾਂ ਚੇਂਜ ਨਹੀਂ ਕੀਤਾ ਆਪਾਂ ਕੁਛ
मैं तो क्या मैं पाते सी पहला व्हाट द फक मैं एक ट्रैक्टर बेचा पहला यार मैंने जो लग रहा एरर दे रहा जेड़ा इधर समूह सारा कुछ ओ समझ गए भाई जी ट्रैक्टर दी मंडी लाती है ट्रैक्टर दी मंडी और चलन चाहिए ये तो हूं ओही पाऊ की ना अपना भाई ओही आ ओए आपदी फाइल भेजो गुरी भाई नु ओही ट्रैक्टर मिस आई जांदे आ जेडी तू मैनू भेजी आ ओए ओ मैं तो पाते ओ भाई पाते आ मैं दोबारा ओना दोबारा पाते आ कि पए नहीं सके दिखागे लापी चीज मेनू की होई सी आ गए ओके भाई ओके हूं पाके दोबारा ऑन कर दो तो कर रतवा तू चक सोनी मुसे आले जट दा आ फिर है भाई सवारियां ढूंढ रहा ट्रैक्टर अपना हां हुन बना लेगा तू ना ना हुन तेनू पता लग जू उंदा ट्यूटोरियल देख ऐ कर सौं खा ਠੀਕ ਹੈ ਵੀ ਜਿਹੜਾ ਭੈਣ ਚੋਦ ਹੋ ਜਿਹੜਾ ਇਹਨੂੰ ਖੋਲੂ ਤੇ ਦੇਖੂ ਆਰਮਿੰਗ ਵਿੱਚ ਤਵੀਆਂ ਆਪਲਾ ਕੀ ਸਾਫ ਕਿਤਾਬ ਕੀ ਨਹੀਂ ਨਹੀਂ ਤੇਰੇ ਕੀ ਜਿੰਦਗੀ ਨਾ ਨਾ ਕੀ ਹੈ ਨਹੀਂ ਭਾਈ ਸਾਰੇ ਸੁਣੋ ਚੁੱਪ ਸਾਰੇ ਸੁਣੋ ਗੁਰੀ ਕਹਿੰਦਾ ਵੀ ਆ ਸਵਾਰੀਆਂ ਢੋਣਾ ਟਰੈਕਟਰ ਮੈਂ ਕਿਹਾ ਭੈਣ ਚੋਦ ਹੋ ਜਿਹੜਾ ਟਰੈਕਟਰ ਨੂੰ ਖੋਲੂ ਤੇ ਉਹਦੀ ਫਾਈਲ ਦੇਖੂ ਵੀ ਇਹਦੇ ਵਿੱਚ ਕੀ ਕੁਝ ਕੀਤਾ ਹੋਇਆ ਤੂੰ ਆ ਬਣਾ ਲੈ ਫਾਈਲਾਂ ਵੀ ਚੇਂਜ ਹੋਣਗੀਆਂ ਇਹਦੇ ਨਾਲ ਦੀ ਕੋਈ ਨੀ ਹੋਣੀ ਨਹੀਂ ਬਣਾਉਂਦਾ ਨੀ ਵਾ ਠੀਕ ਹੈ ਦੁਬਾਰੇ ਫਿਰ ਸੜ ਜੇ ਆਉਂਦਾ ਹੀ ਸੜ ਜੇ ਰਾਹ ਚ ਮੈਨੂੰ ਜਿਹੜੀ ਉਹ ਮਿਲੀ ਹੈ ਜੀ ਜੋਨ ਡੀ 5500 ਐਮ ਸੀਸੀ ਨੂੰ ਭੇਜ ਵੀ ਦਊਂ ਮੈਂ ਤੁਹਾਨੂੰ ਉਹ ਭਾਈ ਆ ਫੇ ਭੈਣ ਤੇ ਮੇਕੋ ਤਿੰਨ ਟਰੈਕਟਰ ਆ ਰਹੇ ਯਾਰ ਇਹ ਕੀ ਚੱਕਰ ਆ ਸਾਰੇ ਪਾਸੇ ਹੁਣ ਕਿਹੜੇ ਰਹਿ ਗਏ ਤਿੰਨ ਜੀ ਵੀਰੇ ਤੁਹਾਡਾ ਮੈਪ ਗੇਮ ਵੀ ਲੈਗ ਮਾਰੀ ਜਾਂਦਾ ਭਾਈ ਗੇਮ ਸਾਰੀ ਹੀ ਲੈਗ ਮਾਰੀ ਜਾਂਦੀ ਆ ਦੇਖ ਇੱਥੇ ਪਤਾ ਨਹੀਂ ਕਿਹੜੇ ਟਰੈਕਟਰ ਚ ਪ੍ਰੋਬਲਮ ਹੈ ਜਦੋਂ ਇੱਧਰ ਦੇਖਦਾ ਉਦੋਂ ਲੈਗ ਹੋਣ ਲੱਗ ਜਾਂਦਾ ਟਰੈਕਟਰ ਵਾਲੇ ਆ ਭਾਈ ਆਪਣੇ ਟਰੈਕਟਰ ਅੱਧੇ ਵੇਚ ਦਿਓ ਨਾ ਕੁਝ ਘਟਾ ਦਿਓ ਭਾਈ ਮੈਂ ਤੈਨੂੰ ਦੱਸਦਾ ਕਿਹੜੇ ਕਿਹੜੇ ਵੇਚਦੇ ਆ ਕਿ ਵੇਚ ਸਕਦਾ ਮੇਰੇ ਕੋਲ ਜਿਹੜੇ ਨਹੀਂ ਹੈਗੇ ਸੀ ਮੈਨੂੰ ਐ ਲੱਗਦਾ ਭਾਈ ਆਹ ਟਰੈਕਟਰ 'ਚ ਦਿੱਕਤ ਹੈ ਅੱਗੇ ਆਪਾਂ ਖੇਡਦੇ ਹੁੰਦੇ ਜੀ ਰੋਦੋ ਵੀ ਦਿੱਕਤ ਦਿੰਦਾ ਹੁੰਦਾ ਸੀਗਾ ਇਹ ਆ ਉਰੇ ਆ ਕੇ ਦੇਖਿਓ ਕਿਹੜਾ ਆਹ ਸਾਡਾ ਜਿਹੜਾ ਇਹਦੇ ਨਾਲ ਸਵਰਾਜ ਨਹੀਂ ਇੱਧਰ ਆਹ ਟਰੈਕਟਰ ਤਾਂ ਦਿੱਕਤ ਹੀ ਹੈ ਨਹੀਂ ਤਾਂ ਮੈਂ ਦੇਖ ਲਏ ਸਾਰੇ ਆਹ ਤਾਂ ਬਹੁਤ ਵਧੀਆ ਚੱਲਦੀ ਇੱਥੇ ਤਾਂ ਹੋਰ ਅਰਮਾਨ ਠੀਕ ਆ ਬਾਈ ਲੰਘਣ ਦੇ ਗਿਆ ਮੈਨੂੰ ਟਰੈਕਟਰਾਂ ਦੇ ਕੋਲ ਦੀ ਵਧੀਆ ਚੱਲੀ ਜਾਂਦੀ ਆ ਗੁਰੀ ਓਏ ਜੋਨ ਡੀਅਰ 5500 ਐਮ ਕਿਹੜਾ ਏ ਇਹ ਮਿਸਿੰਗ ਆ ਕਲਾ ਮੈਂ ਕਲੀਅਰ ਵਾਲਾ ਇਹ ਮੈਨੂੰ ਭਾਈ ਮੈਂ ਜਵਾ ਡੀਡੀ ਹੈ ਵੀ ਹੈ ਨਹੀਂ 5050 ਡੀ ਜੋਨ ਡੀਅਰ ਇਹ ਤਾਂ ਭੇਜਿਆ ਸਟੈਂਡਰਡ ਅਰਜਨ ਇਹ ਮੈਂ ਪਾਈਆ ਆ ਨਿਊ ਹਾਲੈਂਡ 36 ਥੀ 855 ਡੈਬਲ ਸਕੁਆਡ ਵਾਲਿਆਂ ਦਾ
ਮੈਂ ਪਾਈਆਂ ਉਦੋਂ ਦੀ ਪਰ ਹੁਣ ਭੇਜੀਆਂ ਸਾਰੀਆਂ ਇਹ ਵੀ ਪਾਤੀਆਂ ਪਰ ਆਈ ਡੋਨਟ ਨੋ ਮੈਂ ਤਾਂ ਅੱਜ ਹੀ ਦੇਖਿਆ ਪਤੰਦਰ ਮੇਰਾ ਫੋਨ ਦੇ ਰੇਟ ਕੀਬੋਰਡ ਮਾਊਸ ਰੱਖੀ ਬੈਠ ਉਹ ਭੇਜੋ ਕਹਿੰਦੇ ਲਵੇ ਫਾਈਲ 5500 ਐਮ ਜੌਂਡੀਅਰ ਇੱਕ ਮਿੰਟ ਬਈ ਉਹਦੇ ਚ ਚੇਂਜ ਕਰਿਆ ਸੀ ਉਦੋਂ ਬਾਅਦ ਚ ਨਾ 5500 ਐਮ ਚ ਜੇ ਤੇਰੇ ਕੋਲ ਚੱਲ ਪਈ ਤੂੰ 5500 ਐਮ ਭੇਜ ਦੇ ਉਹਨੂੰ ਲਿੰਕ ਬਣਾ ਕੇ ਇੱਕ ਮਿੰਟ ਉਈ ਮੈਨੂੰ ਫਾਈਲ ਹੀ ਭੇਜ ਦੇਣਾ ਸਾਰੀ ਜਿਹੜੀ ਮੈਨੂੰ ਭੇਜੀ ਸੀ ਉਹਦੇ ਚ ਕੱਲਾ 5500 ਐਮ ਡਾਊਨਲੋਡ ਕਰ ਲਓ ਦੇਖਣ ਦੋ ਹੋ ਕੀ ਰਿਹਾ ਹੈ ਮੈਂ ਵੀ ਇਹਨਾਂ ਮੂੰਹ ਖੋਲ ਕੇ ਦੇਖਾਂ ਕੀ ਚੀਜ਼ ਓਵੀਐਸ ਬੈਕਗ੍ਰਾਉਂਡ ਤੇ 102 ਐਪਲੀਕੇਸ਼ਨਾਂ ਚੱਲੀ ਜਾਂਦੀਆਂ ਮੇਰੇ ਹੋਏ ਹੋਏ ਬਾਈ ਇਹ ਜਿਹੜੇ ਟਰੈਕਟਰ ਉਦਣ ਜਿਹੜੇ ਤੁਸੀਂ ਪਾਏ ਸੀਗੇ ਕੱਲ ਸਵੇਰ ਦੀ ਗੱਲ ਹਵੇਲੀ ਪਰਸੋਂ ਉਹ ਤਾਂ ਨਹੀਂ ਹੈਗੇ ਇਹ ਨਹੀਂ ਬਾਈ ਸਾਰੇ ਭੇਜੇ ਸੋਨੂੰ ਹੁਣ ਮੈਂ ਜਿਹੜੇ ਜਿਹੜੇ ਕੀਤੇ ਇਸੇ ਬਾਈ ਤੁਹਾਨੂੰ ਮੈਂ ਭੇਜ ਰਿਹਾ ਪਾਓ ਫਾਈਲ ਵਿੱਚ ਬਾਈ ਨੇ 12 ਭੇਜੇ ਸੀ ਉਹ 12 ਪਾਤੇ ਸੀ ਮੈਂ ਇੱਕ ਹੋਰ ਫਾਈਲ ਆ ਉਹ ਪਾਓ ਯਾਰ ਤੁਹਾਨੂੰ ਭੇਜੀ ਨਹੀਂ ਹੋਈ ਮੈਨੂੰ ਪਤਾ ਇਹਨਾਂ ਨੇ ਇੱਕ 5500 ਐਮ ਰੋਏ ਹੋਏ ਉਹ ਵੀ ਮਿਸਿੰਗ ਕਰੂ ਉਹ ਭੇਜ ਰਿਹਾਗਾ ਗੁਰੀ ਮੇਰੇ 4-5 ਆ ਰਹੇ ਆ ਮਿਸਿੰਗ ਟਰੈਕਟਰ ਇਹਨਾਂ ਚ ਹੀ ਆ ਬਾਈ ਕੀ ਹਾਲ ਹੈ ਵੀ ਇਹਨਾਂ ਨੂੰ ਬਸ 5500 ਰਹਿ ਗਿਆ ਦੀ ਗੱਲ ਆ ਬਸ ਇਹ ਪਾ ਕੇ ਹੋ ਗਈ ਦੀ ਸੈਟਿੰਗ ਬੜਾ ਟਾਈਮ ਲਾਤਾ ਗੁਰੀ ਬਈ ਲਿੰਕ ਉਹ ਕਰਕੇ ਫੇਰ ਹੀ ਉਹ ਕਰੂੰਗਾ ਨਾ ਐ ਹੁਣ ਐ ਤਾਂ ਨਹੀਂ ਹੈਗਾ ਬਣਿਆ ਪਿਆ ਵੀ ਕਾਪੀ ਪੇਸਟ ਕਰਕੇ ਭੇਜਣਾ ਸਿੱਧਾ ਗ੍ਰਾਫਿਕ ਕਾਰਡ 100% ਯੂਜ਼ ਹੋ ਰਿਹਾ 100% ਆ ਖੜ ਗਿਆ ਜਿੰਗਾ ਲਾਲਾ ਹੂ ਹੂ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਜਿੰਗਾ ਲਾਲਾ ਹੂ ਹੂ ਹੋ ਗਿਆ ਸੀ ਬਚ ਗਏ ਇੱਥੇ ਜੇ ਕੋਈ ਟਰੈਕਟਰ ਆ ਜਿਹਦੇ ਵਿੱਚ ਐਰਰ ਆਉਂਦਾ ਇਹ ਨਹੀਂ ਸਮਝੋ ਦੀ ਕਿਹੜਾ ਹੈ ਇੱਥੇ ਬਈ ਕੱਲੇ ਕੱਲੇ ਨੂੰ ਚਲਾ ਕੇ ਦੇਖ ਲਾ ਪਰੇਲੇ ਵਾਲੇ ਆ ਕੇ 30 ਯਾਰ ਮਾਰ 30 ਇੱਕ ਮਿੰਟ ਥੋੜੀ ਮੋਟੀ ਉਹ ਕਰੀਏ ਯਾਰ ਜਿਉਂ ਡੀਅਰ ਪਹਿਲਾਂ ਇਹਦੀਆਂ ਸੈਟਿੰਗਾਂ ਦੇਖੀਆਂ ਨੇ ਕੀ ਕੀ ਕੀਤੀਆਂ ਹੋਈਆਂ ਕਮੈਂਟ ਮੈਂ ਇੱਥੇ ਮੈਂ ਨਵੀਡੀਆ ਕਿਹਨੇ ਕੀਤਾ ਸਾਲ ਗ੍ਰਾਫਿਕ ਕਾਰਡ ਕਰਨਾ ਹੁੰਦਾ ਇਹ ਤਾਂ ਹੀ ਗੇਮ ਲੈਗ ਮਾਰਦੀ ਹੈ ਇਨਕੋਡਰ ਇੱਕ ਮਿੰਟ ਮੁੰਡਾ ਲੈਗ ਬੰਦ ਕਰੀਏ ਪਹਿਲਾਂ ਆਪਾਂ ਆਪਣੀ ਕੀ ਹੁੰਦੀ ਹੈ ਲਾਈਵ ਆ ਚੱਲ ਪਈ ਹੁਣ ਵਧੀਆ ਲੱਗਦਾ ਦੱਸ ਹੁਣ ਨਹੀਂ ਹੁੰਦੀ ਲੈਗ ਫਟ ਗਈ ਸਾਰੀ ਲੈਗ ਕਰਨ ਚੱਕ ਜਿਹੜੇ ਮਰਜ਼ੀ ਟਰੈਕਟਰ ਕਰਨੀ ਝਾਕੀ ਚੱਲ ਵੀਰੇ ਕਿੰਨਾ ਟਾਈਮ ਲੱਗਣਾ ਤੈਨੂੰ ਬਈ ਕਰੀ ਜਾਣਾਗਾ ਮੈਂ ਉੱਥੋਂ ਡੈਸਕਟੋਪ ਤੋਂ ਚੱਕ ਕੇ ਲਾਇਆ ਹੁਣ ਮੈਨੂੰ ਐ ਨਹੀਂ ਪਤਾ ਲੱਗਦਾ ਕਿਵੇਂ ਕੁਛ ਹੈ ਯਾਰ ਜੌਂਡੀ ਯਾਰ 5500 ਐਮ ਆ ਯਾਰ ਪਤਾ ਨਹੀਂ ਕਿਹੜਾ ਹੈ ਜੌਂਡੀ ਯਾਰ 5500
5100 ਐਮ ਉਹੀ ਆ ਜਿਹੜਾ ਯਾਰ ਗੁਰੀ ਜਿਹੜਾ ਨਵਾਂ ਦਾ ਭੇਜਿਆ ਯਾਰ ਤੁਹਾਨੂੰ ਅੱਜ ਮੈਂ ਮੈਨੂੰ ਉਹਦੇ ਚ ਪਤਾ ਹੀ ਨਹੀਂ ਚੱਲਿਆ ਉਹਦੇ ਚ ਮਿਲਿਆ ਨਹੀਂ ਮੈਨੂੰ ਜਾ ਯਾਰ ਤੈਨੂੰ ਮੈਂ ਭਰ ਲਈ ਜੌਂਡੀਅਰ ਚ ਜਾ ਕੇ ਸਾਰਿਆਂ ਚ ਮੈਂ ਉੱਥੇ ਡੈਸਕਟਾਪ ਤੇ ਭੇਜਤਾ ਉਹਦੇ ਚ ਕੋਈ ਚੇਂਜ ਤਾਂ ਨਹੀਂ ਕਰਾਈ ਬਾਹੂ ਚੱਕ ਕੇ ਭੇਜਤਾ ਮੈਂ ਉਹੀ ਸਿੱਟਿਆ ਹੋਇਆ ਕੋਈ ਨਾ ਮੈਂ ਭੇਜ ਦਿੰਦਾ ਰਹਿਣ ਦੇ ਵਾਸਤੇ ਸਭ ਤੋਂ ਪਹਿਲ ਤੇ ਪਿਆ 5100 ਐਮ ਸਭ ਤੋਂ ਪਹਿਲਾ ਮੋੜ ਆ ਜਿਹੜਾ ਉਸ 5100 ਐਮ ਹੈ ਸਭ ਤੋਂ ਪਹਿਲਾ ਮੈਨੂੰ ਐਂ ਲੱਗਾ ਅੱਖਾਂ ਕੇ ਕਾਲ ਡੋਡੇ ਪੈਣ ਮੈਂ ਜੌਂਡੀਅਰ ਚ ਥੱਲੇ ਜੌਂਡੀਅਰ ਚ ਭਲੀ ਹੁੰਦੇ ਓਹੋ ਮੁੰਡੇ ਟਾਈਮ ਵੇਸਟ ਹੋ ਰਿਹਾ ਬੇਫਾਲਤੂ ਬਸ ਗੁਰੀ ਨੂੰ ਤਾਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਸਾਨੂੰ ਭਰਾਵਾ ਪਤਾ ਹੀ ਵਾਲੀ ਗੱਲ ਨੀ ਜੱਟ ਵੀ ਬਾਈ ਤੂੰ ਟਾਈਮ ਨਾਲ ਆਇਆ ਕਰ ਤੂੰ ਇੰਨਾ ਲੇਟ ਆਇਆ ਹੈ ਤੂੰ ਤੇ ਈਸਾ ਬਾਈ ਤਾਂ ਬਹੁਤ ਟਾਈਮ ਦਾ ਆਇਆ ਤੇ ਈਸੇ ਬਾਈ ਦਾ ਕਿਹੜਾ ਕਰਵਾਤਾ ਤੁਸੀਂ ਚੱਲ ਈਸੇ ਬਾਈ ਤੁਹਾਡੇ ਕੋਲ ਕੀ ਰਹਿੰਦਾ ਹੁਣ ਬਾਈ ਆਇਆ ਹੁਣ ਇਹਨੇ ਭੇਜਿਆ ਹੁਣ ਦੁਬਾਰਾ ਔਨ ਕਰੂੰਗਾ ਸਰਵਰ ਮੈਂ ਚਲਾ ਕੇ ਦੇਖਦਾ ਕੀ ਆਉਂਦਾ ਹੁਣ ਤੇਰੇ ਕੋਲ ਵੀ ਬਈਆ 5100 ਐ ਵੀ ਮੈਨੂੰ ਜਿਸ ਤੱਕ ਲੱਗਦਾ ਮਿਸਿੰਗ ਕਰੂਗਾ ਬਾਕੀ ਆ ਗਈਆਂ ਫੈਲਾਂ ਉੱਤੋਂ ਇਹ ਵੀ ਕਹਿੰਦਾ ਵੀ ਸੇਮ ਫੈਲਾਂ ਸੀ ਹਾਂ ਹਜੇ ਵੀ ਕਹਿੰਦਾ ਕਹਿੰਦਾ ਬਾਈ 5100 ਐ ਹਜੇ ਵੀ ਐ ਕਹਿੰਦਾ ਕਰੂਗਾ ਪੱਕਾ ਇਹਨੂੰ ਵੀ ਨਹੀਂ ਪਤਾ ਹਜੇ ਕਹਿੰਦਾ ਕਿ ਮੇਰੀ ਗੇਮ ਨਹੀਂ ਨਾ ਚੱਲਦੀ ਉਹਨਾਂ ਚੱਕਰ ਮੈਂ ਕਿ ਮੁੰਡੇ ਉਸ ਨੂੰ ਮੈਂ ਟਰੈਕਟਰ ਦਿਖਾਉਣਾ ਉਹਨੇ ਅਜੇ ਬਾਈ ਵਰਗੇ ਆ ਜਾਂਦੇ ਆ ਇੱਥੇ ਬਲ ਆਪਾਂ ਸਾਈਡ ਕਰਦੇ ਸਭ ਦੇ ਟਰੈਕਟਰ ਅਲੱਗ ਅਲੱਗ ਕਰਕੇ ਖੜਾਉਂਦੇ ਆ ਵੀ ਕਿਹੜਾ ਕਿਹਦਾ ਹਨਾ ਸਭ ਤੋਂ ਪਹਿਲੇ ਤੇ ਬਹਿੰਦੇ ਆਪਾਂ ਆਹ ਟਰੈਕਟਰ ਮੈਨੂੰ ਲੱਗਦਾ ਬਾਈ ਬਣਾਇਆ ਗਾ ਖੁਸ਼ ਨੇ ਆਪਦੇ ਲਈ ਹੈ ਨਾ ਇਹ ਖੁਸ਼ ਦਾ ਟਰੈਕਟਰ ਹੈ ਇਹਨੂੰ ਬੈਕ ਲੈ ਕੇ ਚੱਲਦੇ ਹਾਂ ਤੂੰ ਇੱਥੇ ਕੀ ਦੇਖਣਾ ਹੈ ਤੂੰ ਟਰੈਕਟਰ ਸਾਈਡ ਤੇ ਕਰ ਲਾ ਆਪਦੇ ਨਹੀਂ ਟਰੈਕਟਰ ਦੇਖਦੇ ਹੈਗੇ ਚੱਲ ਪਈ ਬਾਈ ਮੇਰੀ ਗੇਮ ਉਹ ਇਸੇ ਬਾਈ ਨੂੰ 5100 ਭੇਜ ਦੇ ਭੇਜਤਾ ਭੇਜਤਾ ਓਕੇ ਤੇ ਮੁੰਡੇ ਆ ਦੇਖਦੇ ਹਾਂ ਟਰੈਕਟਰ ਸਾਰੇ ਠੀਕ ਹੈ ਆਹ ਕਲੀਅਰ ਦਾ ਬਾਈ ਕਲੀਅਰ ਹੁਣ ਦੇਖ ਲਾ ਜਾ ਬਾਈ ਤੇਰਾ ਥੌਰ ਦੇਖ ਲੱਗਦਾ ਨਾ ਬਰਾਬਰ ਖੜਾ ਉਹਦੇ ਮੇਰੇ ਵਾਲੇ ਤੋਂ ਵੱਡਾ ਲੱਗਦਾ ਮੇਰੇ ਵਾਲੇ ਤੋਂ ਵੱਡਾ ਹੋ ਗਿਆ ਟਰੈਕਟਰ ਦੇ ਦੇਖੀ ਉੱਚਾ ਵੱਧ ਹੋ ਗਿਆ ਕੋਈ ਚੱਕਰ ਨਹੀਂ ਤੇ ਲੋਈ ਮੁੰਡੇ ਇਹ ਆ ਕਲੀਅਰ ਵਾਈਟੀ ਦਾ ਲੜਦਾ ਸੀ ਲੜਦਾ ਸੀ ਇਹਨੂੰ ਵੀ ਲਾ ਦਈਏ ਆਪਾਂ ਸਾਈਡ ਤੇ ਸੋਨਾਲੀਕਾ ਮਾਮੀ ਗੀਤਾ ਸਾਡੇ ਨਾ ਉੱਥੋਂ ਸ਼ੁਰੂ ਕਰਨੀ ਬਣੀ ਕਹਾਣੀ ਬਸ ਜੇ ਤੈਨੂੰ ਪਤਾ ਲੱਗ ਗਿਆ ਮਨ ਬਸ ਚੁੱਪ ਹੋ ਜਾ ਸਾਰਾ ਫੋਲਡਰ ਆ ਗਿਆ ਮੁੰਡੇ ਇਹ ਤਾਂ ਫਿਰ ਤੈਨੂੰ ਪਤਾ ਇਹਨੇ ਜਦੋਂ ਆਉਣਾ ਹੈ ਨਾ ਬਾਕੀ ਮੈਨੂੰ ਪਤਾ ਗੁਰੀ ਦਾ ਸਾਰਾ ਜ਼ੋਰ ਲੱਗਿਆ ਇਹਨੂੰ ਤੇ ਫੋੜ ਨੂੰ ਹਰਾਉਣ ਦੇ ਲਈ ਮੇਰੇ ਕੋਲ ਸਟੀਅਰਿੰਗ ਵੀ ਆਲਾ ਦੱਸ ਮੈਂ ਤਾਂ ਕਿਉਂ ਨਾ ਪਤਾ ਸਟੈਂਡਰਡ ਬਣ ਗਿਆ ਯਾਰ ਸਟੈਂਡਰਡ ਸਟੈਂਡਰਡ ਓਏ W900 ਭੇਜੀ ਬਾਈ ਨੂੰ ਇੱਕ ਲਿਖਿਆ ਜੌਂਡੀਅਰ 5100 M ਉਹ ਤਾਂ ਭੇਜਤਾ ਬਾਈ ਤੁਹਾਨੂੰ ਭੇਜਤਾ ਉਹ ਮੈਂ ਪਾ ਵੀ ਦਿੱਤਾ ਜਾਂ ਫੇਰ ਵੀ ਆ ਰਿਹਾ ਦੁਬਾਰੇ ਪਾਓ ਬਈ ਦੁਬਾਰੇ ਨੂੰ ਬਾਈ ਮੈਨੂੰ ਮੈਨੂੰ ਕਿਹਾ ਭੇਜਣ ਨੂੰ ਜੱਟ ਬੀਸਟ ਨੂੰ ਤੂੰ 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 ਭੇਜ W900 ਠੀਕ ਹੈ ਬਿਟ ਰੇਟ ਦਾ ਕੋਈ ਚੱਕਰ ਪਿਆ ਆਪਾਂ ਨੂੰ ਜਾ ਕੇ ਦੇਖੀਏ ਬਿਟ ਰੇਟ ਦਾ ਕੀ ਚੱਕਰ ਪੈ ਗਿਆ ਆਪਣੀ ਉਹਦੇ ਵਿੱਚ ਨਹੀਂ ਇਹ ਨਹੀਂ ਪਤਾ ਆ ਰਿਹਾ ਕੁਛ ਨਾ ਕੁਛ ਬਾਹਰ ਨਹੀਂ ਦੀ ਸਟੀਮ ਸਟੀਮ ਦੀ ਆਉਂਦੀ ਸਟੀਮ ਦੀ ਇੱਕ ਮਿੰਟ ਸੈਟਿੰਗ ਆਊਟਪੁੱਟ 2500 ਬਿਟ ਰੇਟ ਕੀਤੀ ਪਈ ਹੈ ਥੱਲੇ ਦੱਸ ਤੂੰ ਮੈਨੂੰ ਹੁਣੀ ਭੇਜਿਆ ਤੂੰ ਸੈਗਾ 5100 ਐਮ ਕਿੰਨੇ ਹਾਂਜੀ ਹਾਂਜੀ ਉਹੀ ਆ ਬਾਈ ਹਾਂ ਉਹੀ ਆ ਬਈ ਉਹੀ ਆ
ਚੱਕੋ ਬਈ 735 ਦੇ ਨਾਲ ਸਮਾਨ ਕਿਹੜਾ ਏ ਜੌਂਡੀ ਯਾਰ ਤੇ ਆ ਬਾਈ ਮੁੰਡਾ ਕੀ ਨਾ ਇਧਰ ਜੱਟ ਬੀਸਟ ਉਹਦਾ ਟਰੈਕਟਰ ਹੈ ਠੀਕ ਹੈ ਇਹਦਾ ਹਜੇ ਵੇਟ ਬੂਟ ਆਪਾਂ ਦੇਖਣੇ ਆ ਸਾਰਿਆਂ ਦੇ ਵੇਟ ਬੂਟ ਮੈਨੂੰ ਕਿਸੇ ਦਾ ਨਹੀਂ ਪਤਾ ਵੀ ਕਿਹੜੇ ਦਾ ਕਿੰਨਾ ਹੈ ਬਾਈ ਉਹਦਾ ਹਿੰਦੁਸਤਾਨ W900 ਦਾ ਨਾਂ ਕੀ ਲਿਖਿਆ ਹਿੰਦੁਸਤਾਨ W ਲਿਖਿਆ ਕਿ ਹਿੰਦੁਸਤਾਨ ਨਿਊ ਉਸ ਤੋਂ ਬਾਅਦ ਮੁੰਡਿਓ ਆਹ ਆਪਣਾ ਟਰੈਕਟਰ ਆ ਗਿਆ ਮੈਂ ਸਾਰਿਆਂ ਦੇ ਕਿਹਾ ਉਹਨੇ ਬਾਈ ਸਾ ਆਉਂਦਾ ਹੈ ਕਿਉਂਕਿ ਚੀਫ ਗੈਸਟ ਬਾਈ ਜੀ ਲੇਟ ਹੀ ਆਉਂਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਇਸਾ ਬਾਈ ਵਾਲੇ ਦੇ ਕੋਲ ਜੂਆਰ ਸਿਮਰ ਸੈਣੀ ਜਿਹੜਾ ਅੱਜ ਵੀ ਹੈ ਨੀ ਤੇ ਕੱਲ ਵੀ ਹੈ ਨੀ ਇਹਦਾ ਟਰੈਕਟਰ ਵੀ ਮੁੰਡੇ ਆਪਾਂ ਸਾਈਡ ਤੇ ਲਾ ਦਈਏ ਜੱਟ ਬੀਸਟ ਤੈਨੂੰ ਆਪਦੇ ਟਰੈਕਟਰ ਪਤਾ ਕਿਹੜੇ ਕਿਹੜੇ ਆ ਉਹ ਸਾਈਡ ਤੇ ਕਰ ਲੈ ਇੱਥੇ ਉਂਗਲਾਂ ਦੇ ਨਹੀਂ ਫੜਦੇ ਕੋਈ ਜਿਹਦੇ ਪਤਾ ਤਾਂ ਹੈ ਨਹੀਂ ਕਿਹੜੇ ਨੇ ਚੋ ਮੇਰੇ ਨਾਮ ਧੰਦਾ ਤਾਂ ਦੇਖਦਾ ਨਹੀਂ ਉੱਪਰ ਕੋਈ ਵੀ ਨਹੀਂ ਕਰ ਰਿਹਾ ਵੀਰੇ ਬਿਲਕੁਲ ਕੋਈ ਮਿਸ ਨਹੀਂ ਕਰ ਰਿਹਾ ਤੈਨੂੰ ਕੋਈ ਵੀ ਨਹੀਂ ਕਰ ਰਿਹਾ ਜੀ ਅਰਮਾਨ ਭੱਟੀ ਕਿਉਂ ਹੋ ਪਿਆ ਅੰਨਾ ਹੈ ਅੰਨਾ ਭਰਾਵਾ ਇੰਨੇ ਟਰੈਕਟਰ ਤੇ ਉਲਝਾ ਤਾ ਜਿਹਨੂੰ ਅਰਮਾਨ ਜਿਹਨੂੰ ਆਪਦੇ ਟਰੈਕਟਰ ਹੀ ਨੀ ਪਤਾ ਮੇਰੇ ਕਿਹੜੇ ਕਿਹੜੇ ਨੇ ਉਹ ਦੂਜਿਆਂ ਦਾ ਕੀ ਯਾਰ ਜੱਜਮੈਂਟ ਕਰ ਲੂਗਾ ਦੱਸ ਓ ਬਾਈ ਕਾਪੀ ਲਿੰਕ ਈਸਾ ਬਾਈ ਪੇਸਟ ਪਰ ਚਾਹ ਤੂੰ ਕਿਆ ਤਰਦੇ ਨੂੰ ਚੱਕੋ ਬਾਈ ਆ ਗਿਆ ਨਾਮ ਕਰੋ ਹਿੰਦੁਸਤਾਨ ਬਾਈ ਫਾਈਲ 5 ਜੀਬੀ ਦੀ ਹੈ ਮੇਰੇ ਹਿਸਾਬ ਨਾਲ ਸਾਰੇ ਜਿਹੜੇ ਸਿਮਰ ਨੂੰ ਫੋਲੋ ਕਰ ਸਿਮਰ ਦੀ ਨਿਕਲ ਗਈ ਟੱਕੀ ਬਿਮਾਰ ਹੋ ਗਿਆ ਓ ਬਾਈ ਜੌਨ ਡੀਅਰ 5075 ਈ ਇਹ ਆਪਾਂ ਕਿਰਾ ਟੂਪੀ ਵਿੱਚ ਖਰੀਦਿਆ ਜੇ ਆਪਣਾ ਕੰਮ ਲੋਟ ਰਿਹਾ ਤਾਂ ਠੀਕ ਹੈ ਨਹੀਂ ਪਰ ਜੀ ਨਾਲ ਮਾਨ ਪੱਟੀ ਸਿਆਂ ਦੱਸੋ ਰਿਪਲੇਸ ਕਰ ਦੇਵਾਂਗੇ ਜੀ ਰਿਪਲੇਸ ਕਰ ਦੇਵਾਂਗੇ 4x4 ਲਿਆਵਾਂਗੇ ਉਹ ਤੂੰ ਟਾਇਰ ਵੱਡੇ ਕਿਉਂ ਕਰੀ ਜਾਂਦਾ ਟਰੈਕਟਰ ਦੂਜੇ ਨਾਲੋਂ ਸੁਗਰੀ ਯਾਰ ਫਿਰ ਤਾਂ ਤੇਰੀ ਹੁੱਕ ਆਟੋਮੈਟਿਕ ਉੱਚੀ ਜਾਣੀ ਹੈ ਹੁੱਕ ਨੀਵੀਂ ਕਰ ਦੇਵਾਂਗੇ ਬਾਈ ਉਹ ਭਰਾਵਾ ਟਾਇਰ ਮੈਂ ਟਾਇਰ ਸਾਰੇ ਦੇਖੋ ਜੇ ਪਾਏ ਵੀ ਟੋਚਣ 'ਚ ਕੋਈ ਵੱਡਾ ਛੋਟਾ ਨਾ ਰਹਿ ਜੇ ਤੇ ਤੂੰ ਆਪਦੇ ਹੀ ਧੂੜ 'ਚ ਟੱਟੂ ਦਬੱਲੀ ਜਾਂਦਾ ਹੈ ਬਾਈ ਹੁਣ ਭਰਾਵਾ ਰੀਅਲ ਗੇਮ ਨਹੀਂ ਹੈਗੀ ਰੀਅਲ ਟਰੈਕਟਰ ਨਹੀਂ ਗੇਮ ਇਹ ਸਹੀ ਕਰਤਾ ਬਈ ਗੇਮ ਹੈ ਵੀਰੇ ਗੇਮ ਗੇਮ ਨੂੰ ਗੇਮ ਤਰੀਕੇ ਨਾਲ ਲੈ ਐਡਾ ਸੀਰੀਅਸ ਲੈਣ ਦੀ ਕੋਈ ਲੋੜ ਨਹੀਂ ਹੈਗੀ ਟਾਇਰ ਮੈਂ ਸਾਰਿਆਂ ਦੇ ਇੱਕ ਸਹੀ ਦੇ ਕੀਤੇ ਹੋਏ ਆ ਮੈਂ ਤਾਂ ਕੀਤਾ ਸੀ ਨਾ ਮੈਂ 50-75 ਹੀ ਲੱਗੇ ਤਾਂ ਸਹੀ ਲੱਗਣ ਨੂੰ ਤਾਂ ਇੱਥੇ ਕੋਈ ਵੀ ਨਹੀਂ ਲੱਗਦਾ ਕੁਛ ਠੀਕ ਹੈ ਲਾਉਣੇ ਆ ਹੋਰ ਮੈਂ ਹੁਣ ਕਰੀ ਕੀ ਜਾਣਾ ਮੈਨੂੰ ਦੱਸ ਪਹਿਲਾਂ ਠੀਕ ਆ ਆ ਹੈਗਾ ਵੀ ਮੇਰਾ ਟਰੈਕਟਰ ਚਲੋ ਵੀ ਪਹਿਲਾਂ ਆਪਾਂ ਆਪਣੇ ਜੌਂਡੀਅਰ ਨੂੰ ਲਾ ਕੇ ਆਉਣਾ ਹੈ ਬੰਦਾ ਪਛਾਣ ਸਕਦਾ ਵੀ ਮੇਰਾ ਟਰੈਕਟਰ ਹੈਗੇ ਮਾੜੇ ਮਿਸਤਰੀਆਂ ਨੇ ਸਟicker ਵੀ ਲਵਾਏ ਉੱਪਰ ਮੇਰੇ ਨਾਮ ਉੱਥੇ ਤਾਂ ਗੱਲ ਆ ਉਹ ਗੱਲ ਤਾਂ ਉਹੀ ਆ ਸਟicker ਬਲਰ ਕਿਉਂ ਹੋ ਗਿਆ ਬਈ ਇਹਦਾ ਜੌਂਡੀਅਰ ਲਿਖੇ ਵਾਲਾ ਆ ਕੀ ਦਿੱਕਤ ਆ ਗਈ ਵੀਰੇ ਬਣਾਇਆ ਤੂੰ ਆ ਮੈਨੂੰ ਕੀ ਪਤਾ ਦੱਸ ਛੱਤੀ ਗੁਰੀ ਨੇ ਭੇਜਿਆ ਲਾਸਟ
ਲਾਸਟ ਐਂਡ ਓਨਲੀ ਆ ਤਾਂ ਗੁਰੀ ਦਾ ਆਪੇ ਲੈ ਜੂ ਉਹਨਾਂ ਨੂੰ ਆ ਇਹ ਕੋ ਸਿੱਤੀ ਦੀ ਆ ਸਿਮਰ ਦਾ ਸਿਮਰ ਚੈੱਕ ਕਰ ਆਹ ਤੇਰਾ ਟਰੈਕਟਰ ਹੁਣ ਨਾ ਜੱਜਮੈਂਟ ਜੀ ਹੋ ਜੂ ਵੀ ਕਿਹੜਾ ਕਿਹਦਾ ਟਰੈਕਟਰ ਆ ਬਾਈ ਉਦੋਂ ਬਾਅਦ ਥੋੜਾ ਮੋਟਾ ਕੋਈ ਰੰਗ ਮੰਚ ਕਰਾਂਗੇ ਆਪਾਂ ਕੋਈ ਟੋਚਨ ਛੋਚਨ ਪੂਰੀ ਦੇ ਨਵੇਂ ਟਰੈਕਟਰ ਆਏ ਨੇ ਉਹਨਾਂ ਦਾ ਦੇਖਣਾ ਦੋ ਟਰੈਕਟਰ ਨਵੇਂ ਆਏ ਆ ਛੋਂ ਲੱਗੇ ਮੇਰਾ ਜੀ ਕਰਦਾ ਮੈਂ ਗਾਲ ਕੱਢਾਂ ਉਹ ਵੀ ਗੰਦੀ ਉਹ ਭੈਣ ਚੁੱਪ ਯਾਰ ਨਵਾਂ ਟਰੈਕਟਰ ਤੁਹਾਨੂੰ ਕੀ ਕਰਕੇ ਦੇ ਦਿਆ ਬੰਦਾ ਫੁੱਦੂ ਆ ਭੈਣ ਚੋਂ ਜਿਹੜਾ ਮੈਂ ਰੋਜ਼ ਭੌਂਕਦਾ ਤੁਹਾਨੂੰ ਕੁੱਤੇ ਵਾਂਗੂ ਵੀ ਕੀ ਕੀ ਚੀਜ਼ ਕਰਨੀ ਹੈ ਫੇਰ ਉਹੀ ਗੱਲ ਗਲਤ ਪੜਿਆ ਗਿਆ ਉਹ ਫਿਰ ਠੀਕ ਹੈ ਬਾਈ ਮੇਰੀ ਗੱਲ ਸੁਣਾ ਫਾਰਮ ਟੈਗ ਬਲੈਕ ਸੀ ਮੇਰਾ ਕਿ ਬਲੂ ਵਾਲਾ ਜਿਹੜਾ ਦੂਜਾ ਬਲੈਕ ਹੈ ਤੇਰਾ ਭਈਆ ਆਪਣਾ 911 DI ਹੋਇਆ ਹੋਇਆ ਠੀਕ ਹੈ ਟਰਬੋ ਟਰਬੋ ਲੱਗੀ ਹੋਈ ਹੈ ਤੇ 6 ਸਿਲੰਡਰ ਇੰਜਨ ਧਰਿਆ ਹੋਇਆ ਪੂਰਾ ਤਗੜਾ ਕੰਮ ਤੇ ਲੋ ਲਿਆ ਚੈੱਕ ਕਰੋ ਆਪ ਫਾਰਮ ਟੈਗ ਜਿਹੜਾ ਬਲੈਕ ਰੰਗ ਦਾ ਸੋਹਣੇ ਹੋ ਜਿਹਦਾ ਸਲੈਂਸਰ ਕਿਤੇ ਹੋਇਆ ਅੱਛਾ ਉਹ ਥੱਲੇ ਪਾਸੇ ਲੱਗਿਆ ਮੈਂ ਲੱਗਿਆ ਤੇ ਇਹਨਾਂ ਨੇ ਰੱਖ ਲਿਆ ਵੇਚਤਾ ਇਹਨਾਂ ਨੇ ਉਹ ਬੰਦਾ ਨਹੀਂ ਇੱਕ ਤਾਂ ਤੈਨੂੰ ਪਤਾ ਵੀ ਇੱਕ ਤਾਂ ਮਿਸਤਰੀ ਇੱਕ ਤਾਂ ਜਿਹੜਾ ਬਣਿਆ ਆ ਹੁਣ ਉਹ ਆਪਦੇ ਹੋਰ ਹੀ ਭੋਰੀ ਜਾਂਦਾ ਰਹਿੰਦਾ ਸਾਰੀਆਂ ਚੀਜ਼ਾਂ ਹੁਣ ਇਹ ਦੂਜੇ ਦੇ ਆ ਕੇ ਬਿੱਠੂ ਡਬਲ ਨੋ ਆਸੇ ਦੇ ਤਿੰਨ ਟਰੈਕਟਰਾਂ ਦੇ ਆ ਬਹਿ ਕੇ ਭੱਗ ਗਿਆ ਕੌਣ ਕੌਣ ਮੈਂ ਤਾਂ ਭਰਾਵਾ ਆਪਦੇ ਲਈ ਆਈ ਜਾਂਦਾ ਮੈਂ ਤੈਨੂੰ ਨਹੀਂ ਕਹਿ ਰਿਹਾ ਤੈਨੂੰ ਮੈਂ ਕਹਿ ਨਹੀਂ ਰਿਹਾ ਓਏ ਭਰਾਵਾ ਤੈਨੂੰ ਕੁਝ ਨਹੀਂ ਕਿਹਾ ਸੱਚਾ ਆ ਆ ਨਵੀਂ ਚੀਜ਼ ਬਾਈ ਡੈਕ ਚੇਂਜ ਕਰਾਦਾ ਆਪਾਂ ਬਹੁਤ ਪਹਿਲਾਂ ਪੁਰਾਣੀ ਲੁੱਕ ਜੀ ਦੇਖਿਆ ਸੀ ਤੁਸੀਂ ਕੱਲਾ ਡੈਕ ਚੇਂਜ ਕਰਾ ਕੇ ਲਿਆਂਦਾ ਇਹਦਾ ਆਪਾਂ ਮੇਰਾ ਦੂਜਾ ਕੁਝ ਨਹੀਂ ਕਰਿਆ ਇੱਤਾ ਬਾਈ ਦੀ ਆ ਗਿਆ ਓਏ ਫੋਟੋ ਲਈ ਆ ਨਵੀਂ ਮਾਲਵਾ ਬਲੌਕ ਮਾਲਵਾ ਬਲੌਕ ਸਿੱਧੂ ਮੂਸੇ ਵਾਲਾ ਇਹਨੂੰ ਕਿੱਥੇ ਲਾ ਕੇ ਆਉਣਾ ਆਪਣੇ ਵਾਲੇ ਨੂੰ ਇਹ ਤੇ ਪੈਪ ਮੁੰਡੇ ਇਹਦੀ ਕਿਹੜੇ ਰੰਗ ਦੀ ਕਰਾਈ ਅਰਮਾਨ ਪੈਪ ਆਪੇ ਦੀ ਦੋਵੇਂ ਟਰੈਕਟਰ ਦਾ ਨਾਂ ਦੱਸ ਅਰਮਾਨ ਦੋਵੇਂ ਟਰੈਕਟਰ ਦਾ ਨਾਂ ਦਿਖਾਉਣੇ ਤੇ ਤੈਨੂੰ ਮੈਂ ਟਰੈਕਟਰ ਦੀ ਫੋਟੋ ਭੇਜਾਂ ਹਾਂ ਅਰਮਾਨ ਨੂੰ ਅਰਮਾਨ ਤੈਨੂੰ ਫੋਟੋ ਭੇਜਦਾ ਟਰੈਕਟਰ ਦੀ ਪੈਗ ਤਾਂ ਲਾਏ ਨੀ ਪੈਗ ਤਾਂ ਮੈਂ ਹੁਣ ਪੀਣੀ ਛੱਡੀ ਹੋਈ ਹੈ ਥੋੜੇ ਟਾਈਮ ਖਾਤਰ ਠੀਕ ਹੈ ਤੇ ਆਪਣਾ 50-75 ਅਰਮਾਨ ਚ ਲਿਆਂਦਾ ਆਪਾਂ ਇਹ ਨਵਾਂ ਟਰੈਕਟਰ ਹੈ ਆਪਣਾ ਠੀਕ ਹੈ ਤੇ ਜੇ ਆਪਣਾ 911 ਅਰਮਾਨ ਫੋਟੋ ਦੇਖ ਕੇ ਮਾੜਾ ਜਿਹਾ ਦੱਸੀ ਕੀ ਚੀਜ਼ ਹੈ ਇੰਸਟਾ ਚੈੱਕ ਕਰ ਮਾਲਵਾ ਬਲੌਗ ਭਲਵਾਨ ਗਰੁੱਪ ਵਾਲਾ ਟਰੈਕਟਰ ਨੀ ਲੈ ਕੇ ਬੋਕੋ ਯਾਦ ਨੀ ਕਰਾਇਆ ਕਿਸੇ ਨੇ ਭਾਈ ਹੁਣ ਨਾ ਬੰਦ ਕਰੀ ਮਿਹਨਤ ਹੀ ਆ ਦੋਨੇ ਹੱਥ ਨਹੀਂ ਨਹੀਂ ਹੁਣ ਨਹੀਂ ਕਰਦਾ ਉਹ ਤਾਂ ਭਲਵਾਨ ਗਰੁੱਪ ਦਾ ਐਤਵਾਰ ਨੂੰ ਆਊ ਫਿਰ ਆਹੋ ਬਸ ਕੰਪਨੀ ਨੂੰ ਆਪਣਾ ਮੁੱਖ ਖਰਾਬ ਹੋ ਗਿਆ ਸਾਰਾ ਪਲਾਨ ਉਹ ਕੁਝ ਕਿਸ਼ ਨਹੀਂ ਕੀਤਾ ਹਲੇ ਕਰਨ ਆ ਜੱਟ ਵਿਸ਼ਟ ਦੇ ਬੱਲੇ ਉਹ ਤਾਂ ਹੈ ਹੀ ਆ ਐਤਵਾਰ ਨੀ ਆਊ ਅਜੇ ਡਿਸਾਈਡ ਨੀ ਹੋਇਆ ਸੀ ਨਾ ਬਾਈ ਕੋਈ ਕਿਹੜਾ ਟਰੈਕਟਰ ਲਈਏ ਇਹ ਤਾਂ ਰੀਸ ਵਾਲੀ ਕਰਦਾ ਯਾਰ ਨਹੀਂ ਪਰ ਬਾਈ ਸੱਚੀ ਹੁਣ ਜਲਦਬਾਜ਼ੀ ਚ ਫੈਸਲਾ ਥੋੜੀ ਲਈਦਾ ਇੱਕ ਤਾਂ ਰੀਸ ਵਾਲੀ ਕਰਦਾ ਰੀਸ ਵਾਲੀ ਕਰਦਾ ਦੇਖ ਮੈਂ ਕਹਿੰਦਾ ਵੀ ਐਤਵਾਰ ਨੂੰ ਮੈਂ ਟਰੈਕਟਰ ਲੈਣਾ ਹੁਣ ਇਹ ਵੀ ਕਹਿੰਦਾ ਮੈਂ ਐਤਵਾਰ ਨੂੰ ਲਿਆਉਣਾ
ਉਹ ਮੈਂ ਬਈ ਪਹਿਲੀ ਮੇਰੇ ਚਾਰ ਇਹ ਕਿਉਂ ਹੈ ਯਾਰ ਇਹ ਦੱਸਿਆ ਤਾਂ ਸੀ ਉਹੀ ਗੱਲ ਲੈ ਕੇ ਕਿਉਂ ਹੈ ਯਾਰ ਇਹ ਜਿਹੇ ਕਿਹੜੀ ਗੱਲ ਹੈ ਟਰੈਕਟਰ ਖਿੱਚਿਆ ਮੇਰਾ ਓਏ ਉਹ ਨੀਲਾ ਸਵਰਾਜ ਖੜਾ ਲੈ ਜਾ ਯਾਰ ਜਾ ਭੱਜ ਓਕੇ ਜੇ ਬੰਦੇ ਨੇ ਮਿਸਤਰੀਆਂ ਨੇ ਨਾਮ ਲਿਖਿਆ ਫਿਰ ਤਾਂ ਕਹਿਣਾ ਕੀ ਹੈ ਕੁਝ ਸਾਡੇ ਮਿਸਤਰੀਆਂ ਮਾਰੇ ਹਜੇ ਉਹ ਲਿਆਂਦੇ ਨਹੀਂ ਅੱਜ ਆਪਾਂ ਲੈ ਕੇ ਨੇ ਉਹਨੂੰ ਐਤਵਾਰ ਨੂੰ ਲੈ ਕੇ ਆਉਣਾ ਮੋਡੀਫਾਈ ਕਰਾਉਣੇ ਨਾ ਫਿਰ ਇਹ ਤਾਂ ਮਿਸਤਰੀ ਕੋਲੇ ਖੜਾਉਣਾ ਨੂੰ ਅੱਜ ਜਾ ਕੇ ਇਹਦਾ ਤੂੰ ਐ ਸ਼ੁਕਰ ਮਨਾ ਤੇਰੇ ਮਿਸਤਰੀ ਚੰਗਾ ਸੀ ਜਿਹਨੇ ਤੈਨੂੰ ਡੈਕ ਲਵਾ ਕੇ ਦਿੱਤਾ ਵੀ ਚੱਲ ਲੰਡਾ ਕਿੱਥੇ ਲਿਜਾਊਗਾ ਤੈਨੂੰ ਆਪ ਹੀ ਨਾ ਖੋਲਣਾ ਪੈ ਜੇ ਘਰੇ ਟਰੈਕਟਰ ਆ ਮੈਨੂੰ ਐ ਆ ਮੂਹਰਲੇ ਟਾਇਰ ਪਿੱਛੇ ਨਾਲ ਲੱਗ ਗਏ ਪਿਛਲੇ ਮੁੰਡੇ ਨਾਲ ਲੱਗ ਗਏ ਫਿਰ ਕੀ ਹੈ ਪੱਟੋ ਤੇ ਮੂਹਰੇ ਪਵਾ ਲਿਆ ਕਰੀ ਸਵਰਾਜ ਮੜਾ ਲੈ ਜਾ ਕਰਦਾ ਸੀ ਮੈਂ ਵੇਚਤਾ ਸੀ ਇਹਨੂੰ ਅਲੱਗ ਤੋਂ ਲਾ ਦਿੰਦੇ ਪਿੱਛੇ ਬਹੁਤ ਹੋਈ ਹੈ ਬਾਈ ਐ ਜਦੋਂ ਮੈਂ ਸਿੱਖਦਾ ਕਰਕੇ ਤੂੰ ਨਾ ਅਸਲ 'ਚ ਨਾ ਪੱਗ 'ਤੇ ਕਿਲੋ ਪਤਾਸੇ ਨਹੀਂ ਦਿੱਤੇ ਹੱਦ ਤੱਕ ਤੂੰ ਤਾਂ ਹੀ ਨਹੀਂ ਤਰੱਕੀ ਕਰ ਰਿਹਾ ਬਾਈ ਨੂੰ ਸਮਝ ਨਹੀਂ ਆਈ ਕਿੱਥੇ ਜੇ ਦੱਸ ਪਹਿਲਾਂ ਮਤਲਬ ਤੂੰ ਉਹ ਮੈਨੂੰ ਫੋਟੋ ਭੇਜੀ ਨਾ ਉਹਦੇ ਬਾਅਦ ਜੀ ਐਡੀਟਿੰਗ ਕਰਕੇ ਦੱਸ ਦੇ ਵੀ ਕਿਹੜੀ ਕਹਿੰਦਾ ਵੀ ਲਾਈਏ ਜਾਂ ਲਾ ਦਈਏ ਉਹਨੂੰ ਹਏ ਵੀ ਨਾ ਹੀ ਲਾਈਏ ਹੈਲ ਬਾਈ ਸਲਾਈਸਰ ਸਹੀ ਹੈ ਨਾ ਬਾਈ ਕਹਿੰਦਾ ਸਟੰਟ ਕਰਾਉਣ ਨੂੰ ਰੱਖਿਆ ਆਪਾਂ ਕਹਿੰਦਾ ਇੱਕ ਦੂਜਾ ਕਹਿੰਦਾ ਹੋਰ ਰੱਖਿਆ ਪੇਚਾ ਪਾਉਣ ਨੂੰ ਕਹਿੰਦਾ ਏ ਉਹ ਛੋਟੀ 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 ਉਹ ਲੈਟਾਂ ਬੜੀਆਂ ਖਤਰਨਾਕ ਨੇ ਬਾਈ ਹਰੀਆਂ ਹਰੀਆਂ ਹੋਰ ਗੱਲਾਂ ਦੀਆਂ ਗੱਲਾਂ ਤੇ ਲੋਈ ਮੁੰਡੇ ਬਾਈ ਦਾ ਲਾਸਟ ਟਰੈਕਟਰ ਇਹ ਵੀ ਲਾ ਦਿਆ ਪੋਥੀ ਠੁੱਕਰ ਲੋ ਵੀ ਇੱਧਰ ਤਾਂ ਆਪਣੇ ਖੜ ਗਏ ਟਰੈਕਟਰ ਤੇ ਪਰ ਫਿੱਟਾ ਦਿਖਾ ਦਿੰਨੇ ਆ ਬਾਈ ਤੁਹਾਨੂੰ ਸਾਰਿਆਂ ਨੂੰ ਸਵਰਾਜ ਬਾਈ ਗਾਇਸ ਦੇਖੋ ਯਾਰ W900 ਤੇ ਕੁਝ ਹਿੰਦੀ ਬ੍ਰਦਰਸ ਉਹ ਵੀ ਹੋਗੇ ਔਰ ਕੁਝ ਪੰਜਾਬੀ ਵੀ ਯਾਰ ਹਨਾ ਯਾਰ ਨਏ ਨਏ ਟਰੈਕਟਰ ਲੈ ਕੇ ਆਏ ਯਾਰ ਇਤਨਾ ਕੁਝ ਕਰ ਰਹੇ ਹੈ ਆਪਕੇ ਲਈ 12 ਜਾਣੇ ਦੇਖ ਰਹੇ ਹੋ ਔਰ ਲਾਈਕ ਸਿਰਫ 5 ਕੀ ਹੈ ਯਾਰ ਅਭੀ ਇਹ ਅੱਛੀ ਬਾਤ ਥੋੜੀ ਨਾ ਹੈ ਆਪਾਂ ਹਿੰਦੀ ਵਿੱਚ ਬਾਤ ਕਿਉਂ ਕਰ ਰਹੇ ਹੋ ਬਾਈ ਹੈ ਬਾਈ ਚੰਗੀ ਗੱਲ ਥੋੜੀ ਹੈ ਯਾਰ ਬਾਬੇ ਹੋਏ ਥੋੜੀ ਚੰਗੀ ਗੱਲ ਥੋੜੀ ਹੈ ਹਾਂ 12 ਜਾਣੇ ਦੇਖ ਰਹੇ ਹੋ ਤੇ ਲਾਈਕ 5 ਕੀ ਮੂੰਹ ਤੇਰਾ 5 ਵਾਲੀ ਆ ਅਗਲੇ ਨੇ ਕਰਤਾ ਬਹੁਤ ਆ ਅੱਛਾ ਕਿਆ ਤੇ ਇੱਥੇ ਸਾਡੇ ਮੁੰਡੇ ਸਟੰਟ ਵਾਲੇ ਪਹੁੰਚ ਚੁੱਕੇ ਨੇ ਸਾਡੇ ਇਸ਼ਾ ਬਾਈ ਸਟੰਟ ਕਰਾਉਣ ਇਸ਼ਾ ਬਾਈ ਇੱਥੇ ਕਿਹੜੇ ਆ ਬਰਾੜ ਦਾ ਆ ਗਿਆ ਬਈ ਟਰੈਕਟਰ ਇਹ ਤੁਹਾਨੂੰ ਦਿਖਾਉਂਦੇ ਆ ਬਾਅਦ 'ਚ ਅਤੇ ਓਏ ਆ ਇਸੇ ਬਾਈ ਦਾ ਟਰੈਕਟਰ ਛੱਡ ਕੇ ਹੀ ਮਾੜਾ ਜਿਹਾ ਡਾਈਵਲ ਕਿੱਥੇ ਬਈ ਟਰੈਕਟਰ ਇਸੇ ਬਾਈ ਦੇ ਉੱਥੇ ਉਹ 911 ਕੋਲ ਲੈ ਕੇ ਜਾਣਾ ਉਹਦੇ 911 ਖੜਾ ਜਿੱਦਾਂ ਦੇਖੋ ਮੁੰਡੇ ਐਂ ਦੱਸੋ ਵੀ ਟੋਚਨ ਪਾਉਣਾ ਆਪਾਂ ਗੁਰੀ ਦੇ ਟਰੈਕਟਰ ਨਾਲ ਕਿਸੇ ਨਾਲ ਠੀਕ ਹੈ ਕਿਹੜੇ ਦਾ ਪਵਾਈਏ ਦੱਸੋ ਫਿਰ ਵੀ ਕਿਹੜਾ ਟਰੈਕਟਰ ਲੱਗ ਜਾਏ ਗੁਰੀ ਦੇ ਟਰੈਕਟਰ ਨਾਲ ਟੋਚਨ ਪਵਾਉਣਾ ਬਸ ਵੈਸੇ ਸ਼ੋਅ ਮੈਚ ਸ਼ੋਅ ਮੈਚ ਉਹ ਗੁਰੀ ਨੇ ਫਿਰ ਚੂੜੀ ਵੀ ਕਸਣੀ ਹੋਣੀ ਹੈ ਨਾ ਬਾਈ ਮਤਲਬ ਫੁੱਲ ਬਣਾ ਕੇ ਨੀਂਦ ਖਰਾਬ ਨੀਂਦ ਖਰਾਬ ਕਰ ਨਹੀਂ ਨਹੀਂ ਉੱਥੇ ਮੈਂ ਕਹਿੰਦਾ ਉੱਥੇ ਸਹੀ ਹੈ ਬਾਈ ਡਬਲ ਯੂ ਦੇ ਉਹ ਫਿਰ ਪਿੱਛੇ ਦਾ ਸਲਾਈਸਰਾਂ ਦਾ ਬੜਾ ਲੰਮਾ ਪ੍ਰੋਸੈਸ ਵਗ ਜੂ ਇੱਕ ਨਾ ਮੈਂ ਤੈਨੂੰ ਹੁਣ ਸਹੀ ਦੱਸਾਂ ਇੱਕ ਉੱਥੇ ਤੇਰੇ ਯਾਦ ਹੋਵੇ ਦਿਖਾਉਣਾ ਖੜ੍ਹ ਜਾ ਤਾ ਆਪਣਾ ਕਿੱਥੇ ਖੜਾ ਇਹ ਆ ਖੜਾ ਜਿਹੜੀ ਆਹ ਪੈਪ ਆ ਨਾ ਇਹ ਫਿਰ ਸੈਟਿੰਗ ਨਹੀਂ ਬਹਿੰਦੀ ਇਹਦੀ ਆਹ ਪੈਪ ਦੀ ਮਤਲਬ ਕੱਟ ਵੀ ਸਕਦਾ ਮੈਂ ਕੱਟ ਕੇ ਗੱਲ ਜੀ ਨਹੀਂ ਬਣੀ ਇੱਥੋਂ ਕੱਟ ਕੇ ਸਿੱਧੀ ਲਾਈ ਗਈ ਨਾ ਅਤੇ ਫਿਰ ਇੱਥੇ ਆ ਕੇ ਇਹਦੇ ਵਿੱਚ ਕੁਛ ਪ੍ਰੋਬਲਮ ਆਉਂਦੀ ਹੈ ਹੁਣ ਪੂਰੀ ਤਗੜੀ ਤਗੜੀ ਫਿਟਿੰਗ ਹੈ ਇਹਦੀ ਇੱਦਾਂ ਕਰਾਂਗੇ ਇੱਕ ਵਾਰ ਇੱਦਾਂ ਹੀ ਕਰ ਦਿਆਂਗੇ ਅਗਲੀ ਵਾਰ ਫਿਰ ਚੇਂਜ ਕਰ ਦਿਆਂਗੇ ਥੋੜ੍ਹਾ ਜਿਹਾ ਕਿ ਨਹੀਂ
ਓ ਯਾਰ ਟਰੈਕਟਰ ਕਿਹੜਾ ਆ ਗਿਆ ਮੇਰੇ ਕੋਲ ਇੱਥੇ 9811 84 ਵਾਲਾ ਮੈਂ ਇੱਥੇ ਕਿਵੇਂ ਲਾ ਲਿਆ ਨੂੰ ਰਿਧੀਮਾ 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 ਇਹ ਇਹਨਾਂ ਦਾ ਟਰੈਕਟਰ ਇਹ ਤਾਂ ਰਿਧੀਮਾ ਦਾ ਟਰੈਕਟਰ ਰਿਧੀਮਾ ਲਵੀ ਕਲੇਅਰ ਦੇ 5 ਪੂਰੇ ਮੇਰਾ ਟਰੈਕਟਰ ਇੱਕ ਮਿਸ ਹੈ ਤੇਰਾ ਇੱਕ ਰਹਿੰਦਾ ਇਹ ਨਹੀਂ ਪਤਾ ਕਿਹੜਾ ਹਾਂ ਚਾਹਾਂ ਬਈ 5630 ਨਹੀਂ ਆਇਆ ਅੱਜ ਚੱਲ ਪਵਾਈਏ ਫਿਰ ਟੋਚ ਨਾ ਉਹ ਨਹੀਂ ਆਇਆ 5630 ਸੜਕ ਤੇ ਪਵਾਈਏ ਫਿਰ ਟੋਚ ਨਾ ਦੱਸੋ ਬਈ ਕਿਹੜਾ ਲੈ ਕੇ ਜੀ ਆਪਾਂ ਤੇ ਗੁਰੀ ਸਿੱਧੂ ਲਿਆ ਫਿਰ ਚੱਲ ਯਾਰ ਫੋਨ ਦੇਖ ਲੈ ਕਿਹੜੇ ਨਾਮ ਇਹ ਰਾਤ ਨੂੰ ਵਧੀਆ ਨੀਂਦ ਸੁੱਤਾ ਸੀ ਸਾਨੂੰ ਇਹ ਹਜਮ ਨਹੀਂ ਆਇਆ ਵੀ ਨੀਂਦ ਕਿਉਂ ਸੁੱਤਾ ਪਈ ਹੈ ਹਜੂਰ ਕਿੱਥੇ ਮਰ ਗਿਆ ਤੂੰ ਹੇ ਮੈਂ ਪਤਾ ਨਹੀਂ ਕਿਹੜੇ ਕਿਹੜੇ ਟਰੈਕਟਰਾਂ ਤੇ ਜਾ ਕੇ ਬੈਠੂੰਗਾ ਸਿੱਧਾ ਤੁਰ ਕੇ ਵਗ ਜਾ ਆਵਦਲ ਤੇ ਬਹਿ ਜਾ ਅੰਨੇ ਦੀਨਾ ਨਹੀਂ ਮੂਰੇ ਦੂਰੀ ਵਾਲੇ ਬਈ ਆਹ ਤਾਂ ਖੜੇ ਨੇ ਯਾਰ 5 ਮਿੰਟਾਂ 'ਚ ਬੰਦਾ ਪਹੁੰਚ ਜਾਂਦਾ 5 ਮਿੰਟ ਥੋੜੇ ਆ ਥੋੜਾ ਚੱਕਰ ਪੈਂਦਾ ਸੀ ਫਿਰ ਉੱਥੇ ਮੈਂ ਇੱਕ ਸਕੀਮ ਲਾਈ ਰਾਤ ਤਾਂ ਕਰਕੇ ਫਿਰ ਉਹ ਲਾਤਾ ਮੈਂ ਕਿਹਾ ਵੀ ਮੈਂ ਭੱਜ ਕੇ ਕਹਿ ਦਾਂਗੇ ਵੀ ਇਹ ਚੱਕਰ ਕਰਤਾ ਗੁਰੀ ਕਿਹੜਾ ਲੈ ਕੇ ਜਾਏਗਾ ਓਏ ਭੱਜ ਕੇ ਵਗ ਜਾਂਦਾ ਹੈ ਗੁਰੀ ਕਿਹੜਾ ਲੈ ਕੇ ਜਾਏਗਾ ਓਏ ਭਾਈ ਪੂਰ ਦਾ ਕੀ ਹਿਸਾਬ ਕਿਤਾਬ 50-35 ਦਾ ਜ਼ਿਆਦੇ ਪਾਵਰ ਵਾਲਾ ਕੋਈ ਨਾ ਲਿਆ ਤੂੰ ਟੈਨਸ਼ਨ ਕਿਹੜੀ ਹੈ ਚੱਲ ਕੋਈ ਨਵੇਂ ਨੂੰ ਦੇਖਦੇ ਯਾਰ ਨਹੀਂ ਪਰ 4x4 ਕਰਾ ਲਾਂਗੇ ਏਜੰਸੀ ਵਾਲਿਆਂ ਨੂੰ ਕਹਿ ਕੇ ਐਡੀ ਕੋਈ ਗੱਲ ਨਹੀਂ ਫਿਰ ਕਿੰਨੀ ਗੱਲ ਹਾਰ ਹੀ ਜਾਊ ਦੇਖੀ ਸ਼ਕਲ ਦੇਖੀ ਇਹਦੀ ਕਿਵੇਂ ਬਣਿਆ ਬੈਠਾ ਹੈ ਫੋੜ ਚੱਕਰੀ ਨਵਾਂ ਟਰੈਕਟਰ ਹੈ ਠੀਕ ਹੈ ਆਪਾਂ ਕੋਈ ਚੇਂਜ ਨਹੀਂ ਕੀਤਾ ਇਹਦੇ ਚ ਕਸਟਮ ਕੰਪਨੀ ਲੈ ਕੇ ਸਕੀਮ ਨਾਲ ਆ ਰਿਹਾ ਏ ਨਾਲੇ ਗੱਲਾਂ ਦੱਸ ਵੀ ਹਾਂ ਸਹੀ ਹੈ ਆ ਵੀ ਤੇਰੀ ਗੱਲ ਸਹੀ ਹੈ ਕਿ ਚੂਲ ਖੋਲਿਆ ਨਹੀਂ ਇੰਜਣ ਹਨਾ ਜੇ ਨਾ ਕੋਈ ਤੇਲ ਟੁੱਟਦਾ ਨਾ ਕੁਝ ਹੋਰ ਹੋ ਕੀਤਾ ਹਾਂ 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 ਠੀਕ ਹੈ ਓ ਯਾਰ ਆਹ ਕਿੱਥੇ ਆਈ ਜਾਂਦਾ ਮੈਨੂੰ ਹਜੇ ਵੀ ਲੱਭੀ ਯਾਰ ਪਾਈਪ ਸ਼ਾਪ ਬਈ ਸੜਕ ਤੇ ਲਾ ਲਾ ਜਮਾ ਸੀ ਬਈ ਆ ਸੀ ਆ ਪਈ ਹੈ ਇਧਰ ਲਿਆ ਚੱਕ ਕੇ ਪਈ ਹੈ ਇੱਧਰ ਨਹੀਂ ਲਿਆਓ ਬਈ ਟਰੈਕਟਰ ਲਿਆਉਣੇ ਨਹੀਂ ਹੋਰ ਲਿਆਉਣਾ ਕੋਈ ਟਰੈਕਟਰ ਯਾਰ ਇਹ ਨਹੀਂ ਲਿਆਉਂਦਾ ਆ ਲੈ ਕੇ ਚੱਲਦੇ ਮੈਂ ਹੋਰ ਓਏ ਮੈਂ ਅੱਛਾ ਉਹ ਭਰਾਵਾ ਮੈਂ ਤਾਂ ਕੁਝ ਸੋਚਿਆ ਵੀ ਨਹੀਂ ਮੈਂ ਵੈਸੇ ਨਹੀਂ ਫੋੜ ਲੈ ਕੇ ਆਇਆ ਐਡੀ ਤੇਰੀ ਤੇਰੀ ਕੋ ਟੱਟੀ ਨਿਕਲ ਜਾਂਦੀ ਹਰ ਵਾਰੀ ਚੰਗਾ ਐਡਾ ਹੱਗਦਾ ਕਿਉਂ ਆ ਗੁਰੀ ਯਾਰ ਕੋਈ ਨਾ ਕੋਈ ਨਾ ਫਿਰ ਕੀ ਪਿੱਛੇ ਸਿੱਟਿਆ ਮੇਰਾ ਫੜੀ ਸੀ ਮੈਂ ਬਟਨ ਵੀ ਨੱਪਿਆ ਕੋਈ ਹੱਪੀ ਗਿਰ ਗਈ ਵਜ਼ਨ ਹੀ ਬਹੁਤ ਆ ਚੱਲ ਗੁਰੀ ਪਛਾਣ ਕਰ ਟਰੈਕਟਰ ਥੋੜਾ ਕੋਈ ਚਿੱਤੜਾਂ ਨਾਲ ਚਿੱਤੜ ਜੁੜੀ ਜਾਂਦਾ ਗਾਹਾਂ ਕਰ ਲੈ ਇਹਨੂੰ ਹੋਰ ਰਾੜ ਵੀ ਤਾਂ ਪਸਾਉਣੀ ਪਊ ਇੱਥੇ ਨੀਲੇ ਵਾਲਾ ਪਾਸਾ ਮੇਰੇ ਕੋ ਨਹੀਂ ਕਰੀ ਨੀਲੇ ਵਾਲਾ ਪਾਸਾ ਕਿਹੜਾ ਇਹ ਚੋਣਾ ਆਪ ਹੀ ਕਰ ਲਾ ਵੀ ਚੱਕ ਕੇ ਯਾਰ ਕਿਹੜਾ ਨੀਲਾ ਮੈਨੂੰ ਇੱਕੋ ਜਿੱਕੇ ਲੱਗ ਰਹੇ ਨੇ ਸਾਰੇ ਨੀਲਾ ਨੀਲਾ ਪਾਸਾ ਅੜਾ ਇਹ ਨਹੀਂ ਪਤਾ ਕੀ ਬਣੂ ਤੇ ਕੀ ਨਿਬੜੂ ਅੱਛਾ ਉਹ ਹਰੇ ਵਾਲਾ ਪਾਸਾ ਲਾਲ ਵਾਲਾ ਪਾਸਾ ਇੱਕ ਪਾਸੇ ਨੀਲਾ ਗੁਰੀ ਪਹਿਲੀ ਲੈ ਕੇ ਆਇਆ ਉਸ ਹਿਸਾਬ ਨਾਲ ਵੀ ਮੇਰੀ ਬਲਾ ਹੋਵੇ ਵੀ ਨਾ ਤੇ ਮੈਂ ਲੋਕਾਂ ਨੂੰ ਕਹਿ ਵੀ ਦਵਾਂ ਅੱਜ ਮੈਂ ਕੋਈ ਛੇੜਖਾਨੀ ਨਹੀਂ ਕਰੀ ਇਹ ਚ ਪਹਿਲਾਂ ਕਹਿਤਾ ਭਰਾਵਾ ਕਹਿਤਾ ਬਈ ਤਿਆਰ ਹੋ ਦੋਨੇ ਡਰਾਈਵਰ ਇੱਕ ਮਿੰਟ ਥ੍ਰੀ ਓ ਇੱਕ ਮਿੰਟ ਚਲ 3-2-1 ਸਟਾਰਟ ਨੁਕਸਾਨ ਹੋ ਗਿਆ ਹੋਰ ਤਾਂ ਨੀ ਕੁਛ ਕਿਹਾ ਬਦਨਾਮ ਬੜੇ ਤਾਂ ਹੀ ਚਣੇ ਜਾਈਏ ਰੇ ਮਤੋਂ ਪ੍ਰਾਈ ਨੇ ਦਵਾਏ ਆ ਪ੍ਰਾਈਜ਼ ਫੇ ਮਤੋਂ ਤੇ ਤੇ ਕਿਉਂ ਮੰਨਦੇ ਹੋ ਵੀ ਬੜੇ ਆ ਬਾਈ ਬਦਨਾਮ ਵੀ ਬੜੇ ਆ ਫਿਰ ਕੀ ਕਹੀਏ ਬਦਨਾਮ ਮੰਨਦੇ ਹੋ ਬਦਨਾਮ ਵੀ ਬੜੇ ਆ ਬਾਈ ਕੀ ਕਰਕੇ ਹੋਰ ਮੈਂ ਕੀ ਕਹਾ ਬਦਨਾਮ ਵੀ ਬੜੇ ਆ ਕੀ ਕਹਿ ਸਕਦੇ ਆ ਜੋ ਮਰਜ਼ੀ ਹੋ ਜਵੇ ਹੁਣ ਇਸੇ ਬਾਈ ਹੁਣ ਬਦਨਾਮ ਵੀ ਇੰਨੇ ਕਰੇ ਪਏ ਆ ਕਿਉਂ ਗੱਲਾਂ ਹੀ ਆ ਬਦਨਾਮ ਵਾਲੀਆਂ ਫਸ ਗਿਆ ਨਹੀਂ ਉਹ ਹੱਲ ਜਾਂਦਾ
ਇਹਨੇ ਭਾਰ ਜ਼ਿਆਦਾ ਉਹਦੇ ਦੋਏ ਤੇ ਇਹ ਹਲਕਾ ਤੇ ਰੇੜਾ ਮੇਰੇ ਸਾਹ ਨਾਲ ਮੂਹਰੇ ਤੇ ਹੈ ਹੀ ਕੋਈ ਨਹੀਂ ਨੇ ਮੂਹਰੇ ਵੀ ਤੇ ਵੇਟ ਨਹੀਂ ਪਾਇਆ ਨਾ ਪੰਜ ਨਹੀਂ ਕੀਤਾ ਉਹ ਚਾਰ ਤਿੰਨ ਬਰ ਚਾਰ ਜੋ ਵੀ ਕਰਨਾ ਉਹਨੇ ਕੀਤਾ 3.99 ਬਾਈ ਕੋਈ ਨਾ ਕੋਈ ਨਾ ਹਜੇ ਤਾਂ ਆਪਾਂ ਊਂ ਕਰ ਰਹੇ ਹਾਂ ਉਹੀ ਸੰਡੇ ਵਾਸਤੇ ਸਾਰਾ ਸੈੱਟ ਕਰਕੇ ਲਿਆਵਾਂਗੇ ਤੂੰ ਤਾਂ ਕੀ ਸੈੱਟ ਕਰਨਾ ਹੁਣ ਸੈੱਟ ਤਾਂ ਸਾਨੂੰ ਕਰਨਾ ਪੈਣਾ ਕਿ ਨਹੀਂ ਤੂੰ ਤਾਂ ਮਾਨ ਕਾਜ ਓਏ ਸਰ ਉਹ ਸਵਾਰ ਬਣਾਉਂਦਾ ਨਾ ਮਨ ਕੀ ਕਰੀਏ ਦੇਖੋ ਦੇਖੋ ਖੜ ਜਾ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਹੋਰ ਭਰਾਵਾ ਕਿਤੇ ਸਾਡੀ ਤੇ ਬੇਇੱਜ਼ਤੀ ਹੋ ਜੇ ਬਸ ਬਸ ਦੇ ਥਾਪੀ ਦੇਤੀ ਇਹਨੂੰ ਟਰੈਕਟਰ ਨੂੰ ਕੀ ਹੋਈ ਨਹੀਂ ਇਹ ਐਡਾ ਨਹੀਂ ਹਜੇ ਤਕੜਾ ਲੈ ਵੀ ਹਜੂਰ ਮਾਨ ਵੱਲੋਂ ਕਹਿੰਦੇ 20 ਰੁਪਏ ਦਾ ਮਾਨ ਬਖਸ਼ਿਆ ਜਾਂਦਾ ਮੇਰੇ ਵੀਰੋ ਮਾਨ ਬਖਸ਼ਿਆ ਮਾਨ ਇਹ ਕਿੱਧਰ ਆਉਂਦਾ ਬਈ ਲਈ ਪੁੱਠਾ ਇਹ ਬਾਈ ਕੀ ਕਰ ਕੇ ਰਹੇ ਹੋ ਸਿੱਧਾ ਕਰਕੇ ਲਾਓ ਨਾ ਭਰਾਵਾ ਟਰੈਕਟਰੀ ਵਾਲੇ ਤਕੜੇ ਤੇਰੇ ਸਾਨੂੰ ਦੇਖਣ ਨੂੰ ਹਟਾਤਾ ਚਲੋ ਉਹ ਜੱਟ ਵੀ ਹਾਂਜੀ ਤਾਲੀਬਾਲ ਬੋਏ ਇੱਕ ਡੰਡਾ ਹੋਰ ਦੇ ਦੇ ਇਹਨੂੰ ਜੱਟ ਵੀਸ ਨੂੰ ਨਾ ਇਹ ਕੰਮ ਨਹੀਂ ਪਹਿਲਾਂ ਉਹ ਦੋਨਾਂ ਨੇ ਲਿਖਿਆ ਹੋਇਆ ਉਹਨਾਂ ਨੂੰ ਕਰ ਲੈਣ ਡੰਡਾ ਦੇ ਲਈ ਆਇਓ ਚਲੋ ਕੋਈ ਨਾ ਮਾਨ ਸਾਹਿਬ ਤੁਸੀਂ ਪਰਦੇਸੀ ਹੋ ਗਏ ਹੋ ਤੁਸੀਂ ਕਿੱਥੇ ਆਉਂਦੇ ਹੋ ਇਹ ਤਾਂ ਜੇ ਕਾਲੇ ਪਾਣੀ ਦੀ ਸਜ਼ਾ ਚ ਵਗ ਗਿਆ ਸਹੀ ਹੈ ਤੂੰ ਸਹੀ ਕਹਿ ਰਿਹਾ ਹੈ ਗੁਰੀ ਚੁੜੀ ਕਸੀ ਤਾਂ ਲੱਗਦੀ ਹੈ ਤੂੰ ਉਸਤਾਦ ਭਾਈ ਮੈਂ ਕੀ ਕਰਦਾ ਅਗਲ ਜਦੋਂ ਕੰਟਰੋਲਰ ਯੂਜ਼ ਕਰੋ ਫੇਰ ਹੀ ਸਟੀਅਰਿੰਗ ਵੀਲ ਚੱਲਦਾ ਪਤਾ ਨਹੀਂ ਕਾਹਤੇ ਕੰਟਰੋਲਰ ਬੰਦ ਹੋਊਗਾ ਫੇਰ ਸਟੀਅਰਿੰਗ ਵੀਲ ਚੱਲਦਾ ਇੱਕ ਜੀ ਕਰ ਸਕਦੇ ਨਾ ਹਾਂ ਦੋਨੇ ਨਹੀਂ ਸਟੀਅਰਿੰਗ ਨਹੀਂ ਚਾ ਰਿਹਾ ਸਟੀਅਰਿੰਗ ਐਂ ਟਾਈਟ ਹੋਇਆ ਪਿਆ ਲੈਗ ਜੀ ਕਦੋਂ ਹੋ ਜਾਂਦੀ ਹੈ ਗੇਮ ਬਈ ਤੂੰ ਜੀ ਹਬਾਲਾ ਦਾ ਪਾਰ ਤੂੰ ਸੌਫਟਵੇਅਰ ਜਾ ਆਹੋ ਪਾਇਆ ਹੋਇਆ ਬਈ ਟਰੈਕਟਰ ਫਿਰ ਉਹਨੂੰ ਖੋਲ ਕੇ ਸੈਟਿੰਗ ਕਰ ਲਓ ਜੇ ਉਹ ਨਹੀਂ ਹੋ ਰਿਹਾ ਤਾਂ ਇੱਕ ਵਾਰ ਜੋਰ ਮਾਰਨ ਹਟ ਗਿਆ ਬਾਈ ਉਹ ਜੋਰ ਲੈ ਯਾਰ ਗੱਲ ਸੁਣ ਜਦੋਂ ਟਰੈਕਟਰ ਖਿੱਚਣ ਲੱਗ ਗਿਆ ਨਾ ਕਹਿੰਦਾ ਬਾਈ ਰੋਕ 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 ਬਾਈ ਰੋਕ ਮਾੜਾ ਯਾਰ ਹੋ ਗਿਆ ਨੁਕਸਾਨ ਹੁਣ ਹੋ ਗਿਆ ਨੁਕਸਾਨ ਐਤਵਾਰ ਤੱਕ ਮੈਨੂੰ ਪੱਕਾ ਕਰਦਾ ਫੋੜ ਤਾਂ ਇਹ ਜਿੱਤ ਜੂ ਠੀਕ ਹੈ ਉਦੇ ਫਿਰ ਮੈਂ ਖਿੱਚ ਕੇ ਲੈ ਕੇ ਜਾਊ ਪਰ ਸਾਰਾ ਸਮੂਹਿਕ ਬੇਇੱਜ਼ਤੀ ਕਰਨੀ ਇਹ ਪੂਰਾ ਲੁੱਚਾ ਹੈ ਪੂਰਾ ਲੈ ਗਿਆ ਭਰਾਵਾ ਸੱਚੀ ਲੈ ਗਿਆ ਟਰੈਕ ਕੋਲੇ ਹੈਗਾ ਪਰ ਹਜੇ ਹਨਾ ਕਰਨਾ ਨੀ ਕੁਛ ਹਨਾ ਮੈਂ ਤਵੀਆਂ ਘੁਮਾ ਕੇ ਦੇਖਦੇ ਇੱਕ ਵਾਰ ਤਵੀਆਂ ਹੈ ਨੀ ਨਾ ਓਕੇ ਅੱਜ ਫੋੜ ਦੀ ਫਾਇਲ ਖੁੱਲੂ ਦੇਖ ਲੈ ਗੁਰੀ ਦੇਖ ਲੈ ਗੁਰੀ ਕਿੰਨਾ ਬਦਨਾਮ ਹੋਇਆ ਪਿਆ ਤੂੰ ਮੁੰਨੀ ਤੋਂ ਵੱਧ ਬਦਨਾਮ ਹੋਇਆ ਪਿਆ
ਇਹ ਤਾਂ ਗਰੀ ਮੁੰਨੀ ਵੀ ਬਦਨਾਮ ਨਹੀਂ ਜਿੰਨਾ ਤੂੰ ਹੋ ਗਿਆ ਵੀਰੇ ਉਹ ਦੇਖ ਬਈ ਉਹ ਦੇਖ ਇਹਦੇ ਹੱਥ 'ਚ ਦੇਖੋ ਚੂੜੀ ਟੈਟ ਕਰੀ ਜਾਂਦਾ ਸਾਨੂੰ ਦੇਖੋ ਉਹਦੇ ਕਰਤੀ ਮਾਰ ਗਿਆ ਨਾ ਝੂਟਾ ਬਸ 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 ਲੋ ਬਈ ਗੁਰੀ ਕਹਿੰਦਾ ਬਸ ਕੱਟਦੇ ਭਾਈ ਨੱਪ ਦੇ ਐਕਸ ਉਹਨੂੰ ਸੁਣਦੇ ਨਹੀਂ ਹੋਣੇ ਤੇ ਤਾਂ ਲੈ ਲੈ ਗਿਆ ਨਾ ਤਾਂ ਨਹੀਂ ਸੁਣਦਾ ਲੈ ਗਿਆ ਤਾਂ ਆਪ ਹੀ ਨਹੀਂ ਸੁਣਨੀ ਤੇ ਤਾਂ ਫੈਲਾਂ ਜੋ ਖਟਵਾਉਣੀਆਂ ਨੇ ਉਹਨੇ ਗਾਲਾਂ ਵੀ ਤਾਂ ਕੱਢਣੀਆਂ ਕੱਲ ਨੂੰ ਪਰਸੋਂ ਲੈ ਗਿਆ ਤਾਂ ਨਹੀਂ ਪਰਸੋਂ ਪਹਿਲਾਂ ਤਾਂ ਹੁਣ ਉਹਦੀਆਂ ਖੁੱਲਣਗੀਆਂ ਦੂਜੇ ਦੀਆਂ ਸਵਰਾਜੇ ਦੀਆਂ ਉਹਦੇ ਕੁਛ ਨਹੀਂ ਖੁੱਲਦਾ ਉਹਦਾ ਤਾਂ ਖੁੱਲੀਆਂ ਪਈਆਂ ਫਾਈਲਾਂ ਉਹਦੀਆਂ ਤਾਂ ਉਹ ਤਾਂ ਅੱਜ ਸ਼ੋਅ ਮੈਚ ਆ ਤੇਰੇ ਕੋਲ ਸਿਰਫ ਉਹ ਤਾਂ ਬਣਿਆ ਪਿਆ ਤਾਂ ਹੀ ਤਾਂ ਕੱਢ ਕੇ ਆਇਆ ਉਹਨੂੰ ਮੈਂ ਦੇਖਿਆ ਨਹੀਂ ਸਾਹਮਣੇ ਸਵਰਾਜਾਂ ਉਹ ਤਾਂ ਇੰਟਿਕ ਪੀਸ ਆਉਣਾ ਐਤਵਾਰ ਨੂੰ ਬੰਦਾ ਵਿੱਚ ਨਾ ਮਾਰ ਦਿਓ ਉਹ ਮਹਾ ਮੁੰਡਾ ਕਾਹਨੂੰ ਔਖਾ ਕਿੱਥੇ ਲਾ ਕੇ ਉਹ ਤੇਰਾ ਟਰੈਕਟਰ ਏ ਲੈ ਕਰ ਲਿਆ ਗੁਰੀ ਚਮਚੇ ਚ ਪਾਣੀ ਲੈ ਕੇ ਆਉਣਾ ਓਏ ਓਏ ਹੋਏ 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 ਦੇਖਿਆ ਗੁਰੀ ਇਹਨੂੰ ਤਾਂ ਪਾਣੀ ਚ ਸੁੱਟਿਆ ਓਏ ਦੱਸ ਗੁਰੀ ਕਿਹੜਾ ਲੈ ਕੇ ਜਾਣਾ ਹੁਣ ਇਥੋਂ ਚੱਕ ਲਿਆ ਅਰਜਨ ਗੁਰੀ ਬਹਿ ਕਿਹੜੇ ਤੇ ਬਹਿਣਾ ਆਪਣਾ ਕੀ ਕਰ ਗਾਣ ਨੂੰ ਉਹ ਕਰਾਂ ਕਰਦੇ ਕਰਦੇ ਚਲੋ ਬਈ ਬਸ ਇੱਥੇ ਤੋਰ ਲੈ ਐਡੀ ਕਿੱਡੀ ਗੱਲ ਹੈ ਗਾਹ ਪੱਕਾ ਥੋੜ੍ਹੀ ਫਾਈਨਲ ਮੁਕਾਬਲਾ ਥੋੜ੍ਹੀ ਹੋਇਆ ਪਾਸਾ ਛੱਡ ਗਿਆ ਪਾਸਾ ਛੱਡ ਗਿਆ ਪਾਸਾ ਗੁਰੀ ਦੇ ਸਵਾਦ ਬਸ ਆਹੀ ਗੱਲਾਂ ਰਹਿ ਗਿਆ ਗੁਰੀ ਝੰਡੇ ਗੱਡੀ ਜਾਂਦਾ ਕਿ ਕਰਾਈ ਜਾਂਦਾ ਆ ਕੀ ਕਰੀ ਜਾਂਦਾ ਗੁਰੀ ਫਾਈਲਾਂ ਖੋਲ ਮੈਂ ਭਾਈ ਇਹ ਨਹੀਂ ਇਹ ਆ ਭਾਈ ਬਸ ਟਰੈਕਟਰ ਟਰੈਕਟਰ ਦੀ ਗੱਲ ਰਹੀ ਕੋਈ ਕਿਸੇ ਨੂੰ ਲੈ ਜਾਂਦਾ ਕੋਈ ਕਿਸੇ ਨੂੰ ਲੈ ਜਾਂਦਾ ਲੈ ਜਾਣਾ ਕਿਸੇ ਨੇ ਲੈ ਜਾਣਾ ਤਾਂ ਹੈਗਾ ਹੀ ਹੈ ਬਈ ਨੰਦ ਕੇ ਨੇ ਪੱਟ ਪੁੱਟ ਕੇ ਨਾ ਹੋਰ ਨੂੰ ਹੁਣ ਕਿੱਧਰ ਚੱਲ ਗਏ ਤੁਸੀਂ ਇੱਧਰ ਭਾਈ ਇੱਧਰਲੇ ਪਾਸੇ
ਅਗਰ ਮਨ ਮੱਟੀ ਗੱਲ ਵੀ ਨਹੀਂ ਪੂਰੀ ਕਰਨ ਦੇ ਕਿੰਨੇ ਨਹੀਂ ਕਰੇ ਓ ਆ ਜਾ ਹੁਣ ਸਤਨਾਮ ਸਿੰਘ ਹਾਂ ਵੈਲਕਮ ਟੂ ਸਟ੍ਰੀਮ ਆਉਣੇ ਆਉਣੇ ਸਬਸਕ੍ਰਾਈਬ ਕਰ ਲਈ ਜੀ ਲਾਈਕ ਕਰ ਦਿਓ ਗਰਾਂ ਦੱਬ ਕੇ ਮੈਂ ਦੋਨੇ ਕੀਤੇ ਆ ਕੰਟਰੋਲਰ ਵੀ ਤੇ ਸਟੀਅਰਿੰਗ ਵੀ ਦੋਨੇ ਇਕੱਠੇ ਚੱਲਦੇ ਆ ਇਦਾਂ ਵੀ ਕਰ ਸਕਦੇ ਓਕੇ ਬਾਈ ਪਾਈਏ ਹੁਣ ਕੀ ਕਰਨਾ ਬਸ ਇੱਕ ਮਿੰਟ ਰੁਕ ਜਾਓ ਹੁਣ ਫੇਰ ਕਰੀਏ ਟੋਚਨ ਮੁਕਾਬਲਾ ਇੱਧਰ ਆ ਜਾਓ ਮੇਰੇ ਨਾਲ ਯਾਰ ਇੱਕ ਮਿੰਟ ਰੁਕ ਜਾਓ ਬਸ ਕਿਆ ਇੱਕ ਕਾਲੀ ਕਾ ਤੋ ਕਰਤੇ ਹਾਂ ਨਹੀਂ ਉਹ ਕਿਤੇ ਲਈ ਜਾਂਦਾ ਇਹਨੂੰ ਕਿਹੜਾ ਦਵਾ ਲਿਆ ਵਾ ਉਹਨੇ ਚੌੜ ਕਰਨੀ ਉਹਨੇ ਗੇਅਰ ਪੱਟ ਲਿਆ ਧਾਲੀਵਾਲ ਨੇ ਮੈਨੂੰ ਪੱਟਣ ਦੀ ਆਵਾਜ਼ ਆਈ ਹੈ ਪੂਰੀ ਐੜਾ ਉਹ ਵਿੱਚ ਕੋਈ ਗੱਲ ਨਹੀਂ ਹੋਈ ਫੇਰ ਕੀ ਹੁੰਦਾ ਜਿੱਤ ਹਾਰ ਤਾਂ ਬਣੀ ਆਈ ਆ ਇੱਕ ਮੇਰਾ ਜਿੱਤ ਜੂ ਇੱਕ ਉਹਦਾ ਜਿੱਤ ਜੂ ਇੱਕ ਮੇਰਾ ਜਿੱਤ ਜੂ ਇੱਕ ਉਹਦਾ ਜਿੱਤ ਜੂ ਬਹਿ ਤੂੰ ਰੋਏਗਾ ਰੋਂਦਾ ਨਹੀਂ ਤੂੰ ਰੋਏਗਾ ਰੋਂਦਾ ਚੁੰਡੀ ਧਾਰ ਲੈਣੀ ਚੁੰਡੀ ਨੀ ਭਰਨੀ ਟਰੈਕਟਰ ਹੁਣ ਸਿੱਧਾ ਵੀ ਕਰਦੇ ਹੁਣ ਤਾਂ ਚੁੰਡੀ ਭਰਦਾ ਨੀ ਬਾਈ ਮੈਂ ਤਾਂ ਟਰੱਕਾਂ ਵਾਲੇ ਜੀ ਬਾਈ ਨੂੰ ਭੱਜ ਲੈਣਾ ਜਿਉਂ ਦਾ ਪਛਾਣ ਚਲੋ ਫਿਰ ਭੱਜ ਲਓ ਯੇ ਭੱਜ ਲਓ ਭੱਜ ਲਓ ਭੱਜ ਲਓ ਹਜੂਰ ਬਾਈ ਗੁਰੀ ਤੂੰ ਵੀਡੀਓ ਨਹੀਂ ਪਾਉਣਾ ਚੈਨਲ ਤੇ ਬਾਈ ਪਾਇਆ ਕਰਾਂਗੇ ਉਹ ਭਰਾਵਾ ਸਬਸਕ੍ਰਾਈਬਰੀ ਵਾਲੇ ਨੇ ਉਹ ਜਿਹੜੀਆਂ ਪਿਛਲੇ ਵੀਡੀਓ ਪਾਈਆਂ ਤੇ ਲਾਈਵ ਕੀਤੀਆਂ ਉਹਨਾਂ ਦੇ ਪੈਸਾ ਬਹੁਤ ਆ ਜਾਂਦਾ ਇਹਨੂੰ ਕਿਹਨੂੰ ਦੀ ਲੋੜ ਪੈਸਾ ਬਸ ਬਾਈ ਆ ਜਿਹੜੀ ਅੱਜ ਦੀ ਲਾਈਵ ਹੈ ਇੰਨਾ ਕੁ ਪੈਸਾ ਆ ਜਾਣਾ ਫਾਈਲਾਂ ਖੋਲ ਲੈਣੀਆਂ ਬਸ ਅੱਜ ਆ ਕੇ ਸਿਰਫ ਪੂਲ ਵਿੱਚ 5 ਰੁਪਏ ਪਾਉਣੇ ਪੈਣੇ ਨੇ ਇਹਨੂੰ ਗੁਰੀ ਦੇਖ ਆਹ ਤਾਂ ਤੇਰਾ ਸੁਪਨਾ ਸੁਪਨਾ ਹੀ ਰਹਿ ਗਿਆ ਕਿਹੜਾ ਤੂੰ ਮੈਨੂੰ ਲਵਾ ਨੀ ਸਕਦਾ ਠੀਕ ਹੈ ਯਾਰ ਮੈਂ ਤਾਂ ਘੁਮਾ ਕੇ ਲੈ ਕੇ ਉਤੋਂ ਦੀ ਲੱਗਿਆ ਬਿਆ ਨਾਲ ਦੀ ਦੂਜੀ ਸਕਰੀਨ ਦੇਖ ਕੇ ਟਰੈਕਟਰਾਂ ਦੀਆਂ ਫਾਈਲਾਂ ਦੇਖਣ ਵੀ ਕੀ ਹੋਈ ਜਾਂਦਾ ਤੇ ਫਿਰ ਭੁੱਲ ਜਾਂਦਾ ਨਾ ਵੀ ਕਿਹੜੇ ਟਰੈਕਟਰ ਨੇ ਮੈਨੂੰ ਕਿਹੜੇ ਨੇ ਹਰਾਇਆ ਸੀ ਇਹ ਬਹੁਤ ਘੈਂਟ ਚੀਜ਼ ਹੈ ਬਸ ਮੰਨ ਕੇ ਚੱਲੋ ਚੱਲ ਜੱਟ ਵੀ ਪੁਆਟ ਹੋ ਚੜਿਆ ਮੈਂ ਕੱਢਦਾ ਫੜ ਜਿੱਤੀ ਜਾਊ ਜਦੋਂ ਫੋੜ ਨੂੰ ਅੜ ਰਿਹਾ ਤਾਂ ਦੂਜੇ ਤਾਂ ਤੂੰ ਜਿੱਤੂ ਜਿੱਤੂ ਕੋਈ ਦਿੱਕਤ ਨੀ ਲਿਆ ਆ ਜਾ ਇਸੇ ਬਾਈ ਆ ਜਾ ਆਪਾਂ ਪਵਾਉਣੇ ਟੋਚਰ ਹੁਣ ਮੁੜਦੇ ਹੀ ਉਹ ਇਸੇ ਬਾਈ ਉਹ ਦੂਆ ਲੈ ਕੇ ਆਉਣਾ ਇਹ ਤਾਂ ਚੱਕ ਹੋ ਜਾਣਾ ਬਾਈ ਜਿਹਾ ਹਲਕਾ ਨਾ ਲਿਆਓ ਜਿਹੜਾ ਮਰਨਾ ਟਰੈਕਟਰ ਬਾਈ ਲਿਆਓ ਬਾਈ ਲਿਆਓ ਉਹ ਬਾਈ ਨੇ ਸਪੈਸ਼ਲ ਬਣਾਇਆ ਹੋਣਾ 36 ਦੀ ਲੈ ਕੇ ਆਉਣਾ ਲਿਆਓ ਜੀ ਲਿਆਓ ਜਿਹੜਾ ਲੈ ਕੇ ਆਉਣਾ ਲਿਆਓ ਆ ਸਵਰਾਜ ਵੀ ਕੱਢਣਾ ਪੈਣਾ ਆਪਾਂ ਨੂੰ ਇਹ ਪਤਾ ਨਹੀਂ ਕੀ ਚੱਕਰ ਹੈ ਹੋਇਆ ਓਕੇ ਜਿਹਾ ਮਾਰਨ ਲੱਗ ਗਿਆ ਇਹ ਜੇ ਦਿੰਦਾ ਇਹਨੂੰ ਉਹਦੇ ਵਾਲਾ ਕੀਤਾ ਕੀ ਹੁੰਦਾ ਗਾ ਆਪਾਂ ਬਾਈ ਆ ਕੇ ਮੈਂ ਟੋਚਨ ਪਵਾ ਦੋ ਕਿ ਪੈ ਜੂਗਾ ਸਾਰਿਆਂ ਦਾ ਇਕੱਠੇ ਪੈਸਾ ਦਾ ਨਹੀਂ ਪੈਂਦਾ ਨਹੀਂ 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 ਯਾਰ ਉਧਰ ਪੱਕੇ ਤੇ ਲੱਗਾ ਉਧਰ ਕੱਚੇ ਤੇ ਪਾਉਣਾ ਤੁਸੀਂ ਉਹ ਪੱਕਾ ਬਣਾਇਆ ਸੀ ਇਹਨਾਂ ਨੇ ਨਹੀਂ ਉਹ ਤਾਂ ਉਹੀ ਬਣਾਇਆ ਹੋਇਆ ਬਾਈ ਉਹ ਤਾਂ ਸਮਾਨ ਪੱਟਿਆ ਸੀ ਉੱਥੋਂ ਕੁਛ
ਆਹੀ ਬਾਈ ਉਤਰ ਕੇ ਮਾਣਾ ਹਿੰਮਤ ਮਾਰ ਕੇ ਇੱਕ ਮਿੰਟ ਰੁਕ ਜਾ ਆਹੀ ਬਾਈ ਆ ਗਿਆ ਬਾਈ ਪਹਿਲਾਂ ਮੈਂ ਇੱਧਰ ਲਾਇਆ ਵਾਂ ਕੇਰਾ ਉਹਨੇ ਤੇ ਕਮੈਂ ਉੜ ਜਾ ਕਾਲੇ ਕਾਮਾ ਤੇਰੇ ਮੂੰਹ ਵਿੱਚ ਖੰਡ ਪਾਉਂ ਹੋ ਜਾਂਦਾ ਇੱਥੇ ਲਿਆਓ ਟਰੈਕਟਰ ਆ ਪੱਕੇ ਦੀ ਆ ਜਾਓ ਫਿਰ ਦੋਨੇ ਦੇਖਦੇ ਨੇ ਸਾਰੇ ਦੇਖ ਲੈਣਗੇ ਟੋਚਨ ਮੁਕਾਬਲਾ ਇੱਕ ਦੂਜੇ ਦੇ ਇੱਕ ਦੂਜੇ ਦੇ ਸਾਰੇ ਇੱਥੇ ਆ ਪੱਕਾ ਜਿਹੜਾ ਤੇ ਬਣਾਇਆ ਹੋਇਆ ਜੇ ਇੱਧਰ ਬਣਿਆ ਹੋਇਆ ਇੱਧਰ ਲਿਆ ਉਪਰਾ ਕਰ ਦੇ ਗੁੱਡ ਪੰਗਚ ਕਿੰਗ ਵਾਈਟੀ ਹੈਲੋ ਬਈ ਹੈਲੋ ਕੀ ਹਾਲ ਚਾਲ ਹੈ ਓਏ ਖੜ ਜਾ ਮੈਨੂੰ ਗੇਅਰ ਗੁੱਡ ਸੈਟਿੰਗ ਕਰ ਲੈਂਦੇ ਚੌੜ ਕੋਈ ਨਹੀਂ ਲੈ ਗੁਰੀ ਤਿਆਰ ਉਹ ਭਰਾਵਾ ਤਿਆਰ ਆ ਦਾ ਤੈਨੂੰ ਪੁੱਛਿਆ ਤਿਆਰ ਹੈ ਕਰਮ ਅੱਗਾ ਨੂੰ ਕਰ ਮੜੇ ਗਾਂ ਨੂੰ ਕਰ ਲੈ ਵੀ ਸਿੱਧੇ ਕਰ ਲਈਏ ਮੜੇ ਜੇ ਇੱਕ ਮਿੰਟ ਸਿੱਧਾ ਕਰ ਲਈਏ ਬਸ ਰੁਕ ਤਿਆਰ ਆ ਵਾਨ ਸੁਰਾਜ ਚੱਲ ਬਈ ਓਕੇ ਬਈ ਹਾਂਜੀ ਕਾਰ ਇੱਕ ਕਹਿੰਦੇ ਕੁਛ ਨੀ ਹੋਇਆ ਸੱਜਣਾ ਇਹ ਪੌਲ ਸਲਿੱਪ ਵਾਲੀ ਲੱਗੀ ਹੋਈ ਆ ਟਾਇਰ ਸਲਿੱਪ ਮਾਰ ਰਹੇ ਨੇ ਪੌਲ ਸਲੋਣੀ ਪੈਣੀ ਲਾਤੀ ਮਿਸਤਰੀ ਨੇ ਮਾੜੇ ਮਿਸਤਰੀ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਗਲਤ ਗੱਲ ਹੈ ਬਾਈ ਨਹੀਂ ਬਾਈ ਦੇਖ ਲੈ ਬਾਈ ਕਹਿਣ ਵਾਲੇ ਦੀ ਗਲਤ ਗੱਲ ਹੈ ਮੈਨੂੰ ਫਰਕ ਹੀ ਨਹੀਂ ਪੈਂਦਾ ਮੈਂ ਇਹਦਾ ਕੋਈ ਸੁਣ ਸੁਣ ਕੇ ਅੱਕਿਆ ਪਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜੀ ਬੋਲੀ ਚੱਲੋ ਡਾਊਨਲੋਡ ਹੋ ਜਾਏਗੀ ਸਟੀਮ ਤੇ ਜਾ ਕੇ ਨਾ ਵਾਂ ਸੇ ਡਾਊਨਲੋਡ ਹੋ ਜਾਏਗੀ ਬਾਈ ਨਾਟਕ ਕਰ ਨਹੀਂ ਚੱਕ ਮੈਂ ਮੋਰੀ ਹਲੇ ਤੇ ਨਾਟਕ ਕਰ ਲੰਮਾ ਬਾਈ ਲੰਮਾ ਗਾਲਾ ਤੇਰੀ ਲਾਗ ਹੋਰ ਪੌਂਚ ਨਹੀਂ ਹੈਗੀ ਜੱਟਵਿਸ਼ ਤੇ ਖੜਜਾ ਜੱਟਵਿਸ਼ ਤੇ ਇੱਕ ਮਿੰਟ ਇਸੇ ਬਾਈ ਇਸੇ ਇੱਕ ਮਿੰਟ ਗੱਲ ਪਤਾ ਕੀ ਇੱਕ ਮਿੰਟ ਰੁਕ ਜਾ ਨਾਲੇ ਦਾ ਵੀ ਫਰਕ ਹੁੰਦਾ ਕਿਉਂ ਓਏ ਜੱਟਵਿਸ਼ ਤੇ ਕਿਉਂ ਤੋਂ ਕੱਢ ਟੋਚਨ ਚਲਾਉਂ ਵੀ ਫਰਕ ਹੁੰਦਾ ਓਏ 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 ਲੈ ਬਾਈ ਮੈਂ ਖੜਜਾ ਐਡਾ ਤੇਰੇ ਕੀੜਾ ਤੇਰੇ ਬਦਲੇ ਮੈਂ ਵੀ ਟਰੈਕਟਰ ਬਦਲਦਾ ਤੇ ਫਿਰ ਉਧਰੋਂ ਟਰੈਕਟਰ ਇੱਧਰ ਆਇਆ ਹੱਗ ਕਿਉਂ ਲੈਣਾ ਹੁੰਦਾ ਯਾਰ ਗੁਰੀ ਐਡੀ ਤਰੇਕ ਚੱਲ ਠੀਕ ਹੈ ਚੰਗਾ ਰੋਕ ਲੈ ਇਹਨੂੰ ਓਏ ਹੋਏ ਹੋਏ ਨਾਲੇ ਸਭ ਨੂੰ ਪਤਾ ਹੈ ਵੀ ਐਤਵਾਰ ਨੂੰ ਟੋਚਨ ਮੁਕਾਬਲਾ ਨਹੀਂ ਹੋਣਾ ਠੀਕ ਹੈ ਹਾਂ ਤਵੀਆਂ ਮੁਕਾਬਲਾ ਹੋਣਾ ਹੈ ਇਹ ਤਾਂ ਅੱਜ ਕਰਨ ਨੂੰ ਕੁਛ ਹੈ ਨਹੀਂ ਸੀ ਸਵਾਹ ਤਾਂ ਲੈ ਰਹੇ ਹੈ ਚੱਲ ਚੱਲ ਸਿੱਧਾ ਹੀ ਹੈ ਇੱਕ ਇੱਕ ਦੋ ਤਿੰਨ ਪਿਆਸ ਖੇਡੀ ਜਾ ਰਹੀ ਹੈ ਗੇਅਰ ਪੱਟ ਕੇ ਟਾਇਰ ਚਕਾਉਣ ਵਾਲੀ ਤੇ ਲੈ ਸਾਰੇ ਖੇਡਦੇ ਆ ਬਾਈ ਤੁਸੀਂ ਤਾਰੇ ਤੈਤਰੋ ਬਾਈ ਇਹ ਅੱਗੇ ਨਹੀਂ ਚੱਕਦਾ ਤੇ ਲੈਣਾ ਟਰੈਕਟਰ ਜਾ ਉਹ ਚੱਕ ਲੈ ਥੋੜਾ ਚੱਕ ਰਿਹਾ ਬਈ ਆਹ ਬੈਠਾ ਵੇਖੋ ਬਈ ਇੰਨਾ ਨਹੀਂ ਆਹ ਬੈਠਾ ਹਿੱਸਾ ਬਈ ਕਿਹੜੇ ਗੇਅਰ ਚ ਪਾਇਆ ਤੂੰ ਤੀਜੇ ਲਓ ਬਸ ਇੱਧਰ ਵੀ ਤੀਜਾ ਲਓ ਆ ਤੇ ਤੂੰ ਤਾਂ ਇਹ ਨਹੀਂ ਪਟਣਾ ਦੂਆ ਪਾ ਕੇ ਇਹ ਲਾ ਕੇ ਦੇਖ ਲਾ ਇਹ ਨਹੀਂ ਖੇਲਣਾ ਤੀਜੇ ਤੇ ਇਹਨੇ ਲੈ ਜਾਣਾ ਤੈਨੂੰ ਜਿਹੜੇ ਕੰਮ ਆਈ ਕਹਿਣਾ ਵੀ ਮੈਂ ਨਹੀਂ ਵੀ ਬਰਾ ਤੇਰੇ ਤੂੰ ਟਰੈਕ ਦਾ ਥੋੜਾ ਵੇਟ ਘੱਟ ਆ ਚਲੋ ਐ ਕਰੋ ਮੈਂ ਕੱਢਦਾ ਟੋਚਨ ਸਾਰਿਆਂ ਦੇ ਤਵੀਆਂ ਤੇ ਲੈ ਕੇ ਆਉਣਾ ਇੱਕ ਟਰੈਕਟਰ ਆਪਾਂ ਆਪਣਾ ਚਲੋ ਮੈਂ ਤਵੀਆਂ ਖਰੀਦਦਾ ਇੱਕ
भाई मोबाइल में नहीं चलेगी ये गेम, मोबाइल वाली नहीं है। एक ट्रैक्टर होर लेओ पहला, ਉਹਨਾਂ ਦਾ ਵੀ ਪਵਾ ਕੇ ਦੇਖ ਲੈਨੇ ਜਿਹੜੇ ਜਿਹੜੇ ਰਹਿ ਗਏ। ਇਹ ਕਾਨੂੰ ਪੈ ਰਹੇ ਨੇ ਜਿਹੜੇ ਖੜੇ ਨੇ। ਹੁਣ ਤੂੰ ਐਵੇਂ ਕਿਉਂ ਫੈਲਾਂ ਫੁਰ ਲੈਣੇ ਆ ਜਾ ਗੁਰੀ, ਤੈਨੂੰ ਮੈਂ ਲਿਖ ਕੇ ਦੰਨਾ ਵੀ ਤੇਰੇ ਟਰੈਕਟਰ ਸਾਰੇ ਜਿੱਤਣਗੇ, ਬਾਕੀਆਂ ਦੇ ਮੈਂ ਹਾਰ ਜਾਣ ਬਸ। ਠੀਕ ਹੈ, ਖੁਸ਼ ਹੈ? ਨਹੀਂ ਬੈਠਾ ਤਾਂ ਬਈ ਯੂਕੀ ਹੈ ਇਹ, ਮੈਨੂੰ ਹੁਣ ਕੋਈ ਫਰਕ ਨਹੀਂ ਰਿਹਾ ਜਿੱਤਾ ਹਾਰ ਤੋਂ। ਉੱਤਰਾਖੰਡ ਫਰਕ ਤਾਂ ਅੱਜ ਤੋਂ ਮਹੀਨਾ ਪਹਿਲਾਂ, ਅੱਜ ਤੋਂ 10 ਦਿਨ ਪਹਿਲਾਂ, 5 ਦਿਨ ਪਹਿਲਾਂ ਹੁੰਦਾ ਹੀ ਹੁੰਦਾ। ਹੁਣ ਤਾਂ ਅਸੀਂ ਤੇਰੀ ਬੇਇੱਜ਼ਤੀ ਬੜੀ ਕਰਦੇ ਆ, ਤੈਨੂੰ ਫਰਕ ਤੇਰਾ ਆਹ ਪਾਉਣੀ ਆ। ਇੱਕ ਮਿੰਟ ਮੈਂ ਲਾਈਟ ਲਾ ਦਿਆਂ ਇੱਥੇ ਤੇ ਦੇਖਦੇ ਕਿੰਨੇ ਮਿੰਟਾਂ ਚ ਆਊਗਾ ਟਰੈਕਟਰ 'ਚ। ਓਏ ਇੱਧਰ ਆ ਜਾਓ ਐਟਮ, ਟਿੱਡੜ ਇੱਧੜ ਇੱਧੜ ਇੱਧੜ। ਓ ਭਾਈ ਟਰੈਕਟਰ ਛੱਡ ਕੇ ਭੱਜ ਲੈ, ਦੇਖ ਲਓ ਦੇਖ ਲਓ, ਉਹ ਜਾਂਦਾ। ਪਾਪੀ ਨੇ ਕਿਹਾ ਸੁਣਿਆ ਨਹੀਂ ਉਹ ਖੜ ਜਾ ਗੁਰੀ, ਮੈਂ ਤੋੜ ਕੇ ਦੇਖਦਾ ਸੀ ਗੇਰ ਤੋਰਾ। ਮੁੰਡਾ ਜੇ ਥੋੜੀਆਂ ਵਹਿਤਾਂ ਕਰਾਂਗੇ, ਇੱਕ ਮੈਚ ਵੀ ਲਾਵਾਂਗੇ ਜੇ ਹੋ ਸਕਿਆ ਤਾਂ। ਕਾਹਦਾ ਹੁੰਦਾ ਉਹਦਾ, ਲਾਈਟਾਂ ਕੋਲੇ ਲਿਆ ਕੇ ਖੜਾਉਣਾ। ਹਾਂ ਲਾਈਟਾਂ ਕੋਲੇ ਮੂਹਰਲੇ ਟਾਇਰ ਹੋਣ ਤੇਰੇ। ਇੱਕ ਦੋ ਤਿੰਨ, ਸਹੀ ਗੱਲ ਆ ਰਮਨ ਭੱਟੀ, ਇਹ ਤਾਂ ਮੇਰੇ ਫਿਰ ਵਾਚ ਟਾਈਮ ਦੇ ਹੁੰਦੇ ਆਪਣਾ, ਡਿੱਗ ਦੇਖਣਾ ਪਊ ਵੀ ਕਿੰਨਾ ਟਾਈਮ ਚ ਆਉਂਦਾ ਹਨਾ ਇਹ। ਉਹ ਪਾਣੀ ਪਾ ਦਾ ਮੈਂ ਮੂਹਰੇ, ਇੰਜਨ ਗਰਮ ਹੋ ਗਿਆ, ਹੋ ਜਾਣ ਦੇ ਫਟਣ ਦੇਣਾ, ਫਟਦਾ ਚੱਲ ਗਰਮ ਵੀ ਹੋ ਗਿਆ ਭਰਾਵਾ। ਤੂੰ ਦੇਖੀ ਵਿਚਾਲੇ ਖੁੱਲੂ ਜਾ ਕੇ ਕਿੱਥੇ ਹੋ ਜਾਂਦਾ, ਬਾਟਾ ਵੜਦਾ ਕਿੱਥੇ। ਆਹੋ ਮੈਂ ਵੀ ਮੈਂ ਵੀ ਗੁਰੀ ਕਿੰਨੀ ਸਪੀਡ ਤੇ ਆਉਂਦਾ, 18 ਤੇ ਹੈ? ਹਾਂ ਕਿ ਨਾ ਰਮਾਨ ਭੱਟੀ, ਮੇਰਾ ਵੀ ਐਂ ਜੀ ਕਰਦਾ ਪਰ ਨਹੀਂ ਗ੍ਰੈਵਿਟੀ ਮੋਡ ਨੀ, 18 ਦੀ ਤਾਂ ਸਪੀਡ ਉਹਦੀ ਹੈਗੀ ਹੈ, ਇਦੋਂ ਬਾਅਦ ਤਾਂ ਫਿਰ ਟਰੈਕਟਰਾਂ ਦਾ ਔਖਾ ਹੋਜੂ ਨਾ। ਸਟਾਪ, ਇੱਕ ਮਿੰਟ ਦਿਓ ਬਸ, ਕਿਹੜੀਆਂ ਪਾਈ ਉਹ ਦੱਸੋ ਬਈ ਮੁੰਡਿਓ, ਤਵੀਆਂ ਚੌਵੀਆਂ ਆਪਾਂ ਤਵੀਆਂ ਪਾਉਣੀਆਂ, ਉਹ ਜਿਹੜੀਆਂ ਗੋਲ ਗੋਲ ਹੋਣ, ਨਹੀਂ ਜਿਹੜੀਆਂ ਪਲੋਗ ਦਾ ਕੰਮ ਕਰਦੀਆਂ ਹੋਣ। ਕੀ ਕਹਿੰਦਾ ਆ ਜੱਟ ਬੀਸਟ, ਗੋਲ ਗੋਲ ਬੜੀਆਂ ਪਸੰਦ ਆ ਤੈਨੂੰ ਮਾਮਾ, ਤਵੀਆਂ। ਮੈਂ ਕਿਹਾ ਭਾਈ ਕੀ ਕਹਿੰਦਾ, ਤਵੀਆਂ ਕਹਿ ਰਿਹਾ ਯਾਰ, ਮੈਂ ਤਾਂ ਹੋਰ ਹੀ ਮਰ ਜਾਂਦੇ ਬਾਟੇ ਅੱਡੀ ਤਰ੍ਹਾਂ ਜੋ ਮਾਦੀ। ਕਿਸੇ ਨੂੰ ਸਮਝ ਆਵੇ ਨਾ ਆਵੇ ਹਨਾ, ਫਿਰ ਵੀ ਲਵਾ ਦੇਗਾ ਰਹਿਣ ਦੇ। ਇੱਕ ਸੋਫਟਵੇਅਰ ਹੁੰਦਾ ਸੀ ਉਹਦੇ ਵਾਲਾ, ਸਪੀਡ ਵਾਲਾ ਹੁੰਦਾ ਸੀ ਯਾਰ, ਉਹ ਕਿਹੜਾ ਗਾ
ਕੀ ਨਾ ਉਹਦਾ ਮਤਲਬ ਵੀ ਸਪੀਡ ਕੰਟਰੋਲਰ ਵਰਕਿੰਗ ਸਪੀਡ ਲਿਮਿਟ ਲਾਵਾਂਗੇ ਓਕੇ ਮਾਨ ਪੱਟੀ ਦਾ ਨੁਕਤਾ ਮਹਾ ਤੱਕ ਦੇਖਦੇ ਹਾਂ ਵੀ ਵਧੀਆ ਤਰੀਕਾ ਹੈ ਬਾਈ ਨੇ ਕੰਟਰੋਲ ਪਲੱਸ ਨਾਲ ਅਭੀ ਦੇਖਦੇ ਹਾਂ ਅਭੀ ਅਭੀ ਦੂਏ ਦਿਨ ਸਾਨੂੰ ਜਵਾਬ ਦਿੰਦਾ ਤੈਨੂੰ ਕਿੱਥੇ ਦੇਖ ਕੇ ਦੇ ਦੂਗਾ ਇੰਨੀ ਛੇਤੀ ਬਿਜ਼ੀ ਬੰਦਾ ਸਾਡਾ ਇਹ ਮੈਂ ਖੋਲਿਆ ਤਾਂ ਹੋਇਆ ਹੁਣ ਮੇਰੇ ਇਹ ਉਧਰ ਜਾਣ ਦਾ ਹਜੇ ਉਹ ਨਹੀਂ ਪੈ ਰਿਹਾ ਆਲਰਾਈਟ ਮਜ਼ਾਕ ਕਰ ਰਿਹਾ ਫਿਰ ਉਹ ਹੈ ਨਾ ਕਸਟਮਰ ਬੰਦਾ ਵਿਚਾਰਾ ਵਰਕਿੰਗ ਸਪੀਡ ਓਵਰਰਾਈਡ ਸਹੀ ਬਾਤ ਹੈ ਚਲਾਤਾ ਬਈ ਹਾਂ ਰਮਾਨ ਪੱਟੀ ਸਹੀ ਗੱਲ ਆ ਟਰਬੋ ਦਾ ਪੇਂਟ ਉੱਤੋਂ ਜੂਗਾ ਹੋ ਜੂਗਾ ਕੰਮ ਹਰ ਪ੍ਰਥਮ ਲੋਵੀ ਤਵੀਆਂ ਲਿਆਂਦੀਆਂ ਨੇ ਆਪਾਂ ਤੀਨ ਠੀਕ ਹੈ ਤਿੰਨਾਂ ਦੀ ਸਪੀਡ ਕਰਦੇ ਹਾਂ ਆਪਾਂ ਵੱਧ ਤੇ ਉਦੋਂ ਬਾਅਦ ਦੇਖਦੇ ਹਾਂ ਵੀ ਕੌਣ ਕਿੱਥੇ ਕਿੰਨੇ ਭਾਅ ਚ ਵਿਕਦੀ ਆ ਮੁੰਡਿਓ ਸਿਰਫ ਮੇਰਾ ਤਾਂ ਹਾਂ ਭਾਈ ਤੇਰਾ ਦੱਸ ਤੂੰ ਦੱਸ ਦੇ ਮੇਰਾ ਤਾਂ ਹੋ ਗਿਆ ਕੰਮ ਸੁਸੂ ਕਰਕੇ ਹੁਣ ਵਿੱਚ ਨਿਕਲ ਗਿਆ ਉਹ ਭਰਾਵਾ ਉਹ ਨਿਕਲ ਕਿਉਂ ਇਹਦਾ ਨਾ ਉਹ ਨਹੀਂ ਇਹਨੂੰ ਹੋ ਜਾਂਦਾ ਇਹ ਤਾਂ ਵੈਸੇ ਨਿਕਲਣਾ ਹੀ ਹੈ ਵਿੱਚ ਜਦੋਂ ਤੇ ਟਰੈਕਟਰ ਨਾ ਖਿੱਚੇਗਾ ਕਿਉਂਕਿ ਜ਼ੋਰ ਲਾ ਕਿਤੇ ਵਿੱਚ ਨਿਕਲ ਜਾਏ ਨਾ ਐਂ ਕਰਕੇ ਤਾਂ ਕਰਕੇ ਪਹਿਲਾਂ ਹੀ ਕਿਹੜਾ ਕਰਿਆ ਵਾ ਉਹ ਨਹੀਂ ਡਾਇਲੋਗ ਨਵੀਂ ਫਿਲਮ ਦਾ ਉਹ ਕੰਮ ਇਹਦਾ ਮੈਨੂੰ ਵੀ ਨੀ ਪਤਾ ਵੀ ਕਿਹੜੇ ਟਰੈਕਟਰ ਤੇ ਤਕੜਾ ਹੋਊਗਾ ਤੇ ਜਿਹੜੀਆਂ ਆਪਾਂ ਫਿੱਟ ਬੈਠੀਆਂ ਆਪਾਂ ਉਹੀ ਤੁਹਾਡੀ ਦੇਖੋ ਸਭ ਤੋਂ ਜ਼ਰੂਰੀ ਬੰਦਾ ਕੌਣ ਹੁੰਦੇ ਨੇ ਸਬਸਕ੍ਰਾਈਬਰ ਹੈ ਨਾ ਤੇ ਉਹਨਾਂ ਦੀ ਆਪਾਂ ਕਦੇ ਮੋੜੀ ਨਹੀਂ ਅੱਜ ਤੱਕ ਜੋ ਉਹ ਕਹਿਣਗੇ ਆਪਾਂ ਉਹ ਕਰ ਦਿਆਂਗੇ ਬਸ ਆ ਦੇਖੋ ਤਵੀਆਂ ਆਪਾਂ ਲੈ ਤਿੰਨ ਆਹ ਤਵੀ ਦੀ ਸਪੀਡ ਕਰਦੇ ਹਾਂ ਆਪਾਂ ਇਹ ਮੈਨੂੰ ਲੱਗਦਾ ਵੀ ਇਹ 20 ਦੀ ਹੈ ਇਹਨੂੰ ਤਾਂ 20 ਤੇ ਵੈਸੇ ਖਿੱਚੀ ਜਾਣਾ ਟਰੈਕਟਰ ਨੇ ਯਾਰ ਚਲ ਫਿਰ ਵੀ ਕਰ ਲੈਂਦੇ ਹਾਂ ਤੇ ਆਹ ਕੱਢੂ ਟਰੈਕਟਰ ਦੇ ਕੀ ਕਹਿੰਦੇ ਹੁੰਦੇ ਉਹੀ ਮੈਨੂੰ ਲੱਗਦਾ ਜੜਾਂ ਚ ਤੇਰੇ ਬਹਿਗੀ ਦਿੱਤੀ ਜੋ ਮਰੂਤੀ ਚੰਨ ਵੇ ਤਿੰਨ ਤਵੀਆਂ ਆ ਗਈਆਂ ਮੁੰਡਿਓ ਠੀਕ ਹੈ ਆਪਾਂ ਦੇਖਦੇ ਹੁਣ ਕਿਹੜਾ ਲੈ ਕੇ ਜੇ ਮੇਰੀ ਸਲਾਹ ਵੀ ਆਪਾਂ ਜਾਈਏ ਬਾਈ ਪਤਾ ਕੀ ਹੈ ਮਗਰੀ ਤੋਰ ਲਿਓ ਪਤਾ ਲੱਗ ਹੀ ਜਾਣਾ ਟਰੈਕਟਰ ਦਾ ਥੋੜ੍ਹੀ ਥੋੜ੍ਹੀ ਬਾਟ 'ਤੇ ਵੀ ਕਿਹੜਾ ਕਿੱਥੇ ਜਾਂਦਾ ਹੈ ਨਾ ਗੁਰੀ ਵਾਲੇ ਨੂੰ ਮੈਂ ਚੱਕ ਕੇ ਮਾੜਾ ਜਿਹਾ ਸਾਈਡ 'ਤੇ ਕਰ ਦਿਆਂ ਬੰਦ ਹੁੰਦੀ ਦੀ ਗੇਮ ਵੀਰੇ ਤੇਰੇ ਜੌਂਡੀਅਰ ਕੋਲ ਜਾ ਕੇ ਬੰਦ ਹੋ ਗਈ ਤੈਨੂੰ ਕੀ ਦੇਤਾ ਨੈਟ ਮੋਡ ਨੇ ਨਾਈਟ ਬੋਟ ਹੀ ਗੰਦਾ ਇਹ ਤਾਂ ਬੰਦਾ ਸਾਡਾ ਆਪਣਾ ਇਹਨੂੰ ਕੁਛ ਨੀ ਕਹਿਣਾ ਆਪਾਂ ਠੀਕ ਆ ਨਾਈਟ ਬੋਟ ਜੀ ਟਿਕ ਜਾਓ ਮੈਂ ਚੱਕ ਕੇ ਬਾਰੇ ਮੈਨੂੰ ਕਹਿੰਦੇ ਤੂੰ ਕੁਛ ਨੀ ਕਰ ਸਕਦਾ ਤੂੰ ਕੁਛ ਨਹੀਂ ਕਰ ਸਕਦਾ ਚੱਕਰ ਕੀ ਪੈਂਦਾ ਗੇਮ
ਤੇ ਮੈਂ ਖੋ ਸਾਲੀ ਰੋਲ ਕਰ ਦਿੰਦਾ ਦੇਖੀ ਜਾਈ ਆ ਕਰਤਾ ਉਹ ਆਪੀ ਆਪਦਾ ਟਰੈਕਟਰ ਪਾਸੇ ਕਰ ਲਈ ਯਾਰ ਮੇਰੇ ਤਾਂ ਗੇਮ ਨਾ ਲੈਗ ਜੀ ਹੋਣ ਲੱਗ ਗਈ ਸੀ ਪਤਾ ਨੀ ਕੀ ਚੱਕਰ ਪੈ ਗਿਆ ਸੀ ਯਾਰ ਇਹ ਗੰਦੇ ਬੰਦੇ ਨੇ ਸਿਮਰ ਨੇ ਸੈਟਿੰਗ ਕਰਾਈ ਆ ਉਹਨੂੰ ਬਾਅਦ ਚ ਪਤਾ ਨੀ ਕੀ ਹੋਇਆ ਇਹਦੀ ਵੀ ਕਰਦਾ ਸੈਟਿੰਗ ਜੀ ਖੋਲ ਕੇ ਮੈਂ ਨਾ ਮਸਾ ਦਿਖਿਆ ਇੱਕ ਤਾਂ ਭੈਣੇ ਪੁੱਤਰ ਸਰਵਰ ਨਹੀਂ ਆਇਆ ਚਲਾ ਦਿੱਤਾ ਸਰਵਰ ਬਾਈ ਦੇਖ ਮੈਂ ਤਾਂ ਸਰਵਰ ਹੀ ਚਲਾਇਆ ਦੇਖ ਆ ਗਿਆ ਬਈ ਆ ਗਿਆ ਆ ਗਿਆ ਬਈ ਆ ਗਿਆ ਆ ਗਿਆ ਕਿਟ ਬੋਰਡ ਨੂੰ ਟਾਈਮ ਆਊਟ ਦੋਗੇ ਕੋਈ ਜਣਾ ਬੰਦੇ ਨੂੰ ਚਾਹ ਜੀ ਬੜਾ ਪੌਂਡੀ ਗੋਲੀ ਦੇ ਦਿੱਤੀ ਸਾਲੇ ਨੂੰ ਕਿਟ ਬੋਰਡ ਹੀ ਰਿਮੂਵ ਕਰਤਾ ਸਾਡੇ ਬੰਦਿਆਂ ਨੂੰ ਡੰਗ ਕਰੀਏ ਨਾ ਤੰਗ ਡੰਗ ਤੇ ਸ਼ੁਗਰ ਕਾਂ ਦੇ ਤੂੰ ਅੱਜ ਸਾਡੇ ਮਗਰ ਹੋਇਆ ਹੈ ਕਹਿੰਦਾ ਸਾਡੇ ਬੰਦੇ ਨੂੰ ਡੰਗ ਕਰੀ ਲੈ ਵੀ ਫੇਰ ਖੜ ਗਈ ਗੇਮ ਓਏ ਕੀ ਚੱਕਰ ਪੈ ਗਿਆ ਤਵੀਆਂ ਕਰਕੇ ਤਾਂ ਨਹੀਂ ਹੋ ਰਿਹਾ ਨਹੀਂ ਤਵੀਆਂ ਤਾਂ ਪੈਂਦਲਾ ਦੇ ਖੋਸ ਦੇ ਟਰੈਕਟਰ ਵੀ ਖੋਸ ਦੇ ਟਰੈਕਟਰ ਕਰਕੇ ਹੁੰਦਾ ਗਰੰਟੀ ਦੇਖ ਲਈ ਮੈਂ ਹਟਾ ਕੇ ਆਉਂਦਾ ਉਹਦੇ ਨਾਲ ਮੈਨੂੰ ਵੀ ਉਹਦੇ ਥਾਰ ਨਾਲ ਵੀ ਮੈਨੂੰ ਮੈਂ ਪਾਉਣ ਨਾਲ ਨਾ ਗੇਮ ਬੜੀ ਲੈਗ ਹੋ ਰਹੀ ਸੀ ਮੇਰੀ ਇੱਕ ਦੋ ਵਾਰੀ ਮੈਂ ਨੋਟਿਸ ਕੀਤਾ ਉਹਦੀ ਮੋਡ ਨਾਲ ਸਾਰੇ ਚ ਨਹੀਂ ਇੱਕ ਦੋ ਚ ਹੋ ਜਾਂਦਾ ਕਦੇ ਕਦੇ ਉਹਦੇ ਇਹ ਆਇਆ ਪਤਾ ਨਹੀਂ ਕਿਧਰੋਂ ਨਾਈਟ ਮੋਡ ਦੇ ਦੋ ਕੱਲ ਲਾਈਵ ਕਰੀ ਕੱਲ ਤਾਂ ਦਿਖਿਆ ਨਹੀਂ ਅੱਜ ਆ ਗਿਆ ਬੈਂਚ ਗੁਰੀ ਟਰੈਕਟਰ ਕੀ ਗੁਰੀ ਗੁਰੀ ਤਾਂ ਲੱਗੇ ਕਰਦਾ ਨਾ ਖੇਤੀ ਲੱਗ ਕਰਦਾ ਨਾ ਤਾਂ ਬੰਦੇ ਦਾ ਬੈਂਚ ਤੈਨੂੰ ਪਤਾ ਧੋਖਾ ਕਰ ਗੁਰੀ ਦਾ ਟਰੈਕਟਰ ਲੈ ਕੇ ਕਰਦੇ ਮੈਂ ਕਿਹਾ ਸੀ ਗੁਰੀ ਦਾ ਬੈਂਚ ਖੇਤ ਪੂਰਾ ਸਾਰਾ ਕੋ ਲੱਗ ਕਰਦਾ ਨਾ ਇਹ ਬੰਦਾ ਜਲਦੀ ਹੈ ਆਪਣੇ ਟਰੈਕਟਰ ਵੱਡੇ ਵੱਡੇ ਬਣਾ ਕੇ ਲਿਆਉਂਦਾ ਫਿਰ ਸਾਰੇ ਦੇ ਮਰੇ ਰੋਲਾ ਪਾਉਂਦਾ ਆ ਇਹ ਬੰਦਾ ਗਲਤ ਕਰ ਨੈਸ਼ੀ ਆ ਬੰਦਾ ਨੈਸ਼ੀ ਹੈ ਹੁਣ ਇਹਨੂੰ ਪਤਾ ਲੱਗ ਗਿਆ ਕਿੱਦਾਂ ਕਰੀ ਦਾ ਬੈਂਚ ਆਪਣੇ ਟਰੈਕਟਰਾਂ ਨੂੰ ਪਾਉਂਦਾ ਬਾਈ ਦੇਖ ਮੈਂ ਕਹਿੰਦਾ ਵੀ ਰੋਲਾ ਗੋਲਾ ਹੀ ਪਵੇ ਨਾ ਠੀਕ ਹੈ ਪਤਾ ਲੱਗੇ ਹੁਣ ਇਹ ਤਾਂ ਇਹਨੇ ਤਾਂ ਪੰਜੇ ਤਕੜੇ ਕਰਨ ਨੂੰ ਫਿਰਦਾ ਵੀ ਮੇਰਾ ਟਰੈਕਟਰ ਮੈਂ ਕਹਾਂ ਵੀ ਮੇਰੇ ਪੰਜੇ ਜਿੱਤੇ ਠੀਕ ਹੈ ਹੁਣ ਮੈਂ ਕੱਲ ਕੱਲ ਹੀ ਕਰੀ ਆ ਹੁਣ ਮੇਰਾ 75 ਐਚ ਪੀ ਦਾ ਆਊਗਾ ਇਹਦਾ 75 ਐਚ ਪੀ ਦਾ ਟਰੈਕਟਰ ਆਊਗਾ ਹਨਾ ਤੇ ਦੂਜੇ ਬੰਦੇ ਨੀ ਜਿਹੜੇ ਚਾਰ ਆਪਣੇ ਨਾਲ ਹੋਰ ਖੇਡਣਗੇ ਤੇਰੇ ਮੇਰੇ ਵਰਗੇ ਧਾਲੀਵਾਲ ਪੌੜੀ ਦੇ ਹੌਲੀ ਚੜਦੇ ਸਿੱਧਾ ਸਾਲਾ ਉੱਪਰ ਤਾਂ ਹੀ ਜਾਣਾ ਚਾਹੁੰਦਾ ਸਿੱਧਾ ਉੱਪਰ ਵੀ ਜੇ ਆਪਾਂ ਮੇਰੀ ਗੱਲ ਸੁਣ ਜੇ ਆਪਾਂ ਹਰਾਉਣਾ ਹੀ ਉਹਨਾਂ ਨੂੰ ਫਿਰ ਮੁਕਾਬਲਾ ਕਰਨ ਦੀ ਲੋੜ ਹੈ ਗੱਲ ਹੀ ਖਤਮ ਗੱਲ ਹੀ ਖਤਮ ਫੜਾ ਦਿੰਨੇ ਆ ਤੁਹਾਨੂੰ ਆ ਫੜ ਲਾ ਜਾ ਕੱਪ ਗਲਤ ਲੈਣਾ ਗੱਲ ਯਾਰ ਅੰਮ੍ਰਿਤ ਗੈਲ ਕਿੱਦਾਂ ਬਾਈ ਵਧੀਆ ਬਾਈ ਆਪਾਂ ਵਧੀਆ ਜਮਾ ਸਰਵਰ ਚੱਲੀ ਜਾਂਦਾ ਚੱਲ ਪਿਆ ਬਾਈ ਸਰਵਰ ਬਾਈ ਚੱਲ ਪਿਆ ਇੱਕ ਵਾਰੀ ਤਾਂ ਹੁਣ ਦੇਖੋ ਬਾਬੇ ਦੀ ਕਿਰਪਾ ਚੱਲ ਜੱਟ ਵੀ ਮੈਂ ਹੁਣ ਤੇਰੇ ਲਈ ਦੇਖਦਾ ਥੋੜੇ ਟਾਈਮ ਵਿੱਚ ਮੈਂ ਹੁਣ ਗੁਰੀ ਦੇ ਜਾ ਮੈਂ 10 ਮਿੰਟ ਰੁਕ ਜਾ ਇਹਦੇ ਵੀ ਕਰੋੜਾ ਪਾਇਆ ਮੈਂ ਪਾਇਆ ਵੀ ਮਿਰਚ ਭੇਜ ਕੇ ਦੇਖੀ ਇਧਰ ਨੈਟ ਬੰਨ ਨੂੰ ਕੀ ਕਹਣਾ ਗੁਰੀ ਵਾਲ ਮੈਂ ਮਿਰਚਾਂ ਇਹਨੂੰ ਮੈਂ ਕਿਲੋ ਮਿਰਚਾਂ ਭੇਜੂ ਪੈ ਪੂਰਾ ਪੈਕਟ ਤੂੰ ਟੈਨਸ਼ਨ ਕਿਹਦੇ ਲੈਣਾ ਬਈ ਗੇਮ ਚਾਓ ਤੁਸੀਂ ਇਹਨੂੰ ਕੀ ਕਰਨਾ ਤੁਸੀਂ ਜਾ ਕੇ ਦੱਸ ਆ ਜਾ ਬਈ ਗੇਮ ਚ ਆ ਜਾ ਨਹੀਂ ਫਿਰ ਇਦੋਂ ਬਾਅਦ ਫਿਰ ਆਪਣੀ ਜਿੰਦਾਬਾਦ ਬਾਰ ਜੋਨ ਦਾ ਇੱਕ ਮੈਚ ਬਾਈ ਤੇਰਾ ਟਾਈਮ ਵੀ ਹੋਇਆ ਕੰਮ ਤੇ ਜਾਣ ਦਾ ਤੇਰਾ ਨਾਈਟ ਬੋਰਡ ਕਹਿੰਦਾ ਕੁਛ ਨਾ ਨਾ ਉਹ ਸਿਆਣਾ ਹੈ ਸਮਝ ਆਇਆ ਹੋਇਆ ਮੈਂ ਜੇ ਨੇ ਕਹਿਣਾ ਸਾਰੇ ਨੂੰ ਭੈਣ ਜੋ ਫਾਇਰ ਕਰ ਦੇਣਾ ਆਪਾਂ ਜੇ ਨੂੰ ਤੇ ਬੋਲਿਆ ਹੁਣ ਇੱਕ ਮੋੜ ਪਾਉਣਾ ਭੁੱਲ ਗਿਆ ਚੱਲ ਨਹੀਂ ਬਈ ਉਹ ਨਹੀਂ ਆਦਾ ਕੁਛ ਆਪਣੇ ਹਾਂ ਬਈ ਚੱਲ ਪਿਆ ਤੇ ਟਰੈਕਟਰ ਲਿਆਓ ਆਪੋ ਆਪਣੇ ਤੇ ਮੈਂ ਦੋ ਤਵੀਆਂ ਹੋਰ ਖਰੀਦਾਂ ਕਿ ਇੱਕੋ ਜਿਹੀਆਂ ਖਰੀਦੀਆਂ ਕਿ ਅਲੱਗ ਅਲੱਗ ਖਰੀਦੀ ਪਹਿਲਾਂ ਮੈਂ ਦੇਖਦਾ ਵੀ ਕਿਹੜੀਆਂ ਕੰਮ ਕਰਨਗੀਆਂ ਕਿਉਂਕਿ ਇਹ 'ਚ ਵੀ ਦੋ ਭਾਂਤੀਆਂ ਨੇ ਇੱਕ ਤਾਂ ਟਰੈਕਟਰ ਨੂੰ ਜਮੀ ਸੱਤਿਆਨਾਸ਼ ਕਰ ਦਿੰਦੀਆਂ ਨੇ ਉਹ ਤੋਰਨ ਨਹੀਂ ਦਿੰਦੀਆਂ ਟਰੈਕਟਰ ਨੂੰ ਤੇ ਮੈਨੂੰ ਲੱਗਦਾ ਵੀ ਭੁੱਲ ਦੇਤੀ ਤੇ ਖੜ ਗਿਆ ਕੰਮ ਕਿਹੜਾ ਆ ਗਿਆ ਇਸਾ ਬਈ ਆ ਗਿਆ ਹੋ ਗਿਆ
ਮੇਰਾ ਹੀ ਆ ਪਰ ਠੀਕ ਆ ਆ ਤਵੀਆਂ ਠੀਕ ਆ ਓਏ ਹਾਂ ਦੇਖੀ ਜੱਟ ਇੱਕ ਮਿੰਟ ਜੱਟ ਵੀਸਟ ਕਿਹੜੀਆਂ ਪਾਉਣੀਆਂ ਬਾਈ ਇੱਕ ਮਿੰਟ ਪਹਿਲਾਂ ਇਹਨੂੰ ਜੱਟ ਵੀਰ ਪਾਸੇ ਕੱਢ ਰੈਕਟ ਬਈ ਆ ਤਾਂ ਮੈਂ ਕੱਢ ਲਈਆਂ ਜਿਹੜੀਆਂ ਇਹਦੇ ਮਾਰ ਪਾਈਆਂ ਜੁੰਡੀਆਂ ਹਾਂ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਹੋਰ ਉਸਤਾਦ ਗੇਮਰ ਗਿੱਲ ਹੈਲੋ ਬਈ ਹੈਲੋ ਹੈਲੋ ਕੀ ਹਾਲ ਚਾਲ ਹੈ ਗੁਰੀ ਆ ਓਏ 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 ਚੱਟ ਵੀ ਸਿਆ ਤਾਲੀਵਾਲ ਬਾਈ ਇੱਕ ਨ ਕਾਪੀ ਪੈਨ ਚੱਕ ਲੂ ਮੈਂ ਇਧਰ ਟਾਈਮਰ ਲਾਉਂਗਾ ਕਿਹੜੇ ਕਿੰਨੇ ਸਕਿੰਟ ਮਿੰਟ ਹੋਊਗਾ ਸਾਡਾ ਨਹੀਂ ਕਿਰ ਤਾਂ ਬਾਈ ਅਜੇ ਦੇਖਦੇ ਆ ਵੀ ਕਿਹੜੀਆਂ ਕੰਮ ਕਰਨਗੀਆਂ ਅੱਛਾ ਚੈੱਕ ਹੀ ਕਰਨੀ ਹੈ ਹਾਂ ਤਾਂ ਚੈੱਕ ਹੀ ਕਰਨਗੇ ਹਜੇ ਅੱਜ ਟਾਈਮਰ ਵਾਲਾ ਆਪਾਂ ਕੁਝ ਨਹੀਂ ਇਦਾਂ ਦਾ ਪੰਗਾ ਕਰਨਾ ਤਾਂ ਇਹ ਦੇਖਣਾ ਵੀ ਟਰੈਕਟਰ ਤਾਂ ਜਲੂਸ ਤਾਂ ਨਹੀਂ ਕੱਢਦੀਆਂ ਇਹਨਾਂ ਚੋਂ ਗੁਰੀ ਆ ਕਿਹੜਾ ਟਰੈਕਟਰ ਲਿਆ ਗਲਤ ਗੱਲ ਹੈ ਯਾਰ 50-75 ਈ ਤਵੀਆਂ ਦੋਨੇ ਹੀ ਸਹੀ ਨੇ ਤਾਂ ਫਾਇਦਾ ਨਹੀਂ ਕੋਈ ਬਈ ਯਾਰ ਪਤਾ ਕੀ ਹੈ ਜਦੋਂ ਸਪੀਡ ਵਾਲਾ ਮੋੜ ਪਾ ਕੇ ਆਉਣਾ ਪਊ ਮੈਂ ਬੰਦ ਕਰਾਇਆ ਉਹਨੂੰ ਚਲੋ ਛੱਡੋ ਮੈਂ ਕਹਿੰਦਾ ਅੱਜ ਦਾ ਬਾਈ ਕੱਲ ਨੂੰ ਦੇਖਦੇ ਹੁਣ ਇੱਕ ਵਾਰ ਮਾੜਾ ਜਿਹਾ ਖਿੱਚ ਲਈਏ ਰੁਕ ਜਾ ਬਈ ਪਹਿਲੀ ਕੀ ਹੋਇਆ ਗਾਲੀਏ ਜੋ ਮਾੜਾ ਜਿਹਾ ਇੱਕ ਲਾ ਲਈਏ ਮੈਚ ਬਾਰ ਜੋਨ ਦਾ ਅੱਧਾ ਘੰਟਾ ਹੈ ਸਪੀਡ ਲਿਮਿਟ ਵਾਲਾ ਰਹਿ ਗਿਆ ਬਾਈ ਹਾਂ ਉਹਦਾ ਬਜ ਨਹੀਂ ਹੈ ਨਹੀਂ ਮੂਰੇ ਜਾਂਦੇ ਪੋਲ ਪੋਲ ਤੇ ਪੋਲ ਚੜ ਗਿਆ ਪੋਲ ਪੋ ਲਾਈਏ ਬਾਰ ਜੋਨ ਬਾਈ ਇੱਕ ਮੈਚ ਆ ਜਾਓ ਇਹਨੂੰ ਮੈਂ ਸੇਵ ਕਰਾਂ ਕੱਲ ਨੂੰ ਫਿਰ ਮੁੰਡਿਓ ਕਰਦੇ ਹਾਂ ਹੁਣ ਜਗਾੜ ਹੌਲੀ ਹੌਲੀ ਟਰੈਕਟਰ ਤੁਸੀਂ ਦੇਖ ਲਏ ਸਾਰੇ ਹਨਾ ਤੇ ਜੇ ਕੋਈ ਹੋਰ ਤੁਹਾਡੀ ਇੱਛਾ ਹੋਈ ਆ ਗਿਆ ਹੁਣ ਬਾਕੀ ਮੁੰਡੇ ਟਰੈਕਟਰ ਸਾਰੇ ਦੇ ਲੈ ਦੋ ਟਰੈਕਟਰ ਹੀ ਆਉਣਗੇ ਦੋ ਦੋ ਕਿਉਂਕਿ ਸੇਵ ਕਰਦੀ ਬਾਈ ਕਰਤੀ ਜਿਹੜੇ ਹਿਸਾਬ ਨਾਲ ਚੱਕਰ ਆ ਨਾ ਮੁੰਡਿਓ ਹੁਣ ਦੋ ਦੋ ਟਰੈਕਟਰ ਹੀ ਆਉਣਗੇ ਮੈਨੂੰ ਲੱਗਦਾ ਵੀ ਗੇਮ ਫਿਰ ਲੈਗ ਬਹੁਤ ਕਰਦੀ ਆ ਤਾਂ ਹਰ ਇੱਕ ਨੂੰ ਬੰਦੇ ਨੂੰ ਦੋ ਟਰੈਕਟਰ ਕਰ ਦੇਂਗੇ ਪੱਕੇ ਵੀ ਆਹ ਦੋ ਬਾਈ ਤੂੰ ਤਵੀਆਂ ਲਈ ਲਿਆ ਸਕਦਾ ਠੀਕ ਹੈ ਜਿੱਦਾਂ ਟੋਚਰ ਹੋਣਗੇ ਉੱਦਾਂ ਹੀ ਅਤੇ ਬਾਕੀ ਘਰੇ ਖੜੇ ਰਿਹਾ ਕਰਨਗੇ ਆਪੋ ਆਪਣੇ ਉਹ ਕੋਈ ਮੈਟਰ ਨਹੀਂ ਕਰਦਾ ਕਈ ਵਾਰ ਇਕੱਠੇ ਹੁੰਦੇ ਨਾ ਜਦੋਂ ਸਾਰੇ ਟਰੈਕਟਰ ਉਦੋਂ ਲੈਗ ਕਰ ਜਾਂਦੀ ਆ ਅਤੇ ਬਾਕੀ ਸਾਰਾ ਅੱਜ ਵਧੀਆ ਰਿਹਾ ਠੀਕ ਰਿਹਾ ਅੱਗੇ ਹੋਰ ਵੀ ਦੇਖਾਂਗੇ ਗੁਰੀ ਵਾਲਾ ਲੈਗ ਕਰਦਾ ਬਈ ਟਰੈਕਟਰ ਕੋਈ ਗੁਰੀ ਨੂੰ ਤਾਂ ਬਾਹਰ ਹੀ ਕੱਢੋ ਯਾਰ ਗੁਰੀ ਸੋਚੂ ਮੈਂ ਕਿਹੜਾ ਲੈ ਕੇ ਆਵਾਂ ਗੁਰੀ ਤੇਰੇ ਤਾਂ ਥਾਂ ਥਾਂ ਤੇ ਜਿੱਥੇ ਮਰਜ਼ੀ ਚੜ ਚ ਵੱਜਦਾ ਤਾਂ ਤੇਰੀਆਂ ਚਰਚੇ ਬਹੁਤ ਨੇ ਸੁੱਖ ਨਾਲ ਚਰਚੇ ਚੜਾ ਜਿਵੇਂ ਆ ਟ੍ਰੈਂਡ ਨਹੀਂ ਬੈਰੀ ਰੱਖੇ ਕਰ ਕੇ ਗੋਡੇ ਤੇ ਬੈਂਡ ਨਹੀਂ ਗਾ ਗੁਰੀ ਗੁਰੀ ਟ੍ਰੈਕਟਰ ਬਣਾਉਣਾ ਓਏ ਭਰਾਵਾ ਐ ਨਾ ਬੋਲੋ ਓਏ ਓਏ ਐ ਨਾ ਬੋਲੋ ਐ ਨਾ ਬੋਲੋ ਗੁਰੀ ਨੇ ਭੈਣ ਚੋਂ ਛੱਡ ਵੀ ਦੇਣੀ ਆ ਗੇਮ ਇਹਨੇ ਹੁਣ ਹੀ ਭੰਨ ਦੇਣਾ ਕੰਪਿਊਟਰ ਜਾ ਕੇ ਬੈਠੇ ਬੈਠੇ ਨੇ ਹੋਰ ਪਾਣੀ ਵਾਸ਼ਿੰਗ ਮਸ਼ੀਨ 'ਚ ਛੱਡ ਦੇਣਾ ਚੱਕ ਵੀ ਮੈਨੂੰ ਐਂ ਕਹਿੰਦੇ ਸੀ ਤੁਸੀਂ ਚੱਕੋ ਤਾਂ ਵੀ ਟਾਈਮ ਨਾ ਲਾਇਓ ਰੈਡੀ ਰੂਡੀ ਹੋਣ 'ਤੇ ਇੱਕੋ ਮਿੰਟ 'ਚ ਆ ਜਾਓ ਭਰਾ ਬਣ ਕੇ ਠੀਕ ਆ ਤੁਹਾਨੂੰ ਪਤਾ ਹੀ ਹੈ ਵੀ ਮਾਰੇ ਪਾਸ ਨਾ ਸਿਰਫ 20 ਮਿੰਟ ਹੈ ਓਕੇ ਅਤੇ ਇਸ 20 ਮਿੰਟ ਇਜ਼ ਵੈਰੀ ਇੰਪੋਰਟੈਂਟ ਲੈ ਇੱਕ ਤਾਂ ਨਾ ਗੇਮ ਵਾਲੇ ਨਹੀਂ ਭੈਣ 'ਚ ਟਾਈਮ ਪੂਰਾ ਪੈਣ ਦਿੰਦੇ ਗੁੱਸੇ ਚ ਨਾ ਆਪਦੇ ਆਪ ਦੇ ਦੰਦੀ ਪੱਟ ਲੈਂਦਾ ਕੱਲ ਪਰਸੋਂ ਪੱਟ ਦੇ ਦੰਦੀ ਬੈਠਾ ਸੀ ਆਪਦੇ ਵੱਡੀ ਦੱਸਦੇ ਭਰਾਵਾ ਕੀ ਪਤਾ ਸਕਰੀਨ ਤੇ ਵੱਢ ਲੇ ਹੋਰ ਅੰਮ੍ਰਿਤ ਗੱਲ ਬੋਲਦਾ ਨਹੀਂ ਬਈ ਪਾਣੀ ਬੋਲਦੇ ਕੋਈ ਚੱਕਰ ਨਹੀਂ ਬੋਲੀ ਜਾਂਦੇ ਕਿਸੇ ਨੂੰ ਵੀ ਬੋਲੀ ਜਾਂਦੇ ਵਟ ਯੂ ਮੀਨ ਕਿਸੇ ਨੂੰ ਕਿਸੇ ਨੂੰ ਕੀ ਹੈ ਉਸ ਨੂੰ ਕੌਣ ਹੈ ਇੱਥੇ ਜਵਾਬ ਦੇ ਯੈਸ ਅਸੀਂ ਬਸ ਦੇਖ ਲੈ ਦੀ ਬਈ ਪੁੱਛਣਾ ਤੂੰ ਹੈਲੋ ਬਾਈ ਜੀ PB46 ਗੇਮਰ ਉਹ ਭੜਕਾ ਰਿਹਾ ਤੈਨੂੰ ਗੁਰੀ ਹਨਾ ਵੀ ਤੂੰ ਬੋਲ ਹਾਂ ਗੁਰੀ ਤੇਰੇ ਲੱਤਾਂ ਪਵਾ ਦੂ ਮੈਂ ਦੱਸਦੀ ਗੱਲ ਗੁਰੀ ਤਾਂ ਇਹਦਾ ਬੋਲਦਾ ਨਹੀਂ ਉਹਨੂੰ ਵਿਚਲੀਆਂ ਗੱਲਾਂ ਦੇ ਇੱਕ ਦਿਨ ਨਾ ਸੀ ਮੈਂ ਤੇ ਮੇਰਾ ਉੱਥੇ ਕੰਮ ਤੇ ਲੜ ਪਏ ਤੇ ਉਹ ਸਾਡੇ ਨਾਲ ਹੈ ਉਹ ਚੌੜ ਕਰਨ ਲੱਗ ਗਿਆ ਉਹਦਾ ਨਾ ਕਹਿੰਦਾ ਯਾਰ ਵੀ ਰਾਵਣਾ ਮੈਨੂੰ ਰਾਵਣਾ ਕਹਿੰਦਾ ਡਰ ਗਿਆ ਰਾਵਣਾ ਤੇ ਇੱਥੋਂ ਕਹਿੰਦਾ ਵੀ ਇਹ ਨਾ ਪਿੱਛੇ ਹਟ ਗਿਆ ਸੀ ਮੈਂ ਕਿਹਾ ਮੇਰੀ ਗੱਲ ਸੁਣੋ ਬਾਈ ਆ ਜਾਓ ਆ ਗਏ ਬਾਈ ਮੈਂ ਉਹਨੂੰ ਕਿਹਾ
ਮੈਂ ਮੇਰੀ ਗੱਲ ਸੁਣ ਇੱਥੇ ਤਾਂ ਮੈਂ ਤੈਨੂੰ ਪੰਪ ਦੇਈ ਜਾਂਦਾ ਹਨਾ ਠੀਕ ਹੈ ਮੈਂ ਕਿਹਾ ਚਾਂਬਲਿਆ ਬਾਹਰ ਆ ਕੇ ਕਿਸੇ ਨਾਲ ਪੰਗਾ ਲਊ ਕਿਉਂਕਿ ਆਪਾਂ ਤਾਂ ਕੰਮ ਕਰਦੇ ਹਾਂ ਵੀ ਇਕੱਠੇ ਤਾਂ ਨਹੀਂ ਬੋਲਦੇ ਇੱਕ ਦੂਜੇ ਨੂੰ ਵੀ ਚੱਲ ਮਾੜਾ ਮੋਟਾ ਬੋਲ ਕੇ ਹਟ ਜਾਂਦੇ ਮੈਂ ਮੱਛਰ ਆ ਬਾਹਰ ਜਾ ਕੇ ਪੰਗਾ ਲਊ ਉੱਥੇ ਧੂ ਹੀ ਕਟਵਾ ਰਹੇ ਹਾਂ ਕਿਸੇ ਦੀ ਉਹ ਕੰਮ ਇਹਦਾ ਗੁਰੀ ਸਾਡੇ ਤਾਂ ਨਾ ਕਿਤੇ ਕਿਤੇ ਬੂਥਾ ਕੁੱਟ ਦੇ ਕੂਲ ਲਿਪ ਨਾ ਤੇਰੀ ਕਿਲੋਮੀਟਰ ਡਿੱਗਣੀ ਜਾ ਕੇ ਥਵੜਾ ਮਾਰਿਆ ਤੇਰੇ ਕਿਸੇ ਮੂੰਹ 'ਤੇ ਉਹ ਭਰਾਵਾ ਮੈਂ ਨਹੀਂ ਲਾਉਂਦਾ ਕੂਲ ਲਿਪ ਮੈਂ ਕਿੰਨੇ ਵਾਰੀ ਕਿਹਾ ਹੈਗਾ ਮੈਂ ਲਿਖ ਕੇ ਸਰਟੀਫਿਕੇਟ ਦੇ ਦਿਆਂ ਤੂੰ ਲਾਉਣਾ ਕੂਲ ਲਿਪ ਹੁਣ ਦੇਖ ਬੋਲਣ ਦਾ ਤਰੀਕਾ ਦੇਖੋ ਤੁਸੀਂ ਬੰਦੇ ਦਾ ਬਈ ਰੈਡੀ ਕਰ ਦੇ ਗੱਲ ਐ ਮੈਂ ਬਿਨਾਂ ਗੱਲ ਤੋਂ ਬਦਨਾਮ ਕਰੀ ਜਾਣਾ ਫਿਰ ਤੇ ਬਦਨਾਮ ਫਿਰ ਲਾਉਣਾ ਤਾਂ ਲਾਉਣਾ ਫਿਰ ਬਦਨਾਮ ਆ ਬਈ ਜੁਆਇਨ ਕਿਨੂੰ ਕਰਾਂ ਇਸੇ ਨੂੰ ਚੱਲ ਵੇਟ ਕਰਦੇ ਆ ਆ ਜਾ ਹੋ ਗਿਆ ਰੈਡੀ ਹੋ ਰੈਡੀ ਆ ਓਹੋ ਗਨ ਬਹੁਤ ਘੈਂਟ ਆ ਆਪਣੇ ਕੋਲੇ ਇਹਨੂੰ ਚੇਂਜ ਕਰੀਏ ਦੂਜੀ ਲੈ ਕੇ ਚੱਲਦੇ ਆ ਬਈ ਮੈਂ ਗੇਮ ਮੈਂ ਤੁਹਾਨੂੰ ਜੁਆਇਨ ਕਰਿਆ ਤਾਂ ਹੈਗਾ ਮੈਂ ਗੇਮ ਨਹੀਂ ਪਹੁੰਚਿਆ ਸਾਹ ਸੀ ਤਾਂ ਬਈ ਫੇਰ ਕਰਨਾ ਪਤਾ ਜਾਣਾ ਮੈਂ ਤਾਂ ਰੈਡੀ ਆ ਬਈ ਮੈਂ ਤਾਂ 11 ਅੰਦਰ ਪਹੁੰਚ ਗਿਆ ਬਈ ਮੇਰੇ ਖਿਆਲ ਚ ਨਹੀਂ ਜ਼ਿਆਦਾ ਅੰਦਰ ਤੂੰ ਉੱਥੇ ਆ ਸਕਦਾ ਇਹਨੇ ਮੈਂ ਕੱਢਦਾ ਰੁਕ ਗਿਆ ਟੈਨਸ਼ਨ ਨਾ ਲੈ ਕਿਉਂਕਿ ਮੈਂ ਜੁਆਇਨ ਹੋਇਆ ਸੀ ਮੈਂ ਪਰ ਉੱਥੇ ਹੀ ਖੜਾ ਸੀ ਕਿਸਾਨ ਦੇ ਹੁਣ ਕਰ ਅਮ੍ਰਿਤ ਹੈ ਲੋ ਕਿੱਦਾਂ ਅਮ੍ਰਿਤ ਹੁਣ ਕਰ ਟ੍ਰਾਈ ਜੁਆਇਨ ਕਰ ਇੱਕ ਯਾਰ ਬੋਲਾ ਨਾ ਮੈਨੂੰ ਇੰਨੀ ਸੜੀ ਗੇਮ ਲੱਗਦੀ ਹੈ ਨਾ ਕਦੇ ਕਦੇ ਤਾਂ ਸੌਣ ਲੱਗੇ ਉਹ ਜੁਆਇਨ ਕਰ ਉਹਦੇ ਜੁਆਇਨਿੰਗ ਡਾਊਨਲੋਡ ਸੀਜ਼ਨ ਤੇ ਖੜਾ ਰੱਖ ਦੀ ਬਈ 10-10 ਮਿੰਟ ਨਹੀਂ ਗੱਦੀ ਗੇਮ ਆ ਨਾ ਇਹ ਪਤਾ ਨਹੀਂ ਆਪਾਂ ਨੇ ਕੀ ਬਾਕੀ ਜੀ ਅਪਡੇਟ ਡੇਲੀ ਦੇਣਗੇ ਕਰੋ ਰੈਡੀ ਕੋਈ ਰਹਿੰਦਾ ਹੁਣ ਡੈਵਲ ਸਿੱਧੂ ਆ ਕੇ ਬਹਿ ਗਿਆ ਵਿੱਚ ਇਹ ਕਿੱਥੋਂ ਆ ਗਿਆ ਸਿੱਧੂ ਕਿੱਥੋਂ ਆ ਗਿਆ ਤਾਂ ਹੀ ਨਹੀਂ ਤਾਂ ਹੀ ਮੈਂ ਮੱਥਾ ਮਾਰੀ ਚੱਲ ਆ ਰੇ ਬਈ ਫਿਰ ਉਹਨੂੰ ਰਹਿਣ ਦੇ ਫਿਰ ਉਹ ਰਹਿੰਦੇ ਫਿਰ ਗੁਰੀ ਨੂੰ ਜੱਟ ਵਿਸ਼ ਨੂੰ ਬੈਠ ਰਹਿੰਦੇ ਮੇਰੀ ਗੱਲ ਸੁਣ ਲਓ ਮੈਂ ਨਹੀਂ ਮੈਂ ਤੁਹਾਨੂੰ ਕਹਿਤਾ ਬਸ ਮੈਂ ਉਹ ਫਿਰ ਇਹ ਵੀ ਤਾਂ ਨਾਲ ਹੀ ਖੇਡਦਾ ਹੈ ਚੱਲ ਬਈ ਇੱਕ ਇਹਦੇ ਨਾਲ ਲਾ ਲੈ ਇੱਕ ਮੈਚ ਤੁਸੀਂ ਤੁਸੀਂ ਤਿੰਨੇ ਲਾ ਲਿਓ ਫਿਰ ਮੈਂ ਵਗ ਜੂਆਂ ਖੇਡ ਲਓ ਜੀ ਖੇਡ ਲਓ ਚੱਲ ਤੂੰ ਨੈਕਸਟ ਚ ਆ ਜਾ ਬਾਈ ਨੇ ਜੀ ਨਿਕਲ ਜਾਣਾ ਹੈ ਹਾਂ ਲਾਸਟ ਵਾਲ ਚ ਮੈਂ ਵਗ ਜਾਣਾ ਅਸੀਂ ਤਾਂ ਕਰ ਆ ਜਾਵਾਂਗੇ 2 ਮਿੰਟਾਂ ਜੀ ਹੁਣ ਗੁਰੀ ਸਿੱਧੂ ਜ ਭਰਿਆ ਪਿਆ ਗੁੱਸੇ ਨਾਲ ਠੀਕ ਹੈ ਹੁਣ ਇਹਨੇ ਕੱਢਣਾ ਵੀ ਹੈ ਕਹਾਂ ਕਿਸੇ ਚ ਗੇਮ ਤੇ ਮੈਂ ਗੁਰੀ ਮੰਨਦਾ ਨਹੀਂ ਮੈਂ ਦੇਖਿਆ ਉਹਦੇ ਤੇ ਗੋਲੀ ਵੱਜੀ ਇਹਦੇ ਮੂੰਹ ਚੋਂ ਨਿਕਲਿਆ ਕੁਛ ਗੁਰੀ ਮੇਰੀ ਗੱਲ ਸੁਣਾ ਚੋੜ ਨਾਲ ਚੋੜ ਰਹੀ ਗੁੱਸੇ ਚ ਚਾਬਣ ਆ ਜਾਈ ਕਿਤੇ ਢਿੱਡ ਦੁਖਣ ਲਾ ਜਾਂਦੀ ਅੰਦਰ ਜਾ ਕੇ ਨਹੀਂ ਤਾਂ ਭਰਾਵਾ ਉਹਨੂੰ ਐਕਸਪੀਰੀਅੰਸ ਆ ਉਹਨੂੰ ਪਤਾ ਸਾਰੀਆਂ ਚੀਜ਼ਾਂ ਦਾ ਕਿਉਂ ਬਈ ਸੇਡ ਦੇ ਜਵਾਬ ਜਾਂ ਤੁਹਾਨੂੰ ਪਤਾ ਨਾ ਹੋਵੇ ਕਹਦੇ ਗੁਰੀ ਕੇ ਲਾਉਣੇ ਤਾਂ ਲਾਉਣੇ ਐ ਚ ਕਿਹੜੀ ਗੱਲ ਐ ਯਾਰ ਤੇਰਾ ਕੋਲ ਲਿਪ ਦਾ ਗੱਲ ਐ ਗੁਰੀ ਨਹੀਂ ਬੋਲਦਾ ਇਹਨੇ ਪਤਾ ਕਹਿਣਾ ਕੀ ਐ ਗੁਰੀ ਦੇ ਬੁੱਲਾਂ ਤੇ ਲੱਗੀ ਐ ਹੁਣ ਕੱਟ ਵੀ ਹੱਸ ਵੀ ਨਹੀਂ ਆਈ ਇਹਨੇ ਦੇਖ ਇਹਦੇ ਕੋਲੇ ਵਧੀਆ ਕੈਮਰਾ ਹੈ ਨਾ ਇਹ ਨਾ ਜਦੋਂ ਮੈਂ ਇਹਨੂੰ ਪਹਿਲਾਂ ਮਿਲਿਆ ਇਹ ਕੈਮਰਾ ਲਾ ਕੇ ਕਰਦੇ ਹੁੰਦੇ ਹੈ ਨਾ ਚਲ ਹੁਣ ਇਹਨੂੰ ਆਦਤ ਪੈ ਗਈ ਵੱਧ ਪਈ ਕੋਈ 2-2 ਲਾ ਲੈਂਦਾ ਨਾ ਇਕੱਠੀਆਂ ਤੇ ਹੁਣ ਕੈਮਰਾ ਲਾਉਣਾ ਇਹਨੇ ਬੰਦ ਕਰਤਾ ਕਿਉਂਕਿ ਬੁੱਲ ਤਾਹਾਂ ਚੱਕਿਆ ਜਾਂਦਾ ਭੈਣ ਬਰਾਵੋ ਦੇ ਬੁੱਲਾਂ ਵਰਗੇ ਬੁੱਲ ਹੋ ਜਾਂਦੇ ਯੂ ਨੋ ਬਰਾਵੋ ਗੁਰੀ ਤੇ ਰੋ ਤੇ ਰੋ ਪੇ ਫਿਰ ਦੱਸ ਜਵਾਕ ਆ ਰੋਣ ਨੂੰ ਐਡੇ ਐਡੇ ਦੇ ਆਓ ਦੇ ਜਵਾਕ ਹੁੰਦੇ ਨੇ ਜਿਹੜਾ ਗੁਰੀ ਹੈ ਮੈਨੂੰ ਲੱਗਦਾ ਮੈਚ ਮੇਰਾ ਥੋੜ੍ਹਾ ਹੀ ਲੱਗੂ ਟਾਈਮ Explore, secure intel, and loot to gain access to new missions. Enemy threat is high, so expect contact. ਬਾਈ ਬੜਾ ਗਲਤ ਤੋਂ ਕਰਤਾ ਆਪਾਂ ਕੰਮ ਹੁਣ ਗੁਰੀ ਨੇ ਆਪਾਂ ਨੂੰ ਬਚਾਉਣਾ ਵੀ ਨਹੀਂ ਓਹੋ ਲੈ ਬਚਾਊਗਾ ਜੇ ਬਾਈ ਇਹਨੂੰ ਵੀ ਲੋੜ ਪੈਣੀ ਹੈ ਸੋ ਟੈਨਸ਼ਨ ਨਾ ਲੈ ਕੋਈ ਵੀ ਡਿਗੂ ਓਏ ਜੇਬ ਚ ਕੱਢ ਕੇ ਕੁੜੀ ਦਿਖਾ ਦਿਓ ਨਵੀਂ ਕਿਆ ਬੰਦੀ ਆ ਜਦੀ ਹੋਊ ਭੱਜਿਆ ਰੀਲੋਡ ਹੀ ਨਹੀਂ ਕਰਦਾ ਪਿਆ ਗੰਨ ਬਾਈ ਕਾਲੂ ਬਾਈ ਟੇਕ ਕੇਅਰ
ਸਿੱਧੂ ਆਇਆ ਬਚਾਉਣ ਮੈਂ ਕਹਿੰਦਾ ਮੁੰਡਾ ਸਿੱਧੂ ਦਾ ਬਚਾਉਣ ਆਇਆ ਆਊਗਾ ਫਰਮਾਨ ਦਾ ਪੀਸ ਰੈਂਡਰ ਨਾ ਰੈਂਡਰ ਹੋਈ ਬਈ ਗੇਮ ਆਪਟੀਮਾਈਜ਼ ਮੈਂ ਆਈ ਜਾਂਦਾ ਲੈਗ ਹੁੰਦਾ ਹੁੰਦਾ ਆਇਆ ਫਿਰ ਅੱਗੇ ਲੱਗ ਗਿਆ ਬਈ ਕਰਤੇ ਕਲੀਅਰ ਚਲੋ ਫੇ ਚਲੋ ਚਲੋ ਲੈਟਸ ਗੋ ਲੈਟਸ ਗੋ ਠੀਕ ਕਰ ਬਈ ਠੀਕ ਕਰ ਚੱਕ ਲਿਓ ਕੋਈ ਨਾ ਰੀਲੋਡ ਤੇ ਬਹੁਤ ਟਾਈਮ ਲਾਉਂਦੀ ਗਨ ਬਹੁਤ ਘੈਂਟ ਆ ਬੰਦਾ ਖਾ ਜਾਂਦੀ ਖੜਾ ਖੜਾ ਚਲੋ ਲੈਟਸ ਗੋ ਇੱਕ ਮਿੰਟ ਜਿਹੜਾ ਮਿਸ਼ਨ ਕਰਨਾ ਕੋਨਾ ਤੇ ਭਾਈ ਇੱਥੇ ਬੰਦਾ ਬੰਦਾ ਕਿੱਥੇ ਮਾਰਿਆ ਮੈਂ ਗਨ ਗੁਨੇ ਜੱਕਾਂ ਕੋਈ ਉਸ ਵਿੱਚ ਤਾਂ ਸ਼ਾਟਗਨ ਹੈ ਹੀ ਰਾਣੀ ਦਾ ਲੜਾ ਇੱਕ ਦੂਈ ਤਾਂ ਮਿਲ ਗਈ ਮਿਲ ਗਈ ਇੱਕ ਮਿਲ ਗਈ ਭਾਈ ਇੱਕ ਮਿੰਟ ਭੈਣ ਦੇ ਆਈ ਯਾਰ ਇਦਾਂ ਕਰ ਦਿੰਦੇ ਪ੍ਰਾਹੁਣੇ ਦਾ ਸਵਾਗਤ ਤੁਹਾਡੇ ਬਾਹਰ ਆ ਉਹ ਚੱਟਾਂ ਦੇ ਜਵਾਨੀ ਯਾਰ ਟੈਨਸ਼ਨ ਨਹੀਂ ਲੈ ਸਸਪੈਂਸਰ ਲੱਗਿਆ ਹੋਇਆ ਕੀ ਲੱਗਿਆ ਹੋਇਆ ਸਸਪੈਂਸਰ ਸਪਰੈਸਰ ਸਪਰੈਸਰ ਹੁੰਦਾ ਬਾਈ ਠੀਕ ਹੈ ਲੱਗ ਗਿਆ ਤੈਨੂੰ ਪਤਾ ਬਸ ਤੂੰ ਸਮਝ ਗਿਆ ਮੇਕਿੰਗ ਇਫੈਕਟਿਵ ਫਾਇਰ ਬੰਦੇ ਦੱਸ ਓਏ ਹੋਏ ਓਏ ਹੋਏ ਓਏ ਹੋਏ 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 ਓਏ ਹੋਏ 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 ਕੀ ਆ ਕਿੱਧਰ ਨੂੰ ਓਏ ਹੋਏ ਹੋਏ ਸੋਹਣਿਆ ਲਾਤਾ ਸੀ ਸਪਰੈਸਰ ਮਾੜਾ ਬੰਦਾ ਪਾਰਕ ਕਰਦੇ ਇੱਥੇ ਕੰਧ ਨਾਲ ਪਿੱਛੇ ਪਾਰਕ ਹੋਰ ਵੀ ਹੋ ਗਿਆ ਇੱਕ ਉਹਨੂੰ ਵੀ ਕਰਕੇ ਲੋਟ ਇੱਧਰ ਬੰਦੇ ਬਹੁਤੇ ਭਾਈ ਇੱਧਰ ਪਿੰਡ ਗਿਆ ਉਹ ਤੂੰ ਟੈਂਸ਼ਨ ਕਿਉਂ ਲੈਣਾ ਕੰਨ 'ਚ 100 ਗੋਲੀ ਚਾਹ ਪੀ ਕੇ ਚਾੜੀ ਹੋਈ ਆ ਝੋਟਿਆ ਅਲਟਰਾ 1 ਐਕਟੀਵਿਟੀ ਹੈਸ ਇਨਕਰੀਸਡ ਇਨ ਦੀ ਏਰੀਆ ਕੀਪ ਯੋਰ ਆਈਜ਼ ਓਪਨ ਕੰਟੈਕਟ ਕਿਹੜੇ ਘਰ ਚ ਬੰਦੇ ਇੱਕ ਵਾਰੀ ਦੱਸੋ ਹੈਲੋ ਵਾਪਸ ਬਰੇ ਮੰਨੇ ਬਚਾ ਲੇ ਮੇਰੇ ਕੋਲ ਸੈਲਫ ਰਿਵਾਈਵ ਹੈਗਾ ਬਟ ਮੈਂ ਕਰਨਾ ਨਹੀਂ ਚਾਹੁੰਦਾ ਇਸੇ ਆ ਤੇਰੇ ਪਿੱਛੇ ਇਸੇ ਤੇਰੇ ਪਿੱਛੇ ਓਏ ਆ ਫਿਰ ਦੇ ਦੋ ਜਣੇ ਫਿਰ ਮੈਂ ਕਰ ਲਾਂ ਇੱਕ ਮਿੰਟ ਹੋਣਾ ਗਨ ਚੱਕ ਲਾਂ ਯਾਰ ਤੇਰੇ ਕੋਲੇ ਆ ਬਾਈ ਮੈਂ ਤੇਰੇ ਕੋਲੇ ਆ ਸਾਹਮਣੇ ਬੰਦਾ ਬਾਈ ਟਰੱਕ ਕੋਲੇ ਉਹ ਮਾਰਕ ਲੈ ਉਹ ਟਰੱਕ ਦੇ ਪਿੱਛੇ ਦਿਖੀ ਜਾਂਦਾ ਇੱਥੋਂ ਦੀ ਇੱਕ ਆ ਕਰ ਦਿਆ ਸੀ ਮੈਨੂੰ ਭੈਣ ਤੇ ਤੁਹਾਡੇ ਬਚਾਉਣ ਦੇ ਚੱਕਰ ਚ ਮੇਰੀ ਬਲੀ ਆ ਗਈ ਚੜ੍ਹ ਜਾਓ ਨਹੀਂ ਮੈਂ ਸੇਫ ਹਾਂ ਬਾਈ ਤੁਸੀਂ ਦੇਖੋ ਇਹਨੂੰ ਚੱਕਦਾ ਮੈਨੂੰ ਇੱਥੋਂ ਬੰਦਾ ਦੇਖ ਲੈਂਦੇ ਆਹ ਵੇਖ ਹੈਗੀ ਭੈਣ ਤੇ ਉੱਥੇ ਖੜਾ ਕਿਉਂ ਠੋਕਤਾ ਓਏ ਓਏ ਪਿੱਛੇ ਪਿੱਛੇ ਪੜ ਜਾ ਉਹ ਤਾਂ ਆਪਣੇ ਨਾਲ ਦੇ ਪਿਆ ਲੈ ਲਾ ਓਏ ਆ ਕਿਹੜਾ ਸੀ ਓਏ ਰੀਅਲ ਬੰਦਾ ਸੀ ਵੈਸਾ ਨਾ ਜਾਵੇ ਸਾਰੇ ਡੀ ਐਂਡ ਇੱਕ ਬਹਿ ਗਿਆ ਕੋਈ ਬੰਦਾ ਡੀ ਐਂਡ ਹੋ ਗਿਆ ਮੇਰੇ ਹਿਸਾਬ ਨਾਲ ਪਿੱਛੋਂ ਦੀ ਮਾਰ ਇੱਕ ਨੇ ਚਲੋ ਮੁੰਡਿਓ ਆਪਣਾ ਬਾਜ ਦੇ ਕੁੱਟ ਖਾਣੇ ਆਏ ਜੀ ਖਾ ਲਈ ਗੰਨਾ ਖਿਜਾ ਲਈਆਂ ਹੁਣ ਚੱਲੇ ਕੁੱਟ ਖਾਣੇ ਆਏ ਥੇ ਹੁਣ ਦੇਖਦੇ ਹੁਣ ਜੱਟ ਬੀਸਟ ਤੇ ਇਹ ਕੀ ਰੰਗ ਲਾਉਂਦੇ ਆ ਮਿਲਦੇ ਹਾਂ ਕੱਲ ਨੂੰ ਬਾਬਾ ਏ ਟੇਕ ਕੇਅਰ ਸਤਿ ਸ੍ਰੀ ਅਕਾਲ